अंग तेई अगले ਵਰੇ ਮੈਨੂੰ ਗਵਰਨਮੈਂਟ ਦੀ ਨੌਕਰੀ ਮਿਲ ਗਈ। ਕਾਂਗੜੇ ਕੋਲ ਧਰਮਸ਼ਾਲਾ ਅਪਾਇੰਟਮੈਂਟ ਹੋ ਗਈ ਸੀ। ਇੱਕ ਦਿਨ ਸਵੇਰੇ ਸਵੇਰੇ ਪਿੰਡੋਂ ਬੰਦਾ ਆਇਆ, ਛੇਤੀ ਚਲੋ ਸਰਦਾਰ ਕਾਕਾ ਸਿੰਘ ਹੋਰੀ ਪੂਰੇ ਹੋ ਗਏ। ਪਰਸੋਂ ਅਜੇ ਉਹ ਇੱਥੋਂ ਗਏ ਸੀ, ਚੰਗੇ ਭਲੇ ਠੀਕ ਠਾਕ। ਆਉਣ ਵਾਲੇ ਨੇ ਦੱਸਿਆ ਕੱਲ੍ਹ ਨਾਲ ਦੇ ਪਿੰਡ ਲਸੋਈ ਗਏ ਸੀ। ਲਸੋਈ ਸਾਡੀ ਕੁਝ ਜ਼ਮੀਨ ਵੀ ਸੀ, ਉਸ ਪਿੰਡ ਇੱਕ ਘਰ ਵੀ ਸੀ ਅਤੇ ਲਸੋਈ ਸ਼ਰਾਬ ਦਾ ਠੇਕਾ ਵੀ ਸੀ। ਰਾਤ ਨੂੰ ਦੇਰ ਤੱਕ ਉੱਥੇ ਚੁਬਾਰੇ 'ਚ ਬੈਠੇ ਸ਼ਰਾਬ ਪੀਂਦੇ ਰਹੇ, ਨਾਲ ਸਾਧੂ ਸੀ। ਸਵੇਰੇ ਉੱਠੇ ਉੱਠ ਕੇ ਚੁਬਾਰੇ ਤੋਂ ਹੇਠਾਂ ਉਤਰ ਕੇ ਪਹੇ 'ਚ ਪਹੁੰਚੇ ਅਤੇ ਡਿੱਗ ਪਏ। 2 ਕੁ ਮਿੰਟ ਤੜਫ ਕੇ ਠੰਡੇ ਹੋ ਗਏ। ਆਖਦੇ ਨੇ ਅਖੀਰੀ ਵੇਲੇ ਬਸ ਇੰਨਾ ਕੋਈ ਆਖਿਆ, ਮੇਰੀਆਂ ਧੀਆਂ ਦਾ ਕੀ ਬਣੂ, ਮੇਰੀ ਜਾਨ ਖਿੰਡਦੀ ਜਾਂਦੀ ਹੈ। ਪਿੰਡ ਵਾਲਿਆਂ ਨੇ ਡਾਕਟਰ ਸੱਦਿਆ ਸੀ, ਉਹ ਆ ਗਿਆ, ਖਤਮ ਹੋ ਗਏ। ਉਹਨਾਂ ਉੱਥੇ ਪਿਆਂ ਉੱਪਰ ਹੀ ਕੱਪੜਾ ਪਾਤਾ, ਕੋਈ ਹੱਥ ਲਾਉਣ ਲਈ ਤਿਆਰ ਨਹੀਂ ਸੀ ਵੀ ਐਡਾ ਵੱਡਾ ਆਦਮੀ ਹੈ, ਖਬਰੇ ਕਿਵੇਂ ਮਰਿਆ, ਹੋਰ ਨਾ ਖੂਨ ਗਲ ਪੈ ਜੇ, ਬੰਨੀ ਦੇ ਮਰ ਜਾਂਗੇ। ਜੀਪ 'ਚ ਜਦੋਂ ਅਸੀਂ ਲਸੋਈ ਪਹੁੰਚੇ, ਇੱਕ ਪਿੰਡ ਦੇ 4 ਪਿੰਡ ਇਕੱਠੇ ਹੋਏ ਪਏ ਸਨ। ਥਾਣੇ ਵਾਲੇ ਆ ਗਏ ਸਨ। ਥਾਣੇ ਵਾਲਿਆਂ ਪੁੱਛਿਆ, ਤੁਹਾਨੂੰ ਕਿਸੇ 'ਤੇ ਸ਼ੱਕ ਤਾਂ ਨਹੀਂ ਕਿ ਲਾਸ਼ ਦਾ ਪੋਸਟਮਾਰਟਮ ਕਰਾਉਣਾ? ਬੇਜੀ ਹੋਰਾਂ ਨੇ ਆਖ ਦਿੱਤਾ ਨਹੀਂ। ਰੋਂਦੇ ਧੋਂਦੇ ਬਾਪੂ ਜੀ ਦੀ ਲਾਸ਼ ਨੂੰ ਅਸੀਂ ਗੱਡੇ 'ਚ ਪਾ ਕੇ ਪਿੰਡ ਲੈ ਗਏ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਬੇਜੀ ਹੋਰਾਂ ਦਾ ਇਕੱਲਾ ਇਕੱਲਾ ਭਰਾ ਤੁਰ ਗਿਆ ਸੀ। ਫਿਰ ਇਸ ਉਮਰੇ ਉਹ ਰੋਂਦੇ ਕੰਧਾਂ ਰੋਂਦੇ ਸਨ। ਕਿਸੇ ਨੇ ਆਖਿਆ ਜੇਬ 'ਚ ਬਹੁਤ ਸਾਰੇ ਰੁਪਈਏ ਸਨ, ਸ਼ਰਾਬ 'ਚ ਕੁਛ ਦੇ ਕੇ ਮਾਰਤਾ, ਸਾਧ ਨੇ ਤਾਂ ਰੁਪਈਏ ਕੱਢ ਲਏ ਸਰਦਾਰ ਦੇ। ਕਿਸੇ ਨੇ ਦੱਸਿਆ ਸ਼ਰੀਕਾਂ ਨੇ ਕੁਛ ਖਵਾਤਾ, ਵੀ ਸਾਰਾ ਕੁਛ ਸਾਂਭ ਲਾਂਗੇ, ਭੋਰਾ ਭਰ ਜਵਾਕ ਕੀ ਕਰ ਲੂ ਮਗਰੋਂ। ਕੋਈ ਕਹਿੰਦਾ ਖਬਰੇ ਦਿਲ ਫੇਲ ਹੋ ਗਿਆ ਹੋਵੇ, ਅਤੇ ਕੋਈ ਆਖਦਾ ਟਾਈਫਾਇਡ ਹੋ ਕੇ ਹਟਿਆ ਸੀ, ਉੱਤੋਂ ਸ਼ਰਾਬ ਪੀ ਗਿਆ ਅੰਦਰ ਜਾਣਦਾ। ਘਰ 'ਚ ਬਹੁਤ ਰੋਣਾ ਪਿੱਟਣਾ ਹੋ ਰਿਹਾ ਸੀ, ਪਰ ਬੀਬੀ ਨਾ ਕੁਝ ਖਾਂਦੀ ਸੀ ਨਾ ਪੀਂਦੀ, ਬਸ ਗੁਰੂ ਮਹਾਰਾਜ ਦੀ ਤਾਬਿਆ ਬੈਠੀ ਪਾਠ ਕਰਦੀ ਰਹਿੰਦੀ, ਨਹੀਂ ਤਾਂ ਮੂੰਹ ਸਿਰ ਵਲੇਟ ਕੇ ਇੱਕ ਖੂੰਜੇ ਲੱਗ ਕੇ ਬੈਠ ਜਾਂਦੀ। ਜਿਹੜੇ ਬਾਪੂ ਜੀ ਤੋਂ ਬੀਬੀ ਹਮੇਸ਼ਾ ਤਰਹਿੰਦੀ ਰਹੀ ਸੀ, ਉਹਨਾਂ ਦੀ ਮੌਤ ਦਾ ਇੰਨਾ ਗਮ ਲਾ ਲਿਆ ਕਿ ਭੋਗ ਵਾਲੇ ਦਿਨ ਉਹਦੇ ਗਸ਼ਾਂ ਪੈ ਰਹੀਆਂ ਸਨ, ਨਬਜ਼ਾਂ ਮੁੜ ਰਹੀਆਂ ਸਨ, ਅਤੇ ਲੋਕ ਆਖਦੇ ਸਨ ਇਹ ਵੀ ਹੁਣ ਬਚਦੀ ਨਹੀਂ ਦਿੰਦੀ। ਬਾਪੂ ਜੀ ਦੀ ਮੌਤ ਦਾ ਗਮ ਭੁੱਲ ਕੇ ਅਸੀਂ ਬੀਬੀ ਦੀ ਸੰਭਾਲ 'ਚ ਲੱਗ ਗਏ। ਮਾਮਾ ਜੀ ਨਾਲੇ ਰੋਈ ਜਾਂਦੇ, ਨਾਲੇ ਆਖਦੇ ਹਾੜੇ ਹੋਏ ਰੱਬਾ, ਮੇਰੀ ਭੈਣ ਨੂੰ ਕੁਛ ਨਾ ਹੋਵੇ, ਮੇਰੀ ਤਾਂ ਮਾਂ ਦੀ ਥਾਂ ਵੀ ਇਹੀ ਹੈ। ਦਿਨ 'ਚ ਕਿੰਨੀ ਵਾਰੀ ਦੰਦਲਾਂ ਪੈ ਜਾਂਦੀਆਂ ਅਤੇ ਨਬਜ਼ਾਂ ਮੁੜ ਜਾਂਦੀਆਂ। ਦੰਦਲ ਭੰਨਦੇ, ਮੂੰਹ 'ਚ ਪਾਣੀ ਪਾਉਂਦੇ, ਹੱਥ ਪੈਰਾਂ ਦੀਆਂ ਤਲੀਆਂ ਝੱਸਦੇ, ਅਸੀਂ ਸਾਰੇ ਇੱਕ ਦੂਜੇ ਤੋਂ ਓਹਲੇ ਹੋ ਰੋਂਦੇ। ਪਤਾ ਲੱਗਣ 'ਤੇ ਗਿਆਨੀ ਨਿਰੰਜਨ ਸਿੰਘ, ਜੋ ਬੀਬੀ ਦੇ ਧਰਮ ਭਾਈ ਬਣੇ ਹੋਏ ਸਨ, ਆਏ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਰਹੇ ਕਿ ਸਾਡੇ ਗੁਰੂਆਂ 'ਤੇ ਕਿੰਨੀਆਂ ਭੀੜਾਂ ਆਈਆਂ, ਪਰ ਉਹ ਕਦੇ ਡੋਲੇ ਨਹੀਂ ਸਨ। ਉਹ ਸਾਨੂੰ ਦੱਸ ਗਏ ਨੇ ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਝੂਠੇ ਨੇ, ਸੰਸਾਰ ਚਲਾਏ ਮਾਨ ਹੈ, ਬਾਣੀ ਪੜ੍ਹਨ ਦਾ ਕੀ ਫਾਇਦਾ ਜੀ, ਇਉਂ ਹੀ ਚਿੱਤ ਡੁਲਾਉਣਾ ਹੈ। ਪਰ ਬੀਬੀ ਰੋ ਕੇ ਆਖਦੀ, ਭਰਾ ਜੀ ਬਥੇਰਾ ਚਿੱਤ ਨੂੰ ਸਮਝਾਉਂਦੀ ਹਾਂ, ਪਰ ਮੇਰੇ ਵੱਸ ਨਹੀਂ। ਜਦੋਂ ਹਾਲਤ ਜ਼ਿਆਦਾ ਖਰਾਬ ਹੋ ਜਾਂਦੀ, ਕਈ ਵਾਰੀ ਦਿਨ 'ਚ 2-2-3-3 ਵਾਰੀ ਵੀ ਫੀਸ ਦੇ ਕੇ ਡਾਕਟਰ ਨੂੰ ਸੱਦ ਕੇ ਲਿਆਉਂਦੇ, ਲੱਗਦਾ ਸੀ ਇਹਨੂੰ ਵੀ ਕਿਤੇ ਕੁਛ ਨਾ ਹੋ ਜਾਏ। ਇੱਕ ਦਿਨ ਡਾਕਟਰ ਅਮਰਜੀਤ ਨੇ ਸਾਨੂੰ ਸਾਰਿਆਂ ਨੂੰ ਕਮਰੇ ਤੋਂ ਬਾਹਰ ਭੇਜਤਾ ਅਤੇ ਬੀਬੀ ਨੂੰ ਕੁਝ ਸਮਝਾਉਂਦਾ ਰਿਹਾ, ਪਰ ਡਾਕਟਰ ਦੇ ਜਾਣ ਮਗਰੋਂ ਬਹੁਤ ਹੀ ਰੋਈ ਅਤੇ ਆਖੇ, ਭਾਵੇਂ ਮੈਂ ਮਰ ਜਾ, ਇਸ ਡਾਕਟਰ ਨੂੰ ਮੁੜ ਕੇ ਨਾ ਸੱਦਿਓ, ਮੈਨੂੰ ਆਖਦਾ ਬੀਬੀ ਤੈਨੂੰ ਕੁਛ ਨਹੀਂ ਹੋਇਆ, ਐਵੇਂ ਵਾਧੂ ਪਖੰਡ ਨਾ ਕਰ ਅਤੇ ਆਪਣੇ ਬੱਚਿਆਂ ਨੂੰ ਨਾ ਡਰਾ, ਮੈਂ ਕੋਈ ਪਖੰਡ ਕਰਦੀ ਹਾਂ, ਰੋ ਰੋ ਕੇ ਆਖੇ। ਸਾਨੂੰ ਪਤਾ ਸੀ ਬੀਬੀ ਪਖੰਡ ਨਹੀਂ ਸੀ ਕਰਦੀ, ਪਰ ਡਾਕਟਰ ਦੇ ਇਉਂ ਆਖਣ ਦਾ ਇਹ ਅਸਰ ਹੋਇਆ ਕਿ ਹੁਣ ਜਦੋਂ ਦੌਰਾ ਪੈਣ ਲੱਗਦਾ ਉਹ ਕੋਸ਼ਿਸ਼ ਕਰਦੀ ਉਹਨੂੰ ਕੁਝ ਨਾ ਹੋਵੇ, ਅਤੇ ਜਦੋਂ ਦੰਦਲ ਖੁੱਲ੍ਹਦੀ ਆਖਦੀ ਮੈਨੂੰ ਕੁਛ ਨਹੀਂ ਹੋਇਆ, ਡਾਕਟਰ ਨੂੰ ਨਾ ਸੱਦਣ ਤੁਰ ਜਾਇਓ, ਅਤੇ ਉਹਦੀ ਹਾਲਤ 'ਚ ਕੁਝ ਫਰਕ ਆਉਣ ਲੱਗ ਪਿਆ। ਸਾਰੀ ਉਮਰ ਸਾਨੂੰ ਲੱਗਦਾ ਰਿਹਾ ਸੀ ਕਿ ਬਾਪੂ ਜੀ ਦੀ ਅਤੇ ਬੀਬੀ ਦੀ ਬਣੀ ਨਹੀਂ, ਪਰ ਬਾਪੂ ਜੀ ਦੇ ਮਰਨ ਪਿੱਛੋਂ ਪਤਾ ਲੱਗਿਆ ਰੱਬ ਤੋਂ ਦੂਜੀ ਥਾਂ ਬੀਬੀ ਲਈ ਬਾਪੂ ਜੀ ਸਨ। ਹੁਣ ਸਾਨੂੰ ਦਿਲਾਸੇ ਦਿੰਦੀ ਉਹ ਆਪ ਥਿਵਦੀ ਜਾਂਦੀ ਸੀ। ਬੀਬੀ ਦੀ ਇੱਕ ਸਹੇਲੀ ਜੀ ਨੂੰ ਹਮੇਸ਼ਾ ਖਾਕੀ ਕੱਪੜੇ ਪਾਉਣ ਕਰਕੇ ਅਸੀਂ ਖਾਕੀ ਮਾਸੀ ਆਖਦੇ, ਬੀਬੀ ਨੂੰ ਝਿੜਕਦੀ ਵੀ ਅਤੇ ਸਮਝਾਉਂਦੀ ਵੀ, ਆਖੇ ਜਾਣਦੇ ਭੈਣ ਜੀ ਆਦਮੀ ਨੂੰ ਰੋਂਦੀ ਤਾਂ ਤੀਵੀਂ ਉਈ ਨਹੀਂ ਚੰਗੀ ਲੱਗਦੀ, ਵੀ ਜਿੰਨਾ ਕੁ ਸਰਬੰਧ ਪਰਮੇਸ਼ਰ ਨੇ ਲਿਖਤਾ ਠੀਕ ਹੈ, ਮਰ ਗਿਆਂ ਦੇ ਨਾਲ ਤਾਂ ਮਰਿਆ ਨਹੀਂ ਜਾਂਦਾ। ਤੇਰੇ ਸਾਹਮਣੇ ਗੁਰਚਰਨ ਦੇ ਬਾਪੂ ਜੀ ਮਰੇ ਨੂੰ ਕਿੰਨੇ ਵਰੇ ਹੋ ਗਏ, ਕਦੇ ਮੁੰਡਿਆਂ ਨੂੰ ਚਿੱਤ ਬੁਰਾ ਕਰਕੇ ਨਹੀਂ ਦਿਖਾਇਆ, ਹੁਣ ਤਾਂ ਜਵਾਕਾਂ ਦੇ ਸਿਰ 'ਤੇ ਸਗੋਂ ਹੱਥ ਧਰ ਸਿਆਣੀ ਬਣ, ਨਾਲੇ ਜਿਉਂਦਾ ਕੀ ਤੇਰਾ ਸਰਦਾਰ ਤੈਨੂੰ ਪੱਟਦੀਆਂ ਝੁਲਾਉਂਦਾ ਸੀ। ਇਹੋ ਦੁੱਖ ਹੈ ਵੀ ਆਪਣੀਆਂ ਧੀਆਂ ਨੂੰ ਕਿਉਂ ਉੱਠ ਜਾਂਦਾ, ਜਿੰਨਾ ਚਿਰ ਗਿਣਤੀਆਂ 'ਚ ਜੀ ਡੁੱਬੂ ਸੋਕੂ ਕਰਦੀਆਂ ਰੱਬ ਦਾ ਨਾਂ ਲਿਆ ਕਰ, ਗਾਹਾਂ ਨੂੰ ਤੈਨੂੰ ਸਹਾਈ ਹੋਵੇ,
ਬਹੁਤਾ ਕਰਦੀਆਂ ਇੱਕ ਮਾਲਾ ਉਹਦੇ ਨਾਂ ਦੀ ਫੇਰ ਲਿਆ ਕਰ ਵੀ ਉਹਦੀ ਰੂਹ ਨੂੰ ਸ਼ਾਂਤੀ ਮਿਲੇ। ਜੇ ਉਹ ਯਾਦ ਕਰ ਕਰਕੇ ਰੋਂਦੀ ਰਹੇਗੀ ਉਹਦੀ ਰੂਹ ਕਿਵੇਂ ਸ਼ਾਂਤੀ 'ਚ ਰਹੂ, ਭਟਕਦੀ ਨਾ ਫਿਰੂ। ਸਿਆਣੀ ਬਣ ਮੇਰੀ ਭੈਣ, ਜਵਾਕਾਂ ਦਾ ਜੀ ਨਾ ਉਧਰਾ। ਅਤੇ ਬੀਬੀ ਨੂੰ ਜਿਵੇਂ ਮਾਸੀ ਦੀਆਂ ਸਭ ਗੱਲਾਂ ਪੱਲੇ ਬੰਨ ਲਈਆਂ, ਉਹ ਤੜਕੇ ਉੱਠ ਕੇ ਠੰਡੇ ਪਾਣੀ ਨਾਲ ਨਹਾ ਕੇ ਪਾਠ ਕਰਦੀ, ਦਿਨ ਚੜ੍ਹੇ ਨੰਗੇ ਪੈਰੀਂ ਗੁਰਦੁਆਰੇ ਜਾਂਦੀ, ਦਿਨ ਨੂੰ ਗੁਰੂ ਮਹਾਰਾਜ ਪ੍ਰਗਾਸ ਕਰੀ ਰੱਖਦੀ, ਆਥਣੇ ਘਰ 'ਚ ਧੂਫ ਡੰਗਦੀ, ਮਾਲਾ ਫੇਰਦੀ, ਜਿਵੇਂ ਆਪਣੇ ਆਪ ਤੋਂ ਪਰਾਂ ਜਾ ਕੇ ਜਿਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਕਈ ਵਾਰੀ ਅਸੀਂ ਮਜ਼ਾਕ ਨਾਲ ਆਖਦੇ, ਬੀਬੀ ਇੰਨਾ ਭਜਨ ਪਾਠ ਕਰਦੀ ਹੈ, ਤੈਨੂੰ ਤਾਂ ਰੱਬ ਲੈ ਜੂ ਸਵਰਗ 'ਚ ਅਤੇ ਅਸੀਂ ਸਾਰੇ ਹੋਵਾਂਗੇ ਨਰਕ 'ਚ, ਫਿਰ ਪਰਮਟ ਲੈ ਕੇ ਮਿਲਣ ਆਉਣਾ ਪਿਆ ਕਰੂ। ਇੱਕ ਗੱਲ ਹੋਰ ਸੁਣਿਆ, ਸਵਰਗ 'ਚ ਦੁੱਧ ਦੀਆਂ ਨਦੀਆਂ ਵਗਦੀਆਂ ਨੇ ਅਤੇ ਹਰ ਮੌਸਮ 'ਚ ਦਰਖਤ ਫਲਾਂ ਨਾਲ ਭਰੇ ਰਹਿੰਦੇ ਨੇ, ਇਉਂ ਕਰਿਆ ਕਰੀ। ਭਰੀ ਦੁੱਧ ਦੀ ਬਾਲਟੀ ਹੇਠਾਂ ਨਰਕ 'ਚ ਲਟਕਾ ਤੀ, ਅੱਗੋਂ ਅਸੀਂ ਫਲ ਲਿਆ ਕਰਾਂਗੇ, ਤੋੜੇ ਫਲ ਹੇਠਾਂ ਨੂੰ ਰੋੜ ਤੇ। ਬੀਬੀ ਦਿਲ 'ਚ ਖੁਸ਼ ਹੁੰਦੀ ਪਰ ਉੱਤੋਂ ਉੱਤੋਂ ਆਖਦੀ, ਅਗਲਾ ਜਨਮ ਕਿਹਨੇ ਦੇਖਿਆ ਹੈ। ਇੱਕ ਦਿਨ ਬੀਬੀ ਮੈਨੂੰ ਆਖ ਰਹੀ ਸੀ, ਤੇਰੇ ਬਾਪੂ ਜੀ ਸ਼ਰਾਬ ਹੀ ਬਹੁਤੀ ਪੀਂਦੇ ਸੀ, ਉਹਨਾਂ ਨੇ ਕਿਸੇ ਦਾ ਬੁਰਾ ਤਾਂ ਕੋਈ ਨਹੀਂ ਕੀਤਾ। ਸ਼ਾਇਦ ਉਹ ਅੰਦਾਜ਼ਾ ਲਾ ਰਹੀ ਸੀ ਕਿ ਰੱਬ ਬਾਪੂ ਜੀ ਨੂੰ ਨਰਕ 'ਚ ਭੇਜੇਗਾ ਕਿ ਸਵਰਗ 'ਚ। ਬਾਪੂ ਜੀ ਦੇ ਮਰਨ ਪਿੱਛੋਂ ਲੱਗਿਆ ਜਿਵੇਂ ਸਾਡੇ ਸਿਰ 'ਤੇ ਛੱਤ ਨਹੀਂ ਰਹਿ ਗਈ, ਅਤੇ ਲੋਕਾਂ ਨੂੰ ਵੀ ਲੱਗਿਆ ਹੁਣ ਇਹਨਾਂ ਦੇ ਸਿਰ 'ਤੇ ਛੱਤ ਨਹੀਂ ਰਹਿ ਗਈ। ਨਿੱਕੇ ਜਿਹੇ ਵੀਰੇ ਨੂੰ ਅਸੀਂ ਲੁਕੋ ਲੁਕੋ ਰੱਖਦੇ, ਪਿੰਡੋਂ ਕੋਈ ਆਉਂਦਾ ਉਹਦੇ ਸਾਹਮਣੇ ਨਾ ਕਰਦੇ, ਪਿੰਡ ਲੈ ਕੇ ਨਾ ਜਾਂਦੇ, ਮਤਾ ਪਛਾਣ ਕੇ ਸ਼ਰੀਕ ਚੁਕਵਾ ਨਾ ਦੇਣ, ਮਰਵਾ ਨਾ ਦੇਣ। ਬੇਜੀ ਨੇ ਆਖਿਆ, ਦਿਨ ਛਿਪੇ ਤੋਂ ਮਗਰੋਂ ਕਿਸੇ ਨੇ ਘਰ ਤੋਂ ਬਾਹਰ ਨਹੀਂ ਜਾਣਾ, ਰਾਤ ਨੂੰ ਕਿਸੇ ਨੂੰ ਬਾਹਰ ਨਹੀਂ ਖੋਲ੍ਹਣਾ, ਕਿਸੇ ਦੀ ਵੀ ਆਖੇ ਕਿਧਰੇ ਜਾਣਾ ਨਹੀਂ, ਕਿਸੇ ਤੋਂ ਕੁਝ ਲੈ ਕੇ ਖਾਣਾ ਨਹੀਂ ਅਤੇ ਹੋਰ ਕਿੰਨਾ ਹੀ ਕੁਝ। ਆਂਢੀਆਂ ਗੁਆਂਢੀਆਂ ਨੂੰ ਖਬਰੇ ਪਤਾ ਲੱਗ ਗਿਆ, ਅਸੀਂ ਡਰਦੇ ਹਾਂ ਘਰ ਕੋਈ ਬੰਦਾ ਜੋ ਨਹੀਂ, ਵੇਲੇ ਕੁਵੇਲੇ ਰਾਤ ਬਰਾਤੇ ਅਗਲਿਆਂ ਦਰਵਾਜ਼ੇ ਖੜਕਾਉਣੇ ਸ਼ੁਰੂ ਕਰਤੇ। ਅਗਲਿਆਂ ਨੂੰ ਭਾਵੇਂ ਪਤਾ ਸੀ ਬਈ ਬਾਹਰ ਨਹੀਂ ਖੋਲ੍ਹਣਾ, ਪਰ ਚਲੋ ਡਰਾਓ ਹੀ, ਸ਼ਾਇਦ ਉਹਨਾਂ ਸੋਚਿਆ ਸੀ। ਦਰਵਾਜ਼ਾ ਜਦੋਂ ਖੜਕਾਉਣਾ, ਬੀਜੀ ਹੋਰਾਂ ਨੇ ਭੈ ਮਾਂਜੇ ਹੋ ਕੇ ਘਰ ਦੀਆਂ ਬੱਤੀਆਂ ਜਗਾ ਲੈਣੀਆਂ ਅਤੇ ਉੱਚੀ ਉੱਚੀ ਪਾਠ ਕਰਨ ਲੱਗ ਜਾਣਾ, ਕਦੇ ਸਾਨੂੰ ਜਗਾ ਲੈਣਾ, ਕਦੇ ਆਪ ਹੀ ਸਾਰੀ ਰਾਤ ਬੈਠੇ ਪਾਠ ਕਰਦੇ ਰਹਿਣਾ। ਮੈਂ ਆਖਿਆ, ਮੂਹਰਲੇ ਪਾਸਿਓਂ ਅੱਧੀ ਕੋਠੀ ਕਿਰਾਏ 'ਤੇ ਦੇ ਦਿੰਦੇ ਹਾਂ, ਕੋਲ ਲੋਕ ਹੋਣਗੇ, ਏਡਾ ਡਰ ਨਹੀਂ ਲੱਗੂ, ਲੋਕ ਕੀ ਆਖਣਗੇ। ਬੇਜੀ ਨੇ ਚਿੰਤਾ ਤੁਰ ਹੋ ਕੇ ਆਖਿਆ, ਲੋਕਾਂ ਦੇ ਮਾਰੋ ਗੋਲੀ, ਹੁਣ ਜਦੋਂ ਅਸੀਂ ਇੰਨੇ ਪਰੇਸ਼ਾਨ ਹੁੰਦੇ ਹਾਂ ਕਿ ਲੋਕ ਆ ਕੇ ਪੁੱਛਦੇ ਨੇ, ਮੈਂ ਖਿਝ ਕੇ ਕਿਹਾ। ਵੱਡੇ ਹਾਲ ਕਮਰੇ 'ਚ ਕੰਧ ਕਰਵਾ ਕੇ ਅਗਲੇ 5-6 ਕਮਰੇ ਕਿਰਾਏ ਉੱਪਰ ਦੇ ਦਿੱਤੇ ਅਤੇ ਪਿਛਲੇ 6-7 ਕਮਰਿਆਂ 'ਚ ਅਸੀਂ ਆਪ ਰਹਿਣ ਲੱਗੇ। ਕਿਰਾਇਆ ਭਾਵੇਂ ਸਿਰਫ 45 ਰੁਪਏ ਮਹੀਨਾ ਹੀ ਸੀ, ਪਰ ਜੇ ਸੱਚ ਪੁੱਛੋ ਉਸ ਵੇਲੇ ਤਾਂ ਜੇ ਕੋਈ ਆਖਦਾ ਸਾਨੂੰ ਮੁਫ਼ਤ ਰਹਿਣ ਦਿਓ, ਅਸੀਂ ਉਹ ਵੀ ਮੰਨ ਜਾਣਾ ਸੀ। ਛੁੱਟੀਆਂ ਤੋਂ ਮਗਰੋਂ ਮੈਂ ਧਰਮਸ਼ਾਲਾ ਜਾਣਾ ਸੀ, ਤੇਰੇ ਫੁੱਫੜ ਜੀ ਜਿਉਂਦੇ ਹੁੰਦੇ ਬਦਲੀ ਵੀ ਕੋਈ ਗੱਲ ਸੀ, ਤੂੰ ਐਡੀ ਦੂਰ ਇਕੱਲੀ ਕਿਵੇਂ ਰਹੇਂਗੀ, ਆਪਣੀ ਬੀਬੀ ਨੂੰ ਨਾਲ ਲੈ ਜਾ, ਨਾਲੇ ਵੀਰਿੰਦਰ ਇੱਥੋਂ ਦੂਰ ਚਲਾ ਜਾਓ, ਕਿਸੇ ਨੂੰ ਕੀ ਪਤਾ ਵੀ ਤੁਸੀਂ ਕਿੱਥੇ ਹੋ। ਬੇਜੀ ਨੇ ਆਖਿਆ ਸੀ, ਤੁਹਾਡੇ ਕੋਲ ਕੌਣ ਰਹੇਗਾ। ਮੈਂ ਉਦਾਸ ਹੋ ਕੇ ਕਿਹਾ, ਰੱਬ ਹੋਰ ਕੌਣ, ਬੇਜੀ ਬੋਲੇ। ਪਰ ਰਘਵੀਰ ਭਰਾ ਜੀ ਨੇ ਦੱਸਿਆ, ਉਹਨਾਂ ਪਤਾ ਕੀਤਾ, ਉੱਥੇ 2-3 ਪ੍ਰੋਫੈਸਰ ਨੇ ਉਸੇ ਕਾਲਜ ਦੀਆਂ ਇੱਕ ਘਰ 'ਚ ਰਹਿੰਦੀਆਂ ਨੇ, ਤੂੰ ਵੀ ਜਾ ਕੇ ਉਹਨਾਂ ਦੇ ਨਾਲ ਰਹਿ ਲਈ। ਮੈਂ ਨੌਕਰੀ ਕਰ ਲਈ ਹੈ, ਇਹ ਪਤਾ ਲੱਗਣ ਉੱਪਰ ਉਹਦੇ ਪਮਾਲ ਵਾਲੇ ਭੂਆ ਜੀ ਆਏ, ਮੇਰੇ ਨਾਲ ਅੱਡ ਗੱਲਾਂ ਕਰਨ ਲਈ, ਮੈਨੂੰ ਆਪਣੇ ਨਾਲ ਗੁਰਦੁਆਰੇ ਚੱਲਣ ਲਈ ਆਖਿਆ। ਉਹਨਾਂ ਨੂੰ ਵੇਖ ਕੇ ਮੇਰਾ ਮੂੰਹ ਕਮਲਾ ਗਿਆ ਸੀ ਅਤੇ ਦਿਲ ਜਿਹਾ ਘਟ ਰਿਹਾ ਸੀ, ਫਿਰ ਵੀ ਮੈਂ ਉਹਨਾਂ ਦੇ ਨਾਲ ਗੁਰਦੁਆਰੇ ਚੱਲੀ ਗਈ। ਦੁੱਖ ਨਿਵਾਰਨ ਗੁਰਦੁਆਰੇ ਮੱਥਾ ਟੇਕ ਕੇ ਮੇਰੇ ਨਾਲ ਸਰੋਵਰ ਦੀਆਂ ਪੌੜੀਆਂ 'ਤੇ ਜਾ ਬੈਠੇ। ਮੈਨੂੰ ਪਤਾ ਸੀ ਇਹ ਮੈਨੂੰ ਕੁਝ ਆਖਣਗੇ, ਸੋ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ, ਜੇ ਤੈਂ ਨੌਕਰੀ ਓ ਕਰਨੀ ਹੈ ਤਾਂ ਲੁਧਿਆਣੇ ਕਰ, ਕੋਠੀ ਮੈਂ ਖਰੀਦ ਦਿਆਂਗੀ, ਕਾਰ ਲੈ ਦਿਆਂਗੀ। ਛੋਟਾ ਤਾਂ ਆਖਦਾ ਸੀ 15 ਮਿੰਟ ਦਾ ਸਾਰਾ ਰਾਹ ਏ, ਕਾਰ 'ਤੇ ਪਿੰਡੋਂ ਹੀ ਲੁਧਿਆਣੇ ਪੜ੍ਹਾਉਣ ਚਲੀ ਗਈ। ਉਹ ਤਾਂ ਇਹ ਵੀ ਆਖਦਾ ਸੀ ਕੋਠੀ ਕੁਝ ਠੀਕ ਠਾਕ ਕਰਾਉਣੀ ਹੈ ਅਤੇ ਨਵਾਂ ਫਰਨੀਚਰ ਵੀ ਲਿਆਉਣਾ, ਸਭ ਤੇਰੀ ਪਸੰਦ ਨਾਲ ਕਰਾਂਗੇ। ਵੱਡਾ ਕੁਝ ਨਹੀਂ ਸੀ ਆਖਦਾ, ਮੈਂ ਸਿੱਧੇ ਸਵਾਲ ਨਾਲ ਉਸ ਸਿਆਣੀ ਬਿਆਣੀ ਦਾਨੀ ਔਰਤ ਨੂੰ ਜਿਵੇਂ ਪੈਰਾਂ ਤੋਂ ਖੇਡ ਦਿੱਤਾ ਸੀ। ਹਾਂ ਨਹੀਂ ਆਹੋ, ਉਹਨੇ ਵਿਚਾਰੇ ਸੰਤ ਨੇ ਕੀ ਆਖਣਾ ਹੈ, ਉਹਨੂੰ ਤਾਂ ਜਦੋਂ ਪੁੱਛੋ ਆਖ ਦਿੰਦਾ ਜਿਵੇਂ ਮਰਜ਼ੀ ਕਰ ਲਓ, ਤੂੰ ਸਮਝਦਾਰ ਹੈ। ਮੈਂ ਤਾਂ ਸਮਝਦੀ ਹਾਂ, ਇੱਕ ਨਹੀਂ ਦੋਵੇਂ ਤੇਰੇ ਕਹਿਣੇ 'ਚ ਚੱਲਣਗੇ, ਮੇਰਾ ਮਤਲਬ ਹੈ ਭੈਣ ਭਾਈ ਸਾਰੇ ਰਲ ਕੇ ਰਹੋ। ਉਹਦੇ ਭੂਆ ਜੀ ਕਈ ਮਹੀਨਿਆਂ ਵਾਲੀਆਂ ਗੱਲਾਂ ਕਰੀ ਜਾ ਰਹੇ ਸਨ, ਉਹਨਾਂ ਆਪਣਾ ਇਲਾਜ ਕਰਵਾ ਲਿਆ, ਮੈਂ ਕਈ ਵਾਰੀ ਪਹਿਲਾਂ ਵਾਲੀ ਗੱਲ 'ਚ ਤਾਰੀ, ਤੈਨੂੰ ਕਿਹਨੇ ਦੱਸਿਆ। ਦੇਖਣਾ ਅੱਜ ਕੱਲ੍ਹ ਉਹ ਕਿਹੜੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ, ਬਥੇਰੀਆਂ ਦਵਾਈਆਂ ਖਾਂਦਾ ਰਹਿੰਦਾ, ਨਾਲੇ ਉਹ ਤਾਂ ਮਾੜੀ ਜਿਹੀ ਗੱਲ ਸੀ, ਐਵੇਂ ਜਿਹਾ ਖਾਣੇ ਲੋਕਾਂ ਕੀ ਦੀਆਂ ਕੀ ਬਣਾ ਲੈਂਦੇ ਨੇ।
ਸਾਨੂੰ ਕਿਹੜਾ ਨਹੀਂ ਜਾ ਜਾ ਲੋਕ ਆਖਦੇ ਵੀ ਅਗਲੀ ਦਾ ਮੁੰਡਿਆਂ ਨਾਲ ਪੜ੍ਹੀਂਦਾ ਹੈ ਪੜ੍ਹਦੀ ਆ ਨੌਕਰੀ ਕਰਦੀ ਦਾ ਸੌ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ ਸਾਰੇ ਚੰਗੇ ਹੀ ਤਾਂ ਨਹੀਂ ਹੁੰਦੇ ਤਰ੍ਹਾਂ ਤਰ੍ਹਾਂ ਦੀਆਂ ਅਗਲੇ ਗੱਲਾਂ ਬਣਾਉਂਦੇ ਨੇ ਤਾਂ ਹੀ ਤਾਂ ਮੈਂ ਆਖਦੀ ਆਪਦੇ ਘਰ ਰਹਿ ਭਾਵੇਂ ਹੱਥਣ ਨੂੰ 10 ਖੂਹ ਪੱਟ ਆਦਮੀ ਸਿਰ 'ਤੇ ਹੋ ਮਜਾਲ ਨਹੀਂ ਕਿਸੇ ਦੀ ਕੋਈ ਉਂਗਲ ਵੀ ਕਰ ਜੇ ਉਹਦੇ ਭੂਆ ਜੀ ਇੱਕੋ ਸਾਹ ਕਿੰਨੀਆਂ ਹੀ ਗੱਲਾਂ ਕਰ ਗਏ ਸਨ ਆਪਣਿਆਂ ਦੀ ਸਫਾਈ ਦੀਆਂ ਮੇਰੇ 'ਤੇ ਸ਼ੱਕ ਦੀਆਂ ਅਤੇ ਮੈਨੂੰ ਲਾਰਿਆਂ ਦੀਆਂ ਇੱਕ ਵਾਰੀ ਤਾਂ ਖੂਨ ਖੋਲਿਆ ਕਿ ਔਰਤ ਗੁਰਦੁਆਰੇ ਦੇ ਸਰੋਵਰ ਦੀਆਂ ਪੌੜੀਆਂ 'ਤੇ ਬੈਠੀ ਮੇਰੇ ਨਾਲ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਉਹ ਮੈਨੂੰ 10 ਖੂਹ ਪੱਟਣ ਦਿਓ ਮੈਂ ਆਪਣੀ ਆਵਾਜ਼ ਨੂੰ ਸਹਿਜ ਰੱਖਦਿਆਂ ਹੋਰ ਸਪਸ਼ਟ ਹੋਣ ਲਈ ਆਖਿਆ ਤੂੰ ਜਿਵੇਂ ਚਿੱਤ ਕਰੂ ਰਹੀਂ ਉਹ ਨਹੀਂ ਤੈਨੂੰ ਕੁਛ ਵੀ ਆਖਣ ਲੱਗਿਆ ਬਸ ਲੋਕ ਉਹਨੂੰ ਮਖੌਲ ਕਰਨ ਨੂੰ ਹਟ ਜਾਣਗੇ ਬਈ ਗੱਲ ਕਰਦੇ ਭੂਆ ਜੀ ਮੇਰੇ ਵੱਲ ਗਹੁੰ ਨਾਲ ਵੇਖ ਕੇ ਚੁੱਪ ਕਰ ਗਏ ਚਲੋ ਚੱਲੀਏ ਮੈਂ ਖੜੀ ਹੁੰਦੀ ਨੇ ਕਿਹਾ ਪਰ ਤੁਰਨ ਤੋਂ ਪਹਿਲਾਂ ਸਰੋਵਰ ਦੇ ਪਾਣੀ ਦੀ ਇੱਕ ਚੂੜੀ ਭਰ ਕੇ ਮੈਂ ਘੁੱਟ ਭਰ ਲਈ ਮੇਰਾ ਮੂੰਹ ਸੁੱਕ ਰਿਹਾ ਸੀ ਸਾਹਮਣੇ ਗੁਰਦੁਆਰੇ ਦੇ ਬਾਹਰ ਲੋਕਾਂ ਦੀ ਭੀੜ ਵਿੱਚ ਪਿੱਛਿਓਂ ਇੱਕ ਬੁੱਢੀ ਦਾਦੀ ਮਾਂ ਵਰਗੀ ਲੱਗੀ ਅੱਖਾਂ ਭਰ ਕੇ ਮਨ ਹੀ ਮਨ ਮੈਂ ਉਹਨੂੰ ਜਿਵੇਂ ਆਖਿਆ ਦਾਦੀ ਮਾਂ ਤੇਰੀ ਗੰਗਾ ਜਲ ਅਰਗੀ ਧੀ ਪਰ ਉਹ ਬੁੱਢੀ ਤਾਂ ਕੋਈ ਹੋਰ ਸੀ ਦੁਪਹਿਰੇ ਵਾਪਸ ਜਾਣ ਤੋਂ ਪਹਿਲਾਂ ਉਹਦੇ ਭੂਆ ਜੀ ਨੇ ਮੈਨੂੰ ਪੁੱਛਿਆ ਫਿਰ ਉਹਨੂੰ ਕਦੋਂ ਲੈਣ ਭੇਜਣਾ ਨਾ ਮੈਂ ਸੰਖੇਪ ਪਰ ਦ੍ਰਿੜ ਉੱਤਰ ਦਿੱਤਾ ਅੰਗ 24 ਗਰਮੀਆਂ ਦੀਆਂ ਛੁੱਟੀਆਂ ਤੋਂ ਮਗਰੋਂ ਮੈਂ ਗਵਰਨਮੈਂਟ ਕਾਲਜ ਧਰਮਸ਼ਾਲਾ ਜੁਆਇਨ ਕਰ ਲਿਆ ਦੋ ਤਿੰਨ ਪ੍ਰੋਫੈਸਰ ਦੀਆਂ ਜਿਨ੍ਹਾਂ 'ਚ ਮਿਸ ਗਿੱਲ ਵੀ ਸੀ ਇੱਕ ਘਰ 'ਚ ਰਹਿੰਦੀਆਂ ਸਨ ਉਹਨਾਂ ਮੈਨੂੰ ਵੀ ਪ੍ਰਿੰਸੀਪਲ ਦੇ ਆਖਣ 'ਤੇ ਆਪਣੇ ਨਾਲ ਰੱਖ ਲਿਆ ਧਰਮਸ਼ਾਲਾ ਛੋਟਾ ਜਿਹਾ ਪਹਾੜੀ ਸ਼ਹਿਰ ਗਰੀਬ ਜਿਹੇ ਲੋਕ ਅਤੇ ਸ਼ਾਂਤ ਵਾਤਾਵਰਨ ਥੋੜ੍ਹਾ ਉੱਪਰ ਚਲੇ ਜਾਓ ਬਰਫ਼ ਪਈ ਦਿਸਦੀ ਥੋੜ੍ਹਾ ਹੇਠਾਂ ਚਲੇ ਜਾਓ ਕੂਲਾਂ ਨਦੀਆਂ ਵਗਦੀਆਂ ਲੱਭ ਜਾਂਦੀਆਂ ਜੰਗਲ ਪਹਾੜ ਕੂਲਾਂ ਨਦੀਆਂ ਉੱਪਰਾ ਥਾਂ ਉੱਪਰੇ ਲੋਕ ਮੈਂ ਜਿਵੇਂ ਕਿਸੇ ਹੋਰ ਹੀ ਦੁਨੀਆਂ 'ਚ ਪਹੁੰਚ ਗਈ ਸੀ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ ਜਿੱਥੇ ਮੈਂ ਆਪਣੇ ਆਪ ਨੂੰ ਭੁੱਲ ਕੇ ਜਿਉਂ ਸਕਦੀ ਸੀ ਪਹਿਲੇ ਪਹਿਲੇ ਤਾਂ ਲੋਕਾਂ ਨੂੰ ਇਹ ਵੀ ਇਤਬਾਰ ਨਹੀਂ ਸੀ ਆਉਂਦਾ ਕਿ ਮੈਂ ਇੱਥੇ ਪ੍ਰੋਫੈਸਰ ਲੱਗੀ ਹਾਂ ਕਲਰਕ ਨੂੰ ਆਖਿਆ ਮੈਨੂੰ ਰੋਲ ਨੰਬਰ ਦੇ ਭਾਵ ਸੀ ਵਿਦਿਆਰਥੀਆਂ ਦੇ ਪਰ ਉਹਨੇ ਪੁੱਛ ਲਿਆ ਕਿਹੜੀ ਜਮਾਤ 'ਚ ਦਾਖਲ ਹੋਏ ਹੋ ਚਪੜਾਸੀ ਨੂੰ ਇੱਕ ਦਿਨ ਆਖਿਆ ਜ਼ਰਾ ਚਿੱਠੀਆਂ ਤਾਂ ਪੋਸਟ ਕਰ ਆਖਣ ਲੱਗਿਆ ਮੇਰੇ ਕੋਲ ਟਾਈਮ ਨਹੀਂ ਪਰ ਮਗਰੋਂ ਕਿਸੇ ਨੇ ਜਦੋਂ ਦੱਸਿਆ ਪ੍ਰੋਫੈਸਰ ਨਹੀਂ ਆ ਨਵੀਂ ਆਈ ਤਾਂ ਮਗਰ ਗਿਆ ਅਤੇ ਆਖਣ ਲੱਗਾ ਲਿਆਓ ਜੀ ਚਿੱਠੀਆਂ ਪਾ ਆਵਾਂ ਸਾੜੀ ਪਾ ਕੇ ਜਾਇਆ ਕਰ ਕਮੀਜ਼ ਸਲਵਾਰ ਨਾਲ ਤਾਂ ਤੂੰ ਕੁੜੀਆਂ ਵਿੱਚ ਹੀ ਰੁਲ ਜਾਂਦੀ ਹੈ ਮਿਸ ਗਿੱਲ ਨੇ ਸਲਾਹ ਦਿੱਤੀ ਕੱਪੜਿਆਂ ਨਾਲ ਹੀ ਜੇ ਤੁਹਾਡੀ ਪਹਿਚਾਣ ਹੋਈ ਤਾਂ ਬੜੀ ਹੋਈ ਮੈਂ ਹੱਸ ਕੇ ਆਖਿਆ ਪਰ ਪਿੱਛੋਂ ਪਹਿਚਾਣ ਆਪੇ ਹੋ ਗਈ ਜਦੋਂ ਪ੍ਰਿੰਸੀਪਲ ਨੇ ਆਖਿਆ ਸਾਰੇ ਪ੍ਰੋਫੈਸਰ ਗਾਊਨ ਪਾ ਕੇ ਜਮਾਤਾਂ 'ਚ ਜਾਣ ਛੋਟਾ ਜਿਹਾ ਸ਼ਹਿਰ ਸੀ ਸਾਰੇ ਲੋਕ ਹੀ ਇੱਕ ਦੂਜੇ ਨੂੰ ਜਾਣਦੇ ਸੀ ਫਿਰ ਵੀ ਸੀਨੀਅਰ ਪ੍ਰੋਫੈਸਰ ਰਿਸ਼ੀ ਅਤੇ ਉਹਦੀ ਘਰਵਾਲੀ ਪ੍ਰਿੰਸੀਪਲ ਅਤੇ ਉਹਦੀ ਘਰਵਾਲੀ ਸਾਡੇ ਘਰ ਆਏ ਕਿ ਅਸੀਂ ਤੁਹਾਡੇ ਨੇੜੇ ਹੀ ਰਹਿੰਦੇ ਹਾਂ ਕੋਈ ਫਿਕਰ ਨਾ ਕਰਨਾ ਆਥਣੇ ਕੁੜੀਆਂ ਨੇ ਗੇਮਸ ਖੇਡਣ ਜਾਣਾ ਹੁੰਦਾ ਸੀ ਕਾਲਜ 'ਚ ਸਾਡਾ ਘਰ ਕਾਲਜ ਦੇ ਨੇੜੇ ਹੀ ਸੀ ਪ੍ਰਿੰਸੀਪਲ ਨੇ ਮੇਰੀ ਡਿਊਟੀ ਲਗਾ ਦਿੱਤੀ ਸ਼ਾਮ ਨੂੰ ਜਾਣ ਦੀ ਵੀ ਕੁਝ ਦਿਨ ਮਗਰੋਂ ਕੁੜੀਆਂ ਨੇ ਦੱਸਿਆ ਆਥਣੇ ਆਈਏ ਤਾਂ ਲੜਕੇ ਛੇੜਦੇ ਨੇ ਮੈਂ ਆਖਿਆ ਮੈਨੂੰ ਦੱਸਣਾ ਦੋ ਕੁ ਦਿਨ ਮੈਂ ਬਿਮਾਰ ਸੀ ਆਥਣੇ ਗੇਮਸ 'ਤੇ ਨਾ ਗਈ ਤੀਸਰੇ ਦਿਨ ਜਦੋਂ ਗਈ ਤਾਂ ਲੜਕੀਆਂ ਦੇ ਬੈਡਮਿੰਟਨ ਕੋਰਟ 'ਚ ਦੋ ਲੜਕੇ ਬੈਡਮਿੰਟਨ ਖੇਡ ਰਹੇ ਸਨ ਅਤੇ ਕੁੜੀਆਂ ਆਪਣੇ ਆਪਣੇ ਰੈਕਟ ਫੜੀ ਇੱਕ ਪਾਸੇ ਚੁੱਪ ਕੀਤੀਆਂ ਖੜੀਆਂ ਸਨ ਲੜਕਿਆਂ ਨੂੰ ਖੇਡ 'ਚ ਮੇਰੇ ਆਉਣ ਦਾ ਪਤਾ ਨਹੀਂ ਸੀ ਲੱਗਿਆ ਦੋ ਕੁ ਮਿੰਟ ਉਡੀਕ ਕੇ ਮੈਂ ਹੱਥ ਉੱਚਾ ਕਰਕੇ ਆਖਿਆ ਸੁਣੋ ਉਹ ਰੁਕ ਗਏ ਇੱਧਰ ਆ ਕੇ ਗੱਲ ਸੁਣੋ ਮੈਂ ਜ਼ਰਾ ਉੱਚੀ ਜਿਹੀ ਆਵਾਜ਼ 'ਚ ਆਖਿਆ ਤਾਂ ਉਹ ਹੈਰਾਨ ਜਿਹੇ ਹੋ ਗਏ ਕੋਰਟ ਤੋਂ ਬਾਹਰ ਆਓ ਮੈਂ ਸਖਤ ਹੋ ਕੇ ਕਿਹਾ ਉਸ ਢਿੱਲੇ ਜਿਹੇ ਕਦਮ ਪੁੱਟਦੇ ਉਹ ਢਿੱਲੇ ਜਿਹੇ ਕਦਮ ਪੁੱਟਦੇ ਮੇਰੇ ਕੋਲ ਆ ਗਏ ਤੁਸੀਂ ਕਿਹਤੋਂ ਪੁੱਛ ਕੇ ਇਸ ਕੋਰਟ 'ਚ ਖੇਡ ਰਹੇ ਹੋ ਖਾਲੀ ਪਿਆ ਸੀ ਉਹਨਾਂ 'ਚੋਂ ਇੱਕ ਨੇ ਆਖਣਾ ਸ਼ੁਰੂ ਕੀਤਾ ਪਰ ਜਦੋਂ ਲੜਕੀਆਂ ਆ ਗਈਆਂ ਸੀ ਤੁਸੀਂ ਹਟ ਕਿਉਂ ਨਹੀਂ ਸੀ ਗਏ ਖੇਡਣ ਤੋਂ ਸੌਰੀ ਮੈਡਮ ਉਹਨਾਂ 'ਚੋਂ ਇੱਕ ਨੇ ਆਖਿਆ ਅਤੇ ਪਰੇ ਖੜੀਆਂ ਕੁੜੀਆਂ ਵੱਲ ਝਾਕਿਆ ਜਿਹੜੀਆਂ ਉਹਨਾਂ ਦੇ ਡਾਂਟ ਪੈਣ 'ਤੇ ਖੁਸ਼ ਹੋ ਰਹੀਆਂ ਸਨ ਬਾਅਦ 'ਚ ਮੈਨੂੰ ਪਤਾ ਲੱਗਿਆ ਉਹਨਾਂ 'ਚੋਂ ਇੱਕ ਲੜਕਾ ਪ੍ਰਿੰਸੀਪਲ ਦਾ ਸੀ ਅਤੇ ਦੂਜਾ ਮੇਜਰ ਅਜਮੇਰ ਸਿੰਘ ਦਾ ਨਿੱਕੇ ਜਿਹੇ ਸ਼ਹਿਰ ਵਿੱਚ ਦੋਵੇਂ ਬੰਦੇ ਵੱਡੀਆਂ ਵੱਡੀਆਂ ਹਸਤੀਆਂ ਸਨ ਲੜਕਿਆਂ ਨੇ ਜਾ ਕੇ ਪ੍ਰਿੰਸੀਪਲ ਕੋਲ ਨਹੀਂ ਵਾਈਸ ਪ੍ਰਿੰਸੀਪਲ ਕੋਲ ਸ਼ਿਕਾਇਤ ਲਗਾਈ ਮੈਡਮ ਨੇ ਸਾਡੀ ਕੁੜੀਆਂ ਸਾਹਮਣੇ ਬੇਇੱਜ਼ਤੀ ਕਰਤੀ ਹੈ ਵਾਈਸ ਪ੍ਰਿੰਸੀਪਲ ਛੋਟੇ ਜਿਹੇ ਕੱਦ ਦਾ ਕਾਲੇ ਰੰਗ ਦਾ ਬੜੀਆਂ ਇੰਟੈਲੀਜੈਂਟ ਅੱਖਾਂ ਵਾਲਾ ਮਦਰਾਸੀ ਸੀ ਜਿਹਦੀ ਜਰਮਨ ਵਾਟੀ ਸੀ ਅਤੇ ਅੰਗਰੇਜ਼ਾਂ ਵਰਗੇ ਦੋ ਪੁੱਤਰ ਸਨ ਪ੍ਰਿੰਸੀਪਲ ਤੋਂ ਵੱਧ ਕਾਲਜ 'ਚ ਇਹਦਾ ਰੂਪ ਸੀ ਕਿਉਂਕਿ ਇੱਕੋ ਬੰਦਾ ਵਲੈਤ ਪਾਸ ਸੀ ਬੇਹੱਦ ਚੁਸਤ ਸੀ ਬਹੁਤ ਪੜ੍ਹਦਾ ਲਿਖਦਾ ਸੀ ਵਾਈਸ ਪ੍ਰਿੰਸੀਪਲ ਨੇ ਦੋ ਕੁ ਦਿਨਾਂ ਮਗਰੋਂ ਫੁੱਲਾਂ ਨਾਲ ਭਰੇ ਕਾਲਜ ਦੇ ਲੌਂਚ 'ਚ
बैठी एक मैगजीन फरोल रही नूं मैनू आके अंग्रेजी च पुछया, मैं इत्थे तुहाडे कोल बैठ जावां? रस्मी खुशी इजहार करन दी थां ते जरूर बैठो आखण दी थां मैं आख्या, मर्जी है तुहाडी। वो कुर्सी खिंच के मेरे कोल बैठ गया। की हाल है तुहाडा, उहने पुछया। ठीक है, मैं संखेप जिहा उत्तर दित्ता। कॉलेज किहो जिहा लग्या? ठीक है, फिर मेरा उही उत्तर सी। जिन्हां लड़कियां नूं तुसीं झिड़किया सी उहनां चों इक प्रिंसीपल दा लड़का है विजय, ते दूजा हरजिंदर मेजर अजमेर सिंह दा लड़का है, उहने दस्सिया। फिर की हो गया? वो कहिंदे सी मैडम ने कुड़ियां सामने साडी बेइज्जती करती है। फिर की हो गया? मैं उसे सहज नाल आख्या, आई लाइक यू माई डियर गर्ल, आई लाइक यू वेरी मच। उहने जदों आख्या, मैं हैरान होके उस वल झाके। उस वेले विजय ते हरजिंदर उतरों लंघे, शायद सोच रहे होण वाइस प्रिंसीपल साहब मैडम नूं डांट रहे ने। विजय, हरजिंदर इधर आओ, मैं आवाज़ दित्ती। वो आ गए। गुड मॉर्निंग विजय। गुड मॉर्निंग हरजिंदर। तुसी हुण मैनूं विश नहीं करदे, कोल दी इउं लंघ जांदे हो जिवें मैनूं देखिया ही नहीं हुंदा। कोई गल नहीं, अगे तो मैं तुहानूं विश कर दिया करांगी, मैं आख्या। सॉरी मैडम, विजय जो बहुत ही सोफिस्टिकेटिड माँ का पुत्र सी बोलिया, तुसी वाइस प्रिंसीपल साहब कोल मेरी शिकायत लगाई है भी मैं तुहाडी कुड़ियां सामने बेइज्जती कर दित्ती है। बेइज्जती तो उहनां दी हुंदी है जिन्हां दी कोई इज्जत होवे, तुसी की समझदे हो अपने आप नूं? वो दोवें चुप सन। बोलो सॉरी, मैं हंस के कहा। दोनों ने आख्या, सॉरी मैडम। चलो हुण आपां कैंटीन ते चाह पीण चलदे हाँ, मैं आख्या। मैं भी चलां? वाइस प्रिंसीपल ने पुछया। तुहाडी मर्जी है, मैं आख्या। हाँ मेरी मर्जी है, आखो भी नाल तुर पिया। कैंटीन च बहुत सारे लोग हैरान हो सानू देखते रहे कि वाइस प्रिंसीपल मैडम ते स्टूडेंट्स नाल चाह पी रहा है। चाह पींदिया विजय ने आख्या, मैडम एक गल मेरे डैडी नूं ना दसना। ते हरजिंदर ने आख्या, मैडम साढ़े घर आओ कदे। ते इसे हरजिंदर लड़के नाल जदों फौज च लैफ्टैंट बन गया, मेरी छोटी भैण दा विआह होया। दूजियां दो प्रोफैसरनियां दी उत्थों बदली हो गई सी, घर च सिर्फ मैं ते मिस गिल ही रह गईआं सी। एक दिन मिस गिल ने अपने मामा जी की मैनू चिट्ठी पढ़ाई। उन्हों का कोई वाकफ लड़का मिस गिल नू देखण आ रहा सी, गैसट हाउस च उन्हें ठहरना सी ते असी आप जा के उन्हों घर ले आके चाह पिआउणी सी। असी घर की चंगी तरह सफाई की, खूब सजाया, नवे परदे लियांदे, फुलदान लियांदे, कॉलेज के माली तो फुल मंगवाए, चाह नाल नू कई चीज़ां लियांदियां। भावें मैनू औखा लगता सी, फिर भी अपनी सहेली मिस गिल की खातर मैं उहदे नाल गैसट हाउस गई, उस भाई नूं घर लिआंदा, चाह पिआई। फिर यह सोच के कि आराम नाल गल्लां कर सकन, मैं गुसलखाने च नहाउण लग पई। नहा के वाल सुकाउण लई मैं बाहर परे विहड़े च जा बैठी, कोई किताब पढ़न लग पई। जाण वेले उह मेरे वल आया, हुण मैं चलदा, बड़ी खुशी होई मिल के। उहने आख्या, होर बैठो, अजे तां नेरा नहीं होया, खाणा खा के जायो। उत्थे गैसट हाउस च इकल्ले बोर ही हो गए, नाले मिस गिल नाल तां भावें तुसीं किसे टॉपिक की गल छेड़ लो, इन्नी नॉलेज है। मैं तां हैरान ही हो जाती हाँ, उंझ भी बहुत घट लड़कियां नूं इन्नी अकल हुंदी है। हर एक गल बारे मैं आनी बहानी मिस गिल की प्रशंसा कर रही सी। ये सब कुछ आखे कल आवांगा, उन्हें आख्या ते हाथ जोड़ के सत श्रीकाल बुला के चला गया। बंदा चंगा लगता है, उहदे जाण मगरों मैं मिस गिल नूं आख्या। नौकरी भी बड़ी वड्डी है, उन्हें दस्सिया। उन्हें ते मामा जी नूं जाके आखना मेरा छेती विआह कर दिओ मिस गिल नाल, फिर मैं इत्थे कल्ली की करांगी, मैं कुछ खुशी ते कुछ संसे नाल आख्या। बंदा इंटैलीजेंट है, पता नहीं किन्नियां कुड़ियां देख छड्डियां होणगियां, नाले की पता किहो जी कुड़ी चाहुंदा है, मिस गिल आख रही सी। पढ़ी लिखी साऊ सोहणी प्रोफैसर ने मिस गिल जी नूं मिले, होर अगले नूं की चाहिदा, मैं हंस के आख्या। चलो देखो, बोली, जे उहनूं सब कुछ पसंद ना हुंदा तो उहने इह नहीं सी आखणा कल नूं आवांगा, उह अज ही इत्थों चला जांदा, मैं दलील दित्ती जिहड़ी मिस गिल नूं जच गई। अगले दिन मिस गिल सवेरे कॉलेज नूं चली गई, मैं पिछले पीरियड होण करके देर नाल जांदी सी। 11 बजे उह भाई आ पहुंचिया। मिस गिल तां कॉलेज गए हुए ने, मैं दस्सिया, मैं तुहानूं मिलण आया। उहने आपे कुर्सी ते बैठदे आख्या, दसो। मैं कुछ घबराहट जिही च आख्या, तुसीं इह जिहड़ी अंगूठी पाई हुई है, इह मेरे बाबा जी ने बनवा के दित्ती सी, उदों मेरी खुल्ली सी, हुण मेच आ जाण करके मैं पा लई, मैं बेमतलब ही, मैं दस्सिया। चाह पीओगे? मैं घबराहट जिही च पुछया। नहीं, एक मिनट बैठ के मेरी गल सुनो, उहने मैनूं घबराहट जिही च खड़ी हो गई नूं आख्या। मैं बैठ गई। इह मेरा पता है, उहने विजिटिंग कार्ड कढ के मैनूं फड़ा दिता, शायद इस लई कि उहदा
डेजिग्नेशन देख के मैं बड़ी प्रभावित होवांगी। देखो तुसी कौन हो, किदी लड़की हो, मैं जानने च इंटरेस्टिड नहीं। बस मैं इन्ना आखना चाहना कि मिस गिल नाल नहीं तुहाडे नाल शादी करन नू तैयार हां। जे तुहानू मंजूर है तो इस पते उत्ते खत पा देना। अच्छा मैं चलदा, मैं बस फड़नियां जाके। आखू चला गया। ये गल मैं मिस गिल नू नहीं सी दसी, सिर्फ इन्ना ही दसिया कि उह भाई आया सी ये दसन लई कि मैं जा रहा। उल्लू दे पट्ठे नू पता दसी कि इस टाइम मैं कॉलेज होवांगी। वह बोली किन्ने ही दिन उहदे जाण मगरों मिस गिल मामा जी का खत उड़ीकदी रही ते किन्ने ही दिन मैं उदास रही। बहुत उदास होण ते मैं कदी कदी कल्ली घरों सैर करन जंगल च चली जांदी। सामने बर्फ लद्दे हिमालय पर्बत दीआं चोटियां, आले दुआले निर्जन जंगल झाड़ियां, चीलां दे रुख, आड़ू ते नाशपतियां दे दरखत, जंगली फुल, थां पुर थां वगदियां कूलां ते हेठां वगदी नदी। लगदा मैं किसी होर युग च पहुँच गई हाँ। बचपन च सुनिया सी पहाड़ां ते जंगलां च ऋषि मुनि तप करन चले जांदे हन, उत्थे उहनां दे तपोवन हुंदे हन। ते मैनूं लगदा मैं ऋषि मुनियां दे देश च फिर रही हाँ ते हुणे किसे ऋषि मुनि ने दिस पैण दी आस मैनूं लगी रहिंदी। कुदरत दी अनंतता च अपना तुछ आपा मैनूं भुल जांदा। जंगली फुल चुणदी, तरह तरह दीआं पंछियां दीआं आवाज़ां सुणदी, किसे कूल दे नाल नाल तुरदी, कदे कदे मैं बहुत दूर निकल जांदी। बहुत सुख सी, शांति सी ते सुकून सी इस थां। इस वेले कोई मोह भिजियां नज़रां मेरी वल उलरियां, पर मैं नीवी पा के कोल दी लंघ जांदी ते बेचैन हो के सोचदी मैं किवें इन्हां नूं दसां कि मैं नहीं हाँ। बेसंकोच सिर्फ मैं वाइस प्रिंसीपल नाल गल्लां कर सकदी। पता सी बहुत इंटैलीजेंट बंदा है, बहुत सोहनी जर्मन वोटी है, लाला वर्गे दो पुत्तर ने ते पढ़न लिखन वाला बंदा है। इहनूं किसे किस्म दी भुख नहीं। उहने बड़े चिर मगरों दस्सिया कि मैं लाइब्रेरी दा रजिस्टर देख के जान लिया सी कि तुसीं किहड़ियां किहड़ियां किताबां पढ़दे हो। 6 कु महीने लंघ गए, एक दो वारी मैं पटियाले हो गई। जदों मैं पटियाले आउंदी वाइस प्रिंसीपल कुछ चीज़ां लियाउण लई आखदा ते जिस दिन मैं वापस पहुँचदी उह बस अड्डे ते उड़ीकदा हुंदा ते दसदा इन्हां चीज़ां दा मैनूं बड़ा इंतज़ार सी। चीज़ां भावें मामूली हुंदियां, कदे किताबां, कदे खूबसूरत तूफ, कदे मिठियां सुपारियां ते कदे वोटी लई सेंट। उत्थे पटियाले दा वी इक प्रोफेसर सी, उहने एक दिन मैनूं आख्या कोई काम होवे मैनूं दस्या करो, उस साले मद्रासी नाल कदे लई गल करदे हुंदे हो। ते उह हरते करते काम पुछण घर आ जांदा, भावें उहदे करन जोगा साडे कोल कोई काम नहीं सी हुंदा। मिस गिल छेड़दी इहनूं आख साडी सब्जी लिया दिया करे। उसे ने दसिया 2 महीने हो गए वाइस प्रिंसीपल दी वोटी अपने देश चली गई है, हुण शायद ही आवे। इस देश च है भी की, असी तां हैरान सी इस नाल आ किवें गई। मैनूं लग्गिया ईरखा वासे लोक मन आईआं गल्लां करी जांदे ने। कुछ दिन मगरों सरसरी मैं वाइस प्रिंसीपल नूं पुछिया तुहाडी वोटी कदों आ रही है, बच्चियां दा की हाल है। ठीक है आखदा उह स्टाफ रूम चों बाहर चला गया। अगले दिन फिर जदों मैं धुप्पे कॉलेज दे लॉन च बैठी कुछ पढ़ रही सी मेरे कोल आ के बैठ गया। कई लड़कियां ने इन्नी ठंड विच वी इक इक कमीज़ ही पाया हुंदा है। एक दो नूं मैं झिड़किया कि ठंड लग जाएगी तां उहनां दस्सिया मैडम स्वैटर है नहीं, चंदा इकट्ठा करके कुछ करिए। मैं पुछया कर लो, उह मेरे वल ध्यान नाल देखदा बोलिया प्रिंसीपल तों पुछ के हर प्रोफेसर कोलों मैं आप चंदा मंगण गई। 10-10 रुपए मैं मंगे, सब ने दे दिते ते वाइस प्रिंसीपल ने 50 दिते। मैं बहुत खुश हो गई। बाजार च जाके दुकानदार तों जिस भाव नूं आई सी उसे भा कट्ठी उन्न खरीद ली। सारे कॉलेज दियां कुड़ियां दी गर्ल्स एक मीटिंग कीती ते आख्या स्वैटर बुणन दा कंपीटिशन है, जिहड़ी लड़की सब तों पहला ते सब तों चंगा स्वैटर बुण के लियाएगी उहनूं इनाम दित्ता जाएगा ते उहदी तस्वीर कॉलेज मैगजीन च छपेगी। स्वैटर दा साइज़ ते नाप दस दित्ता, चाई चाई कुड़ियां उन्न घर नूं लै गईआं। हफ्ते दे अंदर अंदर प्रिंसीपल दे कमरे विच रंग बिरंगे स्वैटरां दा ढेर लग गया। फिर एक नोटिस लगाया जिस भी लड़के कोल स्वैटर नहीं उह प्रिंसीपल दे कमरे च जावे, प्रिंसीपल तों स्वैटर लैके उत्थे ही बाथरूम च जाके कमीज़ दे हेठ दी पा लो। भाव सी होरना सामने उहनूं दान दा स्वैटर पाउणों शर्म ना लगे, पर लड़के प्रिंसीपल दे कमरे च गए, स्वैटर कमीज़ दे उपर दी पा पा बाहर आ गए। एडे सोहणे स्वैटर शर्म दी भला की गल सी। एक बलजीत लड़की सी जिहदी एक बांह कट्टी हुई,
मैं उन्होंने स्वैटर बुनने लिए नहीं सी आख्या, पर वो अपने पल्यों ऊन खरीद के स्वैटर बुन लिया आई सी। ते पहला इनाम बलजीत नूं दिता गया, उहदी फोटो भी छपी ते बाकी दे इनाम, बाकी दो इनाम प्रिंसीपल ने अपने कोलों दे दिते ते दो वाइस प्रिंसीपल ने। इउं पंज लड़कियां नूं इनाम मिले। इस तों पिछों मुंडे कुड़ियां नूं साडा घर जिवें अपना घर लगन लग पिया सी, ते मैनूं वी भुल गया सी कि दूर किधरे किसी शहर च मेरा घर है, उत्थे मेरे बेजी ने बीबी है, उत्थे फुफड़ जी सन, बापू जी सन, ते मैं भी सी। हुण तां लगदा सी हमेशा तों मैं इत्थे ही सी। गरीब पहाड़ियां ते निक्के जे शहर विच हिमाला पर्वत दे पैरां विच अपने घर तों ही नहीं अपने आप तों वी मैं बहुत दूर लंघ आई सी। हुण मैं उच्ची उच्ची हस सकदी सी, लोकां नूं मजाक कर सकदी सी, वालां च फुल ला लैंदी सी, सोहणे सोहणे कपड़े पाउंदी सी। साल अजे मुक्या नहीं सी, बदलवाई दा दिन सी, मैं अपने गेम्स लई कॉलेज गई। ग्राउंड दे परले पासे लॉन च वाइस प्रिंसीपल बैठा सी। मैं तुहाडे नाल इक गल करनी है, उन्हें उठ के मेरे वल आउंदे ने कहा। मैं उत्थे ही जाके लॉन च उहदे कोल दूजी कुर्सी ते बैठ गई। मैं तुहानूं दस्सिया नहीं सी मेरी वाइफ ने लिख भेजिया है कि वह हुण वापस नहीं आएगी। इत्थे रहिंदी ने, उन्हें कदे नहीं सी दस्सिया कि वह किसी गलों औखी है, ते जाण वेले भी अपने बाप दे 70वें जन्मदिन का बहाना करके गई है। उहदे बाप ने रिटर्न टिकट भेजे सी, बड़ा अमीर आदमी है उहदा बाप, किसे वेले गवर्नर सी उत्थे। पर उहदे जाण तों मगरों मैं देखिया धोबी वाली कापी विच वी उहने जर्मन भाषा च कवितावां लिखियां होईयां हन, बहुत उदास कवितावां। हुण मैं जे झगड़ा भी करां तां सिर्फ अपने बच्चे वापस लै सकदा, पर बच्चिआं बारे मैं सोचदा उह बेहतर ख्याल रख सकदी है। पर भावें किते वी रहिण, उह बच्चे तां मेरे ही रहिणगे। मींह दीआं बूंदां कदों बदलां नूं आख सकदीआं ने कि असीं तुहानूं नहीं जाणदीआं। उहने कविता दीआं इह लाइनां सुणा के गल मुकाई। मैं हैरान उस वल झाक रही सी कि सारी गल दा मेरे नाल कीता लग। अपने आप उहने गल अगे तोरी ते आखण लगा, बाहरले मुल्कां दीआं इहनां औरतां दा कोई एतबार नहीं हुंदा। मैं चाहुंदा हुण मैं शादी किसी पंजाबी लड़की नाल करां। पंजाबी लड़कियां नूं मैं देखिआ इंटैलीजेंट वी हुंदीआं ने ते चंगीआं वी। मैं फिर कोई उत्तर ना दिता। असल च मैं तुहाडे नाल शादी करना चाहुंदा। इकदम जिवें मेरे पैरां हेठों जमीन खिसक गई, मैं घबरा जी गई। तुसीं इह आखण दा हौसला किवें कर लिया, मैं जरा तलख हो के आख्या। मैं सोचिया नाराज़ हो के वध तों वध मेरे एक थप्पड़ ही मार दिओगे, पर मैं सच आखदा मैं तुहाडे लई कुछ भी करन नूं तैयार हाँ। ते मैं अद्ध विच घर उठ खड़ी होई, आके बैडमिंटन खेडदियां कुड़ियां कोल खड़ी हो गई। गेम खत्म होण ते उहनां दे नाल ही घर नूं आई। मुड़ के लॉन वल मैं झाकी नहीं कि वाइस प्रिंसीपल उत्थे है जां नहीं। डूंघे आथणी पटियाले वाला उही प्रोफेसर घर आया। मिस गिल गुआंढियां दे गई सी। मैं पता नहीं क्यों खड़ी बड़ी खिझी बैठी सी। कोई काम है, मैं उहनूं खड़े नूं ही पुछया। हाँ, आख के वह आप ही कुर्सी ते बैठ गया। दसो, मैं खिझी खिझाई ने कहा। शाम नूं लॉन च वह मनमाणू जिहा जदों तुहाडे नाल गल्लां कर रहा सी, मैं हैज दे मगर अखबार पढ़ रहा सी। फिर मैं इस गल ते खिज के कहा कि मेरी जसूसी करदा रहिंदा सी। मैं इह आखदा उस च कोई उस विच है ही की, ना अकल ना शक्ल ना तुहाडी जात दा। मतलब, मैं गल टोक के कहा, मतलब जे तुसीं शादी करनी है तो मैं करन नूं तैयार हाँ। मैं बाहरले मुल्क स्कॉलरशिप लई अपलाई कीता होया तो मिल भी जाणा आपां रब दे वास्ते, तुसीं जाओ मैनूं परेशान ना करो, मैं बहुत औखी हो के आख्या। उसे दिन मैं घर रघबीर भरा जी नूं चिट्ठी लिखी, भरा जी मेरी इत्थों छेती बदली करवा दिओ, भावें किवें भी करवाओ। अंग 25 धर्मशाला तो पहले नाभे ते फिर मेरी बदली पटियाले दी हो गई। उही पुराना महिंद्रा कॉलेज, उही पुराने प्रोफेसर, उही पंजाबी विभाग दे हैड प्रोफेसर प्रीतम सिंह। मेरे जिड्डे जिड्डे हरबंस बराड़, गुरबख्श सोच, नवतेज भारती वर्गे सियाने एमए दे विद्यार्थी, बड़ियां चंगियां सुरेंद्र शरणजीत ते सुरजीत बैंस वर्गियां कुड़ियां, पढ़दे पढ़दे भी रहना, गप्पां भी मारनियां, एक दूजे नूं मजाक भी करने ते चाहां भी पींदे रहना। हरबंस बराड़ ने एक बारी जमात च पढ़ाउंदी नूं मैनूं आख्या, पढ़ाउंदे पढ़ाउंदे तुसीं मेरे वल क्यों झाकदे रहिंदे हो? ते मैं घबरा गई सी, मैनूं घबराउण लई तां उहने आख्या सी। फिर सारिआं दे ने सब दे सामने मैडम पैरीं पैनां मत्था टेकदा आखणा शुरू करता, ते दो कु दिन घबरा के शर्मा के मैं भी हरेक नूं आखणा शुरू करता जिउंदा रहे। मैडम नहीं, इह तां साडी दीदी है, उहनां आपे ही फैसला कीता ते आपे लागू कर लिया। मैं भी उन्होंने सच्ची मुची दे भूत आखना शुरू करता।
ਤੇ ਫਿਰ ਇੱਕ ਵਾਰੀ ਸੱਚੀ ਮੁੱਚੀ ਦੇ ਭੂਤਾਂ ਬਾਰੇ ਸੱਚੋ ਸੱਚ ਲਿਖ ਕੇ ਇੱਕ ਰਸਾਲੇ ਨੂੰ ਭੇਜਤਾ ਲਿਖਿਆ ਸੀ। ਸਿਆਲ ਦੀ ਹਨੇਰੀ ਰਾਤ ਸੀ, ਠੱਕਾ ਵੱਜ ਰਿਹਾ ਸੀ, ਬਾਰ ਖੜਕਿਆ, ਮੈਂ ਉੱਠ ਕੇ ਖੋਲ੍ਹਿਆ, ਬਾਹਰ ਇੱਕ ਭੂਤ ਖੜਾ ਸੀ। ਮੱਥਾ ਟੇਕਦਾ, ਦੀਦੀ ਇਕੱਲਾ ਹੀ ਹਾਂ, ਆਖ ਭੂਤ ਅੰਦਰ ਲੰਘ ਆਇਆ। ਮੈਂ ਵੀ ਇਕੱਲਾ ਹੀ ਆਇਆ, ਦੂਜੇ ਭੂਤ ਨੇ ਅੰਦਰ ਵੜਦਿਆਂ ਕਿਹਾ। ਮੈਂ ਵੀ ਇਕੱਲਾ ਹੀ ਹਾਂ, ਮਗਰ ਆ ਰਿਹਾ, ਤੀਜਾ ਭੂਤ ਬੋਲਿਆ। ਅਸੀਂ ਸਾਰੇ ਇਕੱਲੇ ਹੀ ਆਏ ਹਾਂ, ਚੌਥੇ ਭੂਤ ਨੇ ਮਗਰ ਆ ਰਹੇ ਦੋ ਤਿੰਨ ਭੂਤਾਂ ਵੱਲ ਹੱਥ ਕਰਕੇ ਆਖਿਆ। ਅਸੀਂ ਸੋਚਿਆ ਤੁਸੀਂ ਇਕੱਲੇ ਬੈਠੇ ਹੋਗੇ, ਚੱਲਦੇ ਹਾਂ। ਕਮਰੇ 'ਚ ਬੈਠੇ ਭੂਤਾਂ 'ਚੋਂ ਇੱਕ ਬੋਲਿਆ, ਘਰ ਦੇ ਕਿਤੇ ਗਏ ਹੋਏ ਨੇ? ਇੱਕ ਤਾਜ਼ੇ ਤਾਜ਼ੇ ਬਣੇ ਭੂਤ ਨੇ ਗਲਤੀ ਨਾਲ ਪੁੱਛਿਆ। ਨਹੀਂ, ਇੱਥੇ ਹੀ ਹਨ ਸਭ, ਮੈਂ ਕਿਹਾ ਤੇ ਚਾਹ ਦਾ ਪਾਣੀ ਧਰਵਾ ਦਿੱਤਾ। ਕੁਛ ਖਾਣ ਨੂੰ ਵੀ ਚਾਹੀਦਾ, ਭੂਤ ਭੁੱਖੇ ਨੇ, ਵੱਡੇ ਭੂਤ ਨੇ ਦੱਸਿਆ। ਤੁਹਾਨੂੰ ਕਿਹਾ ਸੀ ਨਵਾਂ ਰਿਕਾਰਡ ਪਲੇਅਰ ਲੈ ਲਓ, ਮਿਊਜ਼ਿਕ ਸੁਣਨ ਲਈ ਲੋਕਾਂ ਦੇ ਜਾਣਾ ਪੈਂਦਾ, ਇੱਕ ਹੋਰ ਬੋਲਿਆ। ਪਹਿਲੀ ਨੂੰ ਖਰੀਦ ਲਵਾਂਗੇ, ਮੈਂ ਦੱਸਿਆ। ਰੋਟੀ ਖਾਂਦਾ ਖਾਂਦਾ ਇੱਕ ਭੂਤ ਆਪਣੇ ਝੱਗੇ ਨਾਲ ਹੱਥ ਪੂੰਝ ਕੇ ਅਲਮਾਰੀ ਵਿਚਲੀਆਂ ਕਿਤਾਬਾਂ ਠੀਕ ਕਰਨ ਲੱਗ ਪਿਆ। ਤੁਸੀਂ ਰਾਜਾ ਰਾਓ ਦਾ ਨਾਵਲ ਖਤਮ ਕਰ ਲਿਆ? ਅਜੇ ਨਹੀਂ, ਖਤਮ ਕਰੋ ਫਿਰ ਡਿਸਕਸ ਕਰੀਏ, ਬੜਾ ਚਿਰ ਲਾ ਦਿੰਦੇ ਹੋ। ਅਸਲ ਵਿੱਚ ਇਹ ਅੱਖਰਾਂ ਵਿੱਚ ਹੀ ਨਹੀਂ, ਅੱਖਰਾਂ ਨੂੰ ਆਪਣੇ ਵਿੱਚ ਹੀ ਲੰਘਾਉਂਦੇ ਨੇ, ਇਸ ਲਈ ਬਹੁਤਾ ਚਿਰ ਲੱਗ ਜਾਂਦਾ ਹੈ, ਮੇਰੀ ਥਾਂ ਮਹਾਂਭੂਤ ਨੇ ਜਵਾਬ ਦਿੱਤਾ। ਮੈਨੂੰ ਤਾਂ ਕਈ ਵਾਰੀ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬੜੀ ਕੁਵੇਲੇ ਜਾਗੀ ਹਾਂ, ਗੋਡੇ ਗੋਡੇ ਧੁੱਪਾਂ ਚੜਾਈਆਂ ਨੇ, ਕੰਮ ਬਹੁਤ ਪਿਆ ਹੈ ਅਤੇ ਵਕਤ ਬਹੁਤ ਥੋੜ੍ਹਾ ਹੈ। ਮੈਂ ਬਾਰੀ ਤੋਂ ਪਾਰ ਹਨੇਰੇ 'ਚ ਦੂਰ ਤੱਕ ਦੇਖਦੀ ਹਾਂ, ਕਿਹਾ। ਇੰਨਾ ਥੋੜ੍ਹਾ ਹੈ ਕਿ ਤੁਸੀਂ ਜਾਗ ਪਏ ਹੋ? ਉਹਨਾਂ ਦਾ ਕੀ ਹਾਲ ਜਿਹੜੇ ਅਜੇ ਸੁੱਤੇ ਹੀ ਹੋਏ ਨੇ? ਇੱਕ ਭੂਤ ਨੇ ਬਾਰੀ 'ਚ ਅਸਮਾਨ ਉੱਤੇ ਬੱਦਲਾਂ ਵਿੱਚ ਹੀ ਦਿਸ ਰਹੇ ਕਿਸੇ ਤਾਰੇ ਵੱਲ ਹੱਥ ਕਰਕੇ ਕਿਹਾ, ਤੇਰੀ ਕਵਿਤਾ ਦਾ ਕੀ ਹਾਲ ਹੈ? ਮੈਂ ਉਹਨੂੰ ਪੁੱਛਿਆ। ਛੱਡ ਦਿੱਤੀ ਹੈ ਲਿਖਣੀ, ਇਹ ਗੱਲ ਮਾੜੀ ਹੈ, ਮਾੜੀਆਂ ਗੱਲਾਂ ਵੀ ਤੁਹਾਡੇ ਕੋਲੋਂ ਹੀ ਸਿੱਖੀਆਂ ਨੇ, ਉਹ ਆਖ ਰਿਹਾ ਸੀ। ਇਹ ਸਾਰੇ ਭੂਤਵਾੜੇ ਦੇ ਮੈਂਬਰ ਹਨ, ਹਰ ਕੋਈ ਭੂਤਵਾੜੇ ਦਾ ਮੈਂਬਰ ਨਹੀਂ ਹੋ ਸਕਦਾ, ਭਾਵੇਂ ਮੈਂਬਰ ਹੋਣ ਦਾ ਚੰਦਾ ਕੋਈ ਨਹੀਂ। ਭੂਤਵਾੜਾ ਕਿਸੇ ਸੰਸਥਾ, ਕਿਸੇ ਵਾਰਡ ਜਾਂ ਕਿਸੇ ਥਾਂ ਦਾ ਨਾਂ ਨਹੀਂ, ਇਹ ਤਾਂ ਇੱਕ ਟੱਬਰਦਾਰੀ ਹੈ। ਇਸ ਟੱਬਰ ਦੇ ਸਾਰੇ ਜੀਆਂ ਨੂੰ ਭੂਤ ਆਖਿਆ ਜਾਂਦਾ ਹੈ। ਮੈਂ ਕਦੇ ਕਦੇ ਇਹਨਾਂ ਨੂੰ ਬੇਘਰੇ ਅਤੇ ਹੋਰ ਇਕਾਂਗੀ ਆਖਦੀ ਹੁੰਦੀ ਸੀ। ਇਹਦਾ ਇਹ ਮਤਲਬ ਨਹੀਂ ਕਿ ਇਹਨਾਂ ਦਾ ਘਰ ਕੋਈ ਨਹੀਂ, ਸਗੋਂ ਸਾਰਾ ਸੰਸਾਰ ਇਹਨਾਂ ਦਾ ਘਰ ਹੈ। ਮੇਰ ਤੇਰ ਦੇ ਛੋਟੇ ਝਗੜਿਆਂ 'ਚ ਭੂਤ ਨਹੀਂ ਪੈਂਦੇ। ਅੱਜ ਕੱਲ੍ਹ ਭੂਤਵਾੜੇ ਦੇ ਮੈਂਬਰ ਤੁਹਾਨੂੰ ਚੰਡੀਗੜ੍ਹ, ਅੰਬਾਲਾ, ਫਰੀਦਕੋਟ, ਦਿੱਲੀ, ਬਠਿੰਡਾ, ਗੜ੍ਹਦੀਵਾਲ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ 'ਚ ਵੀ ਮਿਲ ਜਾਣਗੇ, ਪਰ ਪੱਕਾ ਅੱਡਾ ਇਹਨਾਂ ਦਾ ਪਟਿਆਲਾ ਹੀ ਹੈ। ਖੁੱਲ੍ਹਾ ਜਿਹਾ ਕੋਈ ਘਰ ਇਹ ਭੂਤ ਕਿਰਾਏ 'ਤੇ ਲੈ ਲੈਂਦੇ ਨੇ, ਭਾਵੇਂ ਉਹ ਘਰ ਇੱਕ ਕਮਰੇ ਦਾ ਹੀ ਹੋਵੇ। ਜਿਹੜਾ ਭੂਤ ਕਿਸੇ ਕੰਮ ਉੱਤੇ ਹੈ, ਕਿਰਾਇਆ ਉਸ ਭੂਤ ਨੇ ਦੇਣਾ ਹੁੰਦਾ। ਜੇ ਕਿਰਾਇਆ ਕੁਝ ਚਿਰ ਨਾ ਦਿੱਤਾ ਜਾ ਸਕੇ ਤਾਂ ਬੜੀ ਖੁਸ਼ੀ ਨਾਲ ਕਿਰਾਏ 'ਚ ਸਾਰਾ ਸਮਾਨ ਦੇ ਕੇ ਕਿਸੇ ਹੋਰ ਘਰ 'ਚ ਆ ਜਾਂਦੇ ਨੇ। ਉਂਝ ਵੀ ਜਾਣ ਪਹਿਚਾਣ ਵਾਲਿਆਂ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਕੇ ਥੋੜ੍ਹੇ ਹੀ ਜਾਈਦਾ, ਹਿਸਾਬ ਕਿਤਾਬ ਚੱਲਦਾ ਹੀ ਰਹਿਣਾ ਚਾਹੀਦਾ। ਫਿਰ ਇਹਨਾਂ ਦਿਨਾਂ 'ਚ ਸਮਾਜਵਾਦ ਨੂੰ ਬੜੀ ਤੀਬਰਤਾ ਨਾਲ ਉਡੀਕਿਆ ਜਾਂਦਾ। ਕਿਸੇ ਨਾ ਕਿਸੇ ਭੂਤ ਦੇ ਪਿੰਡ ਤੋਂ ਦਾਣਿਆਂ ਦੀ ਬੋਰੀ ਆ ਜਾਂਦੀ ਹੈ। ਭੂਤ ਆਟਾ ਪਿਹਾ ਲਿਆਉਂਦੇ ਹਨ, ਵਾਰੀ ਵਾਰੀ ਰੋਟੀਆਂ ਪਕਾਉਂਦੇ ਹਨ, ਕਈ ਵਾਰੀ ਪਕਾਉਣ ਵਾਲੇ ਨੂੰ ਬਚਦੇ ਹੀ ਨਹੀਂ, ਉਹ ਫਿਰ ਕਿਸੇ ਵਾਕਫ ਦੇ ਘਰ ਚਲਾ ਜਾਂਦਾ। ਰੋਟੀ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਆ ਕੇ ਕਵਿਤਾ ਲਿਖਣ ਲੱਗ ਜਾਂਦਾ। ਜੇ ਦੂਸਰੇ ਮਹਿਸੂਸ ਕਰਨਗੇ ਇਹਨੂੰ ਰੋਟੀ ਨਹੀਂ ਮਿਲੀ ਤਾਂ ਉਹ ਬੜੇ ਖੂਬਸੂਰਤ ਤਰੀਕੇ ਨਾਲ ਦੱਸਦਾ ਹੈ, ਅਸੀਂ ਅੰਨ ਦੇ ਕੀੜੇ ਨਹੀਂ, ਅਸੀਂ ਜੱਗ ਉੱਤੇ ਰੋਟੀਆਂ ਖਾਣ ਨਹੀਂ ਆਏ। ਕਦੇ ਕਦੇ ਵਰਤ ਰੱਖਣਾ ਡਾਕਟਰਾਂ ਅਨੁਸਾਰ ਸਿਹਤ ਲਈ ਚੰਗਾ ਹੁੰਦਾ। ਸੱਤਿਆਜੀਤ ਰੇ ਦੀ ਫਿਲਮ ਦੇਖਣ ਲਈ ਭੂਤ ਸਾਈਕਲਾਂ ਉੱਤੇ ਪਟਿਆਲੇ ਤੋਂ ਅੰਬਾਲੇ ਨੂੰ ਤੁਰ ਪੈਂਦੇ ਹਨ। ਉੱਥੇ ਰਹਿੰਦਾ ਕੋਈ ਭੂਤ ਮੋਰਲੀਆਂ ਕਤਾਰਾਂ 'ਚ ਸੀਟਾਂ ਰਖਵਾ ਛੱਡਦਾ ਹੈ। ਰਿਕਸ਼ੇ ਵਾਲਿਆਂ, ਮਜ਼ਦੂਰਾਂ, ਦਿਹਾੜੀਦਾਰਾਂ ਨਾਲ ਮੋਰਲੀਆਂ ਕਤਾਰਾਂ 'ਚ ਬੈਠੇ ਭੂਤ ਸੋਚ ਰਹੇ ਹੁੰਦੇ ਹਨ ਕਿ ਜ਼ਿੰਦਗੀ ਦੇ ਹਰ ਖੇਤਰ 'ਚ ਮੋਰਲੀਆਂ ਕਤਾਰਾਂ ਦੇ ਹੱਕਦਾਰ ਨੂੰ ਸਿਰਫ ਸਿਨੇਮਿਆਂ ਵਿੱਚ ਹੀ ਮੋਰਲੀਆਂ ਕਤਾਰਾਂ ਕਿਉਂ ਪ੍ਰਾਪਤ ਹੁੰਦੀਆਂ ਹਨ। ਸਾਰੀਆਂ ਲਾਇਬ੍ਰੇਰੀਆਂ ਵਿੱਚ ਇਹਨਾਂ ਨੂੰ ਪਤਾ ਹੁੰਦਾ ਹੈ ਕਿਹੜੀ ਕਿਤਾਬ ਕਿੱਥੇ ਪਈ ਹੈ। ਇਹਨਾਂ ਭੂਤਾਂ ਨੂੰ ਇਹ ਵੀ ਪਤਾ ਹੁੰਦਾ ਸ਼ਹਿਰ 'ਚ ਕਿਹੜੇ ਲੋਕ ਕਿਤਾਬਾਂ ਨੂੰ ਖਰੀਦਦੇ ਹਨ ਅਤੇ ਕਿਹੜੇ ਇਹਨਾਂ ਨੂੰ ਪੜ੍ਹਦੇ ਹਨ। ਜਿਸ ਦਿਨ ਕੋਈ ਕੰਮ ਦੀ ਕਿਤਾਬ ਕਿਸੇ ਦੁਕਾਨ 'ਤੇ ਆ ਜਾਏ, ਭੂਤ 4 ਦਿਨ ਜਾਂ 8 ਦਿਨ ਲਈ ਕਿਤਾਬ ਦੀ ਕੀਮਤ ਅਨੁਸਾਰ ਚਾਹ ਪਾਣੀ ਦਾ ਰਾਸ਼ਨ ਬੰਦ ਕਰਕੇ ਕਿਤਾਬ ਖਰੀਦ ਲੈਂਦੇ ਹਨ। ਪਰ ਕਈ ਵਾਰੀ ਕਿਸੇ ਇੱਕ ਭੂਤ ਦੀ ਫੀਸ ਭਰਨ ਲਈ ਸਭ ਭੂਤਾਂ ਦੀਆਂ ਕਿਤਾਬਾਂ ਵਿਕ ਜਾਂਦੀਆਂ ਹਨ। ਇੱਕ ਦਿਨ ਇੱਕ ਭੂਤ ਕਵਿਤਾ ਮੁਕਾਬਲੇ 'ਚ 500 ਰੁਪਏ ਦਾ ਇਨਾਮ ਲਿਆਇਆ। ਭੂਤਾਂ ਨੇ ਸਲਾਹ ਬਣਾਈ, ਚਲੋ ਅੱਜ ਐਸ਼ ਕਰੀਏ। ਦਾਰੂ ਲਿਆਂਦੀ ਗਈ, ਪਾਨ ਲਿਆਂਦੇ ਗਏ, ਸਿਗਰਟਾਂ ਲਿਆਂਦੀਆਂ ਗਈਆਂ, ਸਿਉਆਂ ਦੀ ਸਬਜ਼ੀ ਬਣੀ। ਇਨਾਮ ਜਿੱਤਣ ਵਾਲੇ ਭੂਤ ਨੇ ਤਰਲਾ ਕੀਤਾ ਕਿ ਉਹਦੀ ਜੁੱਤੀ ਟੁੱਟ ਗਈ ਹੈ, ਉਹਨੂੰ ਵਿੱਚੋਂ ਫਲੀਟ ਲੈ ਦਿੱਤੇ ਜਾਣ, ਪਰ ਉਹਦੀ ਅਪੀਲ ਸਰਬਸੰਮਤੀ ਨਾਲ ਰੱਦ ਕਰ ਦਿੱਤੀ ਗਈ।
दारू पी के वह गली च लिटे, आपस च गालां कढ़ियां। वड्डा भूत रो भी पिया कि उहदे विआह बारे कदे सोचिया नहीं गया। सब तो छोटे भूत ने अपनी सहेली का खत पढ़ के सुनाया ते उह ऐश कीती गई। जदों किते किसी भूत ने किसी इंटरव्यू उत्ते जाना हुंदा तां किसी भूत की जुत्ती, किसी का कोट, किसी की पग उन्हूं लै दित्ती जांदी है। उहदे मुकाबले उत्ते कोई होर भूत अर्जी नहीं दिंदा। जे चुन लिया जाए तां चोण कमेटी की अकल की दात दित्ती जांदी है, नहीं तां समझ लिया जांदा कि चोण कमेटी बेवकूफां दी सी। बहुतियां चोण कमेटियां बेवकूफां दियां ही साबित हुंदियां हन। फिर सुकरात तो लैके सुकीरत सिंह फरियादी तक के हवाले दिते जाते हैं, जिन्हां नूं जिन्हां दे समें ने नहीं समझिया ते पीण लई जहर दा प्याला दे दिता। मैं थीसिस 4 दिनां तक देना सी, पता लग्गिया टाइप मुड़ करवाउणा पएगा, कुछ चीज़ां गलत हो गईआं हन। मैं बहुत परेशान हो गई, इन्ना काम 4 दिनां च संभव नहीं सी। भूतां नूं पता लग्गिया, पहुँच गए, 2 टाइपिस्ट लै आए, एक एक कॉपी सामभ लई। रात पै गई, दिन चढ़ गया, फिर रात पै गई, फिर दिन चढ़ गया, फिर रात पै गई। भूत काम लगे हुए सन, टाइपिस्ट वारों वारी काम कर रहे सन। चौथे दिन जिल्दां बना के एक भूत बस्ट जिल्दां सुकाउंदा थीसिस चंडीगढ़ नूं लई जा रहा सी। एक दिन गर्मियां दी दोपहर नूं बार खड़किया, मैं खोलिया, बाहर एक भूत खड़ा सी। आ बैठ, मैं उहनूं पसीनो पसीनी होया देख किया। बस मैं हुणे मुड़ना है, मैं लाल पेंसिल खरीदी सी, देखो किन्नी सोहणी है। मैं क्या विखावां, बाकी भूत सुते पए ने, सारी रात पढ़ते रहे सी ना। उहने पेंसिल मेरे अगे करके कहा, मैं पेंसिल हाथ फड़ ली, ध्यान नाल देखी, लाल पेंसिल सी। एक पानी का गिलास पिया दियो, मैं पानी लियाता। अच्छा मैं चलना, आखो भूत बलदी दोपहर च 3 मील दूर भूत वाड़े नूं मुड़ गया, जिथों पेंसिल विखाउण आया सी। अंग्रेजी MA का विद्यार्थी भुल भुलेखे एक बारी भूत वाड़े वालियां दे नाल जा रलिया। पहले दिन वापस होस्टल आके उन्हें देवी की फोटो मूहरे बैठ के माफ़ी मंगी कि किहो जिहे लफंगिया नाल वाह पै गया, जिहड़े रब नूं टिच जाणदे ने, ਜਿਹੜੇ ਸਾਰੀ ਸਾਰੀ ਰਾਤ ਸੜਕਾਂ ਉੱਤੇ ਹੀ ਬਹਿਸਾਂ ਕਰਦੇ ਕੱਟ ਦਿੰਦੇ ਨੇ, ਜਿਹੜੇ 2-2 ਦਿਨ ਰੋਟੀ ਤੋਂ ਬਿਨਾਂ ਵੀ ਸਾਰ ਲੈਂਦੇ ਨੇ। ਭੂਤਾਂ ਨੇ ਉਹਨੂੰ ਹਰਮਨ ਹੈਸ ਦਾ ਦੇ ਨੋਵਲ ਸਿਧਾਰਥ ਦਾ ਪਾਤਰ ਗੋਬਿੰਦਾ ਬਣਾ ਦਿੱਤਾ। ਪਹਿਲੇ ਸਾਲ ਉਹ ਫੇਲ ਹੋ ਗਿਆ, ਪਰ ਉਹ ਖੁਸ਼ ਸੀ ਕਿ ਘੱਟ ਤੋਂ ਘੱਟ ਭੂਤਾਂ 'ਚ ਰਹਿ ਕੇ ਉਹਨੂੰ ਇਹ ਤਾਂ ਪਤਾ ਲੱਗ ਗਿਆ ਕਿ ਉਹ ਕਿੱਡਾ ਨਲਾਇਕ ਹੈ, ਪਰ ਹੁਣ ਉਹ ਤਕੜੇ ਤਕੜੇ ਭੂਤਾਂ ਨੂੰ ਠੀਬੀਆਂ ਲਾਉਂਦਾ ਹੈ। ਤੁਸੀਂ ਕਦੋਂ ਮਰਨਾ ਹੈ, ਇੱਕ ਦਿਨ ਇੱਕ ਭੂਤ ਨੇ ਮੈਨੂੰ ਪੁੱਛਿਆ। ਕੀ ਗੱਲ, ਮੈਂ ਨਹੀਂ ਚਾਹੁੰਦਾ ਤੁਸੀਂ ਕਦੇ ਮੇਰਾ ਇਮੇਜ ਸ਼ੈਟਰ ਕਰੋ, ਸੋ ਮੈਂ ਚਾਹੁੰਦਾ ਕਿ ਜੋ ਤੁਸੀਂ ਹੁਣ ਹੋ ਉਹੀ ਮਰ ਜਾਓ। ਇੱਕ ਭੂਤ ਨੂੰ ਮਸਾਂ ਨੌਕਰੀ ਮਿਲੀ ਸੀ, ਪਰ ਉਹ ਪ੍ਰਿੰਸੀਪਲ ਨਾਲ ਲੜ ਪਿਆ। ਇਹਨਾਂ ਨਾਲ ਕੱਟਣਾ ਕਿਹੜਾ ਸੌਖਾ ਹੈ। ਉਸ ਭੂਤ ਨੇ ਅਸਤੀਫੇ 'ਚ ਜੋ ਕੁਝ ਲਿਖਿਆ ਉਹ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਮੁੜ ਉਹਨੂੰ ਨੌਕਰੀ 'ਤੇ ਰੱਖਣ ਲਈ ਤਿਆਰ ਹੋ ਗਿਆ, ਪਰ ਭੂਤ ਸਮਝੌਤਾਵਾਦੀ ਨਹੀਂ। ਕਦੇ ਕਦੇ ਸਿਆਣੇ ਲੋਕ ਡਿਗਰੀਆਂ ਲੈਣ, ਨੌਕਰੀਆਂ 'ਤੇ ਲੱਗਣ, ਵਜ਼ੀਫੇ ਪ੍ਰਾਪਤ ਕਰਨ, ਲੇਖਕ ਬਣਨ ਅਤੇ ਪੈਸਾ ਕਮਾਉਣ ਦੇ ਗੁਰ ਉਹਨਾਂ ਨੂੰ ਦੱਸਦੇ ਹਨ ਅਤੇ ਉਹ ਚੁੱਪ ਚਾਪ ਸੁਣਦੇ ਰਹਿੰਦੇ ਹਨ। ਫਿਰ ਉਹਨਾਂ 'ਚੋਂ ਕੋਈ ਹੌਲੀ ਦੇ ਕੇ ਪੁੱਛ ਲੈਂਦਾ, ਅੱਛਾ ਭਲਾ ਜੇ ਨੌਕਰੀ ਮਿਲ ਗਈ, ਕਿਤਾਬ ਛਪ ਗਈ, ਪੈਸਾ ਪੱਲੇ ਹੋ ਗਿਆ, ਫੇਰ? ਇਸ ਫੇਰ ਨੂੰ ਅਗਲਾ ਕੀ ਸਮਝੇ। ਬਹੁਤੇ ਲੋਕਾਂ ਦੀ ਕਹਾਣੀ ਇਸ ਫੇਰ 'ਤੇ ਆ ਕੇ ਮੁੱਕ ਜਾਂਦੀ ਹੈ, ਪਰ ਭੂਤ ਸ਼ੁਰੂ ਹੀ ਇੱਥੋਂ ਕਰਦੇ ਹਨ। ਮਤ ਦੇਣ ਵਾਲਿਆਂ 'ਚੋਂ ਕੋਈ ਇਹਨਾਂ ਨੂੰ ਬੇਵਕੂਫ਼ ਸਮਝਦਾ, ਕੋਈ ਆਪਣੇ ਆਪ ਨੂੰ ਬੇਵਕੂਫ਼ ਕਹਿੰਦਾ, ਅਤੇ ਫਿਰ ਛੇਤੀ ਛੇਤੀ ਇਹਨਾਂ ਦੇ ਕੋਲ ਆ ਕੇ ਬੈਠਣ ਦੀ ਹਿੰਮਤ ਨਹੀਂ ਕਰਦਾ। ਇੱਕ ਭੂਤ ਦੀ ਸਬਜ਼ੀ ਲਿਆਉਣ 'ਤੇ ਡਿਊਟੀ ਸੀ, ਕਿਹਾ ਗਿਆ ਸੀ ਜੋ ਸਬਜ਼ੀ ਸਭ ਤੋਂ ਸਸਤੀ ਹੈ ਉਹ ਲਿਆਉਣੀ ਹੈ। ਉਸ ਮੌਸਮ 'ਚ ਆਲੂ ਸਭ ਤੋਂ ਸਸਤੇ ਸਨ, ਹਰ ਰੋਜ਼ ਭੂਤ ਆਲੂ ਲੈ ਕੇ ਆਉਂਦਾ ਰਿਹਾ। 3 ਮਹੀਨਿਆਂ ਮਗਰੋਂ ਜਦੋਂ ਸਬਜ਼ੀ ਵਾਲੇ ਦਾ ਹਿਸਾਬ ਕੀਤਾ ਗਿਆ ਤਾਂ ਪਤਾ ਲੱਗਿਆ ਕਿੰਨੇ ਚਿਰ ਤੋਂ ਆਲੂ ਸਭ ਤੋਂ ਮਹਿੰਗੀ ਸਬਜ਼ੀ ਬਣ ਚੁੱਕੇ ਸਨ। ਤੂੰ ਭਾਅ ਸਾਹਿਬ ਤੋਂ ਪੁੱਛ ਕੇ ਕਿਉਂ ਨਹੀਂ ਵਧਾਇਆ, ਭੂਤ ਦੁਕਾਨਦਾਰ ਨੂੰ ਕੋਸ ਰਿਹਾ ਸੀ। ਉਹਨੂੰ ਸ਼ਾਇਦ ਯਾਦ ਨਹੀਂ ਸੀ ਰਿਹਾ ਕਿ ਇਸ ਦੇਸ਼ 'ਚ ਭਾਅ ਵਧਾਉਣ ਘਟਾਉਣ ਦਾ ਕੰਮ ਉਹ ਲੋਕ ਕਰਦੇ ਨੇ ਜਿਹੜੇ ਕੋਈ ਵੀ ਕੰਮ ਨਹੀਂ ਕਰਦੇ। ਇੱਕ ਦਿਨ ਸਾਰੇ ਭੂਤ ਕਿਸੇ ਭੂਤ ਦੇ ਪਿੰਡ ਮੱਕੀ ਦੀਆਂ ਰੋਟੀਆਂ ਅਤੇ ਸਾਗ ਖਾਣ ਗਏ। ਉੱਥੇ ਪਹੁੰਚ ਕੇ ਪਤਾ ਲੱਗਾ ਕਿ ਭੂਤ ਦੀ ਬੇਬੇ ਵਿਚਾਰੀ ਇਕੱਲੀ ਮਿੱਟੀ ਮਿੱਧ ਮਿੱਧ ਕੇ ਕੋਠਾ ਲਿਪ ਰਹੀ ਸੀ। ਭੂਤਾਂ ਨੇ ਕਮਰ ਕੱਸੇ ਕਰ ਲਏ, ਕੁਝ ਭੂਤ ਮਿੱਟੀ ਮਿੱਧਣ ਲੱਗ ਪਏ, ਕੁਝ ਕੋਠੇ ਉੱਤੇ ਚੜ੍ਹਾਉਣ ਅਤੇ ਕੁਝ ਬੇਚੱਜਿਆਂ ਵਾਂਗ ਲਿਪਣ ਲੱਗ ਪਏ। ਬੇਬੇ ਬਥੇਰਾ ਰੋਕੇ, ਵੇ ਕੋਈ ਦੇਖੂ ਤਾਂ ਕੀ ਕਹੂ, ਨਾਲੇ ਤੁਹਾਡੇ ਲੀੜੇ ਮੈਲੇ ਹੋ ਜਾਣਗੇ। ਆਥਣ ਤੀਕ ਭੂਤਾਂ ਨੇ ਸਾਰੇ ਕੋਠੇ ਲਿਪ ਦਿੱਤੇ। ਬੇਬੇ ਨੇ ਵੀ ਰੱਜਵਾਂ ਘਿਓ ਸ਼ੱਕਰ ਪਾਇਆ। ਇੱਕ ਭੂਤ ਅੱਜ ਬਹੁਤ ਜ਼ਿਆਦਾ ਖੁਸ਼ ਸੀ, ਉਹਨੇ ਬੇਬੇ ਕੋਲ ਸਿਫਾਰਿਸ਼ ਕਰਕੇ ਸਰਦੀਆਂ 'ਚ ਅੱਜ ਪਹਿਲੀ ਵਾਰੀ ਇਕੱਲੇ ਨੇ ਪੂਰੀ ਰਜਾਈ ਲੈ ਲਈ ਸੀ, ਉਹ ਵੀ ਸਾਰੀ ਰਾਤ ਲਈ।
ਅਗਲੇ ਦਿਨ ਮੁੜੇ ਆਉਂਦੇ ਭੂਤ ਸਾਰੇ ਰਾਹ ਡਨ ਦ ਮੈਟਾਫਿਜ਼ੀਕਲ ਪੋਇਟਰੀ ਡਿਸਕਸ ਕਰਦੇ ਰਹੇ। ਸ਼ਾਇਦ ਮੈਨੂੰ ਭੂਤਾਂ ਦੀਆਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਮਾੜੇ ਦਿਲ ਵਾਲੇ ਲੋਕ ਤਾਂ ਭੂਤਾਂ ਦੇ ਨਾਂ ਤੋਂ ਹੀ ਡਰ ਜਾਂਦੇ ਹਨ। ਅਗਲਾ ਅੰਗ 26ਵਾਂ। ਹੁਣ ਤੱਕ ਊਟ ਪਟਾਂਗ ਜਿਹੀਆਂ ਕਹਾਣੀਆਂ ਦੀਆਂ 2-3 ਕਿਤਾਬਾਂ ਛਪ ਗਈਆਂ ਸਨ ਅਤੇ ਕਿਸੇ ਕੁੜੀ ਦੀ ਲਿਖੀ ਕਿਤਾਬ ਹੋਣ ਕਰਕੇ ਲੋਕ ਖਰੀਦ ਵੀ ਲੈਂਦੇ ਸਨ। ਜਦੋਂ ਕੋਈ ਪੁੱਛਦਾ ਮੈਂ ਕਹਾਣੀਆਂ ਕਿਵੇਂ ਲਿਖ ਲੈਂਦੀ ਹਾਂ ਤਾਂ ਮੈਨੂੰ ਕੋਈ ਜਵਾਬ ਨਾ ਉੱਠਦਾ। ਹੱਸ ਕੇ ਆਖਦੀ ਵਧੀਆ ਜੇ ਕਾਗਜ਼ ਲੈ ਲੈਂਦੀ ਹਾਂ, ਵਧੀਆ ਜਿਹਾ ਪੈੱਨ ਲੈ ਲੈਂਦੀ ਹਾਂ ਅਤੇ ਬੈਠ ਕੇ ਕਹਾਣੀ ਲਿਖ ਲੈਂਦੀ ਹਾਂ। ਵਧੀਆ ਕਾਗਜ਼ ਅਤੇ ਵਧੀਆ ਪੈੱਨ ਨਾਲ ਕਹਾਣੀ ਵੀ ਵਧੀਆ ਲਿਖਿਆ ਕਰੋ, ਨਹੀਂ ਤਾਂ ਸੰਸਾਰ 'ਚ ਬਥੇਰੀਆਂ ਵਧੀਆ ਕਹਾਣੀਆਂ ਲਿਖੀਆਂ ਪਈਆਂ ਨੇ, ਉਹਨਾਂ ਨੂੰ ਪੜ੍ਹ ਲਿਆ, ਲਿਖ ਕੇ ਕੀ ਕਰਨਾ ਹੈ। ਲਾਲੀ ਜੋ ਦੂਰੋਂ ਪਾਰੋਂ ਸਾਡਾ ਰਿਸ਼ਤੇਦਾਰ ਸੀ ਅਤੇ ਬੇਸ਼ੁਮਾਰ ਸਾਹਿਤ ਪੜ੍ਹਨ ਲਈ ਮਸ਼ਹੂਰ ਸੀ, ਜ਼ਰਾ ਹੱਸ ਕੇ ਹਲੀਮੀ ਨਾਲ ਮੈਨੂੰ ਸਲਾਹ ਦੇ ਰਿਹਾ ਸੀ। ਚੰਗੀਆਂ ਨਾ ਸਹੀ, ਤੂੰ ਮਾੜੀਆਂ ਹੀ ਕਹਾਣੀਆਂ ਲਿਖ ਕੇ ਵਿਖਾ। ਮੈਂ ਉਹਨੂੰ ਮੂਰਖਾਂ ਵਾਲਾ ਜਵਾਬ ਦਿੱਤਾ ਸੀ, ਪਰ ਮਨ 'ਚ ਸੋਚ ਲਿਆ ਸੀ ਜੇ PhD ਕਹਾਣੀ ਉੱਪਰ ਕਰਾਂ ਤਾਂ ਬਹਾਨੇ ਸਿਰ ਕੁਝ ਚੰਗੀਆਂ ਕਹਾਣੀਆਂ ਵੀ ਪੜ੍ਹੀਆਂ ਜਾਣਗੀਆਂ। ਮੈਨੂੰ ਇਹ ਵੀ ਪਤਾ ਸੀ ਜਿਹੜਾ ਬੰਦਾ PhD ਹੁੰਦਾ ਹੈ ਉਹਨੂੰ ਲੋਕ ਡਾਕਟਰ ਆਖਦੇ ਨੇ। ਜਦੋਂ ਵੀ ਕੋਈ ਮੈਨੂੰ ਮਿਸ ਟਵਾਣਾ ਆਖਦਾ ਸੀ ਮੈਨੂੰ ਲੱਗਦਾ ਸੀ ਮੈਂ ਇੱਕ ਝੂਠ ਜੀ ਰਹੀ ਹਾਂ, ਪਰ ਕਦੇ ਕਦੇ ਲੱਗਦਾ ਨਹੀਂ ਮੈਂ ਝੂਠ ਨਹੀਂ ਜਿਉਂ ਰਹੀ, ਇਹੀ ਸੱਚ ਹੈ। ਪਰ ਸੱਚ ਦੇ ਝੂਠੇ ਸਪੱਖੋਂ ਮੇਰੀ ਜ਼ਿੰਦਗੀ 'ਚ ਕਿਤੇ ਉਲਟ ਪੁਲਟ ਹੋ ਗਏ ਸਨ ਅਤੇ ਲੋਕਾਂ ਦੇ ਸਾਹਮਣੇ ਬਿਨਾਂ ਹੀ ਕਸੂਰ ਮੈਂ ਸ਼ਰਮਿੰਦੀ ਜੀ ਮਹਿਸੂਸ ਕਰਦੀ ਸੀ। ਮਿਸ ਟਿਵਾਣਾ ਦੀ ਥਾਂ ਮਿਸਿਸ ਮੈਂ ਜਦੋਂ ਚਿਤਵ ਦੀ ਉਹ ਮੈਨੂੰ ਇਸ ਤੋਂ ਵੀ ਵੱਡਾ ਝੂਠ ਲੱਗਦਾ ਅਤੇ ਮੈਂ ਘਬਰਾ ਕੇ ਜਿਵੇਂ ਪਛਾਂਹ ਪਰਤ ਪੈਂਦੀ। ਇਹਨਾਂ ਹੀ ਦਿਨਾਂ 'ਚ ਮੈਂ ਕਿਧਰੇ ਪੜ੍ਹਿਆ ਸੀ ਇੱਕ ਅਸ਼ੋਕ ਦਾ ਰੁੱਖ ਹੁੰਦਾ ਹੈ, ਜਦੋਂ ਕੋਈ ਕੁਆਰੀ ਕੁੜੀ ਉਹਦੇ ਹੇਠਾਂ ਜਾ ਖੜੋਵੇ ਤਾਂ ਉਹਦੇ ਫੁੱਲ ਖਿੜ ਪੈਂਦੇ ਨੇ। ਸੁਣਿਆ ਸੀ ਪਟਿਆਲੇ ਬਾਰਾਂਦਰੀ 'ਚ ਇਲਾਇਚੀਆਂ ਦੇ ਬੂਟੇ ਤੋਂ ਲੈ ਕੇ ਬੋਹੜ ਦੇ ਦਰਖਤ ਤੱਕ ਸਭ ਰੁੱਖ ਲੱਗੇ ਹੋਏ ਨੇ। ਖਿਆਲ ਆਇਆ ਅਸ਼ੋਕ ਦਾ ਬ੍ਰਿਕਸ਼ ਵੀ ਹੋਏਗਾ। ਮਨ ਹੀ ਮਨ ਮੈਂ ਇਸ ਅਸ਼ੋਕ ਦੇ ਬ੍ਰਿਕਸ਼ ਨੂੰ ਟੋਲਦੀ ਰਹਿੰਦੀ, ਜਿਹਦੇ ਹੇਠਾਂ ਜਦੋਂ ਮੈਂ ਜਾ ਕੇ ਖੜੋਵਾਂਗੀ ਤਾਂ ਉਹਦੇ ਫੁੱਲ ਖਿੜ ਪੈਣਗੇ। ਮੈਂ ਸੋਚਦੀ ਸੰਸਾਰ ਨੂੰ ਭੁਲੇਖਾ ਲੱਗ ਸਕਦਾ, ਪਰ ਕੁਦਰਤ ਤਾਂ ਸੱਚ ਜਾਣ ਸਕਦੀ ਹੈ, ਦੇਖ ਸਕਦੀ ਹੈ, ਪਰ ਉਹ ਬ੍ਰਿਕਸ਼ ਮੈਨੂੰ ਕਿਵੇਂ ਲੱਭਦਾ? ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਹੁੰਦਾ ਕਿਹੋ ਜਿਹਾ। ਇਹ ਮੇਰੇ ਮਨ ਦਾ ਝੋਰਾ ਮੈਨੂੰ ਵਿੱਚੇ ਵਿੱਚ ਖਾਈ ਜਾ ਰਿਹਾ ਸੀ। ਦਿਨੇ ਤਾਂ ਮੈਂ ਪ੍ਰੋਫੈਸਰ ਪ੍ਰੋਫੈਸਰਨੀਆਂ ਨਾਲ, ਵਿਦਿਆਰਥੀ ਮੁੰਡੇ ਕੁੜੀਆਂ ਨਾਲ ਗੱਪਾਂ ਮਾਰਦੀ, ਖੱਪਾਂ ਪਾਉਂਦੀ, ਮਜ਼ਾਕ ਕਰਦੀ, ਦੁੱਖ ਸੁੱਖ ਸੁਣਦੀ, ਕਿਤਾਬਾਂ ਪੜ੍ਹਦੀ, ਜਮਾਤਾਂ ਪੜ੍ਹਾਉਂਦੀ, ਵਕਤ ਕੱਟ ਦਿੰਦੀ ਸੀ। ਪਰ ਰਾਤ ਆਪਣੇ ਸਾਰੇ ਹਨੇਰੇ ਸਮੇਤ ਜਿਵੇਂ ਮੈਨੂੰ ਆ ਘੇਰਦੀ, ਮੇਰਾ ਦਮ ਘੁੱਟਣ ਲੱਗਦਾ, ਮੈਂ ਲਾਈਟ ਬਲਦੀ ਰੱਖ ਕੇ ਸੌਣ ਲੱਗ ਪਈ। ਪਰ ਨਾਲ ਦੇ ਕਮਰੇ 'ਚ ਪਏ ਬੇਜੀ ਨੂੰ ਮੇਰੀ ਲਾਈਟ ਬਲਦੀ ਦੇਖ ਕੇ ਚੈਨ ਨਾ ਆਉਂਦੀ। ਕਈ ਕਈ ਵਾਰੀ ਉੱਠ ਕੇ ਦੇਖਦੇ ਮੈਂ ਸੌਂ ਗਈ ਕਿ ਪੜ੍ਹ ਰਹੀ ਹਾਂ। ਜੇ ਪੜ੍ਹ ਰਹੀ ਹੁੰਦੀ ਉਹ ਨਾਰਾਜ਼ ਹੁੰਦੇ ਅਤੇ ਆਖਦੇ ਕਿ ਸਿਹਤ ਹੋਰ ਖਰਾਬ ਹੋ ਜੂ, ਜੇ ਸੌਂ ਗਈ ਹੁੰਦੀ ਉਹ ਲਾਈਟ ਬੁਝਾ ਦਿੰਦੇ। ਸੋਚਦੇ ਸਨ ਬਾਹਰ ਹਨੇਰੇ 'ਚ ਖੜ੍ਹੇ ਅਗਲੇ ਨੂੰ ਅੰਦਰ ਦਾ ਸਾਰਾ ਕੁਝ ਦਿਸਦਾ ਰਹਿੰਦਾ ਅਤੇ ਰੱਬ ਮਾੜੀ ਘੜੀ ਨਾ ਲਿਆਵੇ। ਫਿਰ ਮੈਂ ਰਾਤ ਨੂੰ ਨੀਂਦ ਦੀ ਗੋਲੀ ਖਾ ਕੇ ਸੌਣਾ ਸ਼ੁਰੂ ਕਰ ਦਿੱਤਾ। ਗੋਲੀਆਂ ਨਾਲ ਕੁਝ ਦਿਨ ਤਾਂ ਨੀਂਦ ਆਉਂਦੀ ਰਹੀ, ਫਿਰ ਹਟ ਗਈ। ਸ਼ਾਇਦ ਮੇਰਾ ਮਨ ਗੋਲੀਆਂ ਨਾਲੋਂ ਕਿਤੇ ਵੱਧ ਤਕੜਾ ਸੀ। ਨਿਕੰਮੀਆਂ ਗੋਲੀਆਂ ਦੀ ਸ਼ੀਸ਼ੀ ਮੈਂ ਬਾਹਰ ਵਗਾ ਮਾਰੀ, ਫਿਰ ਕਦੇ ਨੀਂਦ ਆ ਜਾਂਦੀ, ਕਦੇ ਸਾਰੀ ਦੀ ਸਾਰੀ ਰਾਤ ਅੱਖਾਂ ਥਾਈਂ ਲੰਘਦੀ। ਬਹੁਤ ਰਾਤ ਗਈ, ਕਦੇ ਕਦੇ ਮੈਂ ਉੱਪਰ ਕੋਠੇ 'ਤੇ ਚਲੀ ਜਾਂਦੀ, ਦੂਰ ਦੂਰ ਤੱਕ ਨਿਗਾਹ ਮਾਰ ਕੇ ਦੇਖਦੀ ਕਿ ਕਿਧਰੇ ਕਿਸੇ ਹੋਰ ਘਰ 'ਚ ਵੀ ਇਸ ਵੇਲੇ ਦੀਵਾ ਜਗ ਰਿਹਾ, ਕਿ ਕਿਧਰੇ ਕਿਸੇ ਹੋਰ ਘਰ 'ਚ ਵੀ ਇਸ ਵੇਲੇ ਕੋਈ ਜਾਗ ਰਿਹਾ। ਜੇ ਕਿਸੇ ਘਰ 'ਚ ਦੀਵਾ ਜਗਦਾ ਦਿਸਦਾ ਤਾਂ ਮੈਂ ਸੋਚਣ ਦੀ ਕੋਸ਼ਿਸ਼ ਕਰਦੀ, ਉਹ ਕੌਣ ਹੈ ਜੋ ਇਸ ਵੇਲੇ ਜਾਗ ਰਿਹਾ, ਉਹ ਕਿਉਂ ਜਾਗ ਰਿਹਾ, ਉਹਨੂੰ ਨੀਂਦ ਕਿਉਂ ਨਹੀਂ ਆਈ। ਪਰ ਕੁਝ ਚਿਰ ਮਗਰੋਂ ਜਦੋਂ ਅੱਖ ਖੁੱਲ੍ਹਦੀ, ਬੇਜੀ ਮਗਰੇ ਉੱਪਰ ਆ ਜਾਂਦੇ ਅਤੇ ਡਾਢੇ ਫਿਕਰਮੰਦ ਹੋ ਕੇ ਆਖਦੇ, ਜੀ ਰਾਜੀ ਹੈ, ਠੰਡ ਲੱਗ ਜੂ, ਚਾਹ ਕਰਦੇ ਹਾਂ, ਪਾਠ ਕਰ ਲਿਆ ਕਰ, ਫਿਰ ਉਦੋਂ ਹੀ ਨੀਂਦ ਆ ਜਾਂਦੀ ਹੈ। ਉਹਨਾਂ ਨੂੰ ਬੇਆਰਾਮ ਹੁੰਦਿਆਂ ਵੇਖ ਮੈਂ ਹੇਠਾਂ ਉਤਰ ਆਉਂਦੀ, ਲਾਈਟ ਬੁਝਾ ਕੇ ਪੈ ਜਾਂਦੀ, ਸਾਹਮਣੀ ਸੜਕ 'ਚੋਂ ਤਾਰੇ ਦਿਸਦੇ। ਮਨ ਹੀ ਮਨ ਮੈਂ ਮਰਿਆਂ ਜਿਉਂਦਿਆਂ ਆਪਣਿਆਂ ਲੋਕਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਅਤੇ ਗੱਲਾਂ ਕਰਦੀ ਨੂੰ ਇਹ ਭੁੱਲ ਹੀ ਜਾਂਦਾ ਕੌਣ ਇਹਨਾਂ 'ਚ ਜਿਉਂਦਾ ਹੈ ਅਤੇ ਕੌਣ ਮਰਿਆ ਹੋਇਆ। ਅਤੇ ਇਹਨਾਂ ਦੇ ਨਾਲ ਮੈਂ ਅਜੀਬ ਅਜੀਬ ਥਾਵਾਂ 'ਤੇ ਤੁਰੀ ਫਿਰਦੀ ਅਤੇ ਉਹ ਥੱਕ ਟੁੱਟ ਕੇ ਸਵੇਰੇ ਜੇ ਕਿਤੇ ਨੀਂਦ ਆਉਂਦੀ, ਦਿਨ ਚੜ੍ਹੇ ਜਦੋਂ ਜਾਗਦੀ, ਰਾਤ ਜਿਸ ਸੰਸਾਰ 'ਚ ਮੈਂ ਤੁਰੀ ਫਿਰਦੀ ਰਹੀ ਸੀ ਉਹ ਸੱਚ ਪ੍ਰਤੀਤ ਹੁੰਦਾ ਅਤੇ ਜਿਸ ਸੰਸਾਰ 'ਚ ਹੁਣ ਜਾਗੀ ਸੀ ਉਹਦੇ ਸੱਚ ਹੋਣ ਬਾਰੇ ਮੈਂ ਆਪਣੇ ਆਪ ਨੂੰ ਦੱਸਦੀ। ਇਹ ਸਾਡਾ ਘਰ ਹੈ, ਇਹ ਮੇਰੇ ਬੇਜੀ ਨੇ, ਇਹ ਪਟਿਆਲਾ ਸ਼ਹਿਰ ਹੈ, ਅੱਜ ਫਲਾਣੀ ਤਰੀਕ ਹੈ, ਇਹ ਸਾਡਾ ਕੁੱਤਾ ਜਿਪਸੀ ਹੈ,
ਇਹ ਵਿਹੜੇ 'ਚ ਲੱਗੀ ਗੁਲਾਬ ਦੀ ਵੇਲ ਹੈ ਅਤੇ ਮੈਨੂੰ ਲੱਗਦਾ ਮੈਂ ਜ਼ਰੂਰ ਇੱਕ ਦਿਨ ਪਾਗਲ ਹੋ ਜਾਣਾ। ਇਸ ਸਭ ਕਾਸੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਸੀ ਕਿ ਕੋਈ ਕਿਤਾਬ ਪੜ੍ਹਨ ਲੱਗ ਜਾਵਾਂ, ਪਰ ਜਿਵੇਂ ਕੋਈ ਸਿਤਾਰ ਦੀਆਂ ਤਾਰਾਂ ਇੰਨੀਆਂ ਜ਼ਿਆਦਾ ਕੱਸ ਦੇ ਕਿ ਮਾੜੀ ਜਿਹੀ ਛੋਹ ਵੀ ਉਹ ਬਰਦਾਸ਼ਤ ਨਾ ਕਰਨ, ਕੁਝ ਇਵੇਂ ਦਾ ਮਨ ਹੋ ਗਿਆ ਸੀ। ਸਾਰੀਆਂ ਨਾੜਾਂ ਜਿਵੇਂ ਕੱਸੀਆਂ ਗਈਆਂ ਸਨ ਅਤੇ ਲੱਗਦਾ ਸੀ ਉਹ ਕਿਸੇ ਵੀ ਵੇਲੇ ਕੜੱਕ ਕਰਕੇ ਟੁੱਟ ਜਾਣਗੀਆਂ। ਕਿਤਾਬਾਂ ਵਿਚਲੇ ਦੁੱਖ ਦਰਦ ਦੀਆਂ ਗੱਲਾਂ ਮੇਰੀਆਂ ਕੱਸੀਆਂ ਨਾੜੀਆਂ ਨੂੰ ਜਿਵੇਂ ਹੋਰ ਖਿਚਾ ਪਾਉਂਦੀਆਂ, ਆਲੇ ਦੁਆਲੇ ਦੇ ਹਨੇਰੇ ਨੂੰ ਹੋਰ ਗਾੜਾ ਕਰਦੀਆਂ ਸਨ ਅਤੇ ਰਾਤ ਨੂੰ ਦੀਵੇ ਜਗਦੇ ਘਰਾਂ 'ਚ ਲੈ ਜਾ ਲਿਜਾ ਕੇ ਮੈਨੂੰ ਵਿਖਾਉਂਦੀਆਂ ਸਨ। ਉੱਥੇ ਵੀ ਜਿਹੜਾ ਕੋਈ ਜਾਗ ਰਿਹਾ ਉਹਨੂੰ ਵੀ ਨੀਂਦ ਨਹੀਂ ਆ ਰਹੀ, ਉਹ ਵੀ ਰਾਤ ਨਾਲ ਗੱਲਾਂ ਕਰ ਰਿਹਾ। ਸੋਚਿਆ ਅਜਿਹਾ ਕੰਮ ਛੋਹ ਲਵਾਂ ਜਿਹੜਾ ਮੇਰੀ ਸੁਰਤ ਨੂੰ ਵਲ ਕੇ ਬੰਨ ਰੱਖੇ। PhD ਲਈ ਕਹਾਣੀ ਦਾ ਵਿਸ਼ਾ ਲੈ ਕੇ ਰਜਿਸਟ੍ਰੇਸ਼ਨ ਕਰਵਾ ਲਈ। ਹੁਣ ਮੈਂ ਕੰਮ ਕਰਨ ਲਈ ਪੜ੍ਹਦੀ ਸੀ ਅਤੇ ਇਹ ਕੰਮ ਮੇਰੀ ਤਸੱਲੀ ਬਣਦਾ ਜਾ ਰਿਹਾ ਸੀ। ਹੁਣ ਸਾਰੀ ਰਾਤ ਜਾਗਣਾ ਮੈਨੂੰ ਬੇਚੈਨ ਨਹੀਂ ਸੀ ਕਰਦਾ। ਬੇਜੀ ਨੂੰ ਵੀ ਮੈਂ ਸਮਝਾ ਦਿੱਤਾ ਸੀ ਕਿ ਮੈਂ ਜ਼ਰੂਰੀ ਕੰਮ ਕਰਨਾ, ਤੁਸੀਂ ਸੌਂ ਜਾਇਆ ਕਰੋ। ਇੰਨਾ ਕੰਮ ਕਰੋ ਤਾਂ ਥੀਸਿਸ ਤਾਂ ਲਿਖਿਆ ਹੀ ਜਾਣਾ ਸੀ, ਪਰ ਥੀਸਿਸ ਲਿਖ ਕੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ 'ਚ ਸਬਮਿਟ ਕਰਾ ਤਾ ਤਾਂ ਕੁਛ ਲੋਕਾਂ ਨੂੰ ਬੜਾ ਅੱਖ ਰਿਹਾ, ਸ਼ਾਇਦ ਇਸ ਲਈ ਕਿ ਉਹਨਾਂ ਨੂੰ ਲੱਗਿਆ ਕਿ ਤਰੱਕੀ ਦੇ ਰਾਹ 'ਚ ਮੈਂ ਕਈਆਂ ਦਾ ਰਾਹ ਰੋਕਾਂਗੀ। ਰਿਜੈਕਟ ਕਰਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ। ਕਈ ਸਾਲ ਮਗਰੋਂ ਇੱਕ ਐਗਜ਼ਾਮਿਨਰ ਦੱਸ ਰਿਹਾ ਸੀ ਕਿ ਥੀਸਿਸ ਪਾਸ ਕਰਾਉਣ ਲਈ ਤਾਂ ਸਿਫਾਰਸ਼ਾਂ ਆਉਂਦੀਆਂ ਸਨ, ਇਹ ਪਹਿਲੀ ਵਾਰੀ ਸੀ ਕਿ ਥੀਸਿਸ ਰਿਜੈਕਟ ਕਰਾਉਣ ਲਈ ਸਿਫਾਰਸ਼ਾਂ ਆ ਰਹੀਆਂ ਸਨ। ਥੀਸਿਸ ਰਿਜੈਕਟ ਵੀ ਹੋ ਸਕਦਾ, ਆ ਕੇ ਜਿਸ ਪਹੁੰਚ ਵਾਲੇ ਬੰਦੇ ਨੇ ਮੈਨੂੰ ਧਮਕੀ ਦੇਣੀ ਚਾਹੀ ਸੀ ਉਹਨੂੰ ਮੈਂ ਬਸ ਇੰਨਾ ਹੀ ਆਖਿਆ ਸੀ, ਮੈਂ ਜੱਟਾਂ ਦੀ ਕੁੜੀ ਹਾਂ, ਨਾ ਮੀਂਹ ਪੈਣੋਂ ਹਟਣਾ, ਨਾ ਕਣਕ ਨੇ ਉੱਗਣੋਂ ਅਤੇ ਨਾ ਸਾਨੂੰ ਰੋਟੀ ਮਿਲਣੋਂ ਹਟਣੀ ਹੈ। ਸੋ ਥੀਸਿਸ ਛੱਡ, ਜੇ ਨੌਕਰੀ ਵੀ ਚਲੀ ਜਾਊ ਭੁੱਖੇ ਤਾਂ ਅਸੀਂ ਫਿਰ ਵੀ ਨਹੀਂ ਮਰਨ ਲੱਗੇ। ਪਤਾ ਲੱਗਿਆ ਫੈਸਲਾ ਵਾਈਵੇ ਤੋਂ ਮਗਰੋਂ ਹੋਏਗਾ ਕਿ ਇਸ ਥੀਸਿਸ ਨੂੰ ਡਿਗਰੀ ਦਿੱਤੀ ਜਾਵੇ ਕਿ ਨਾ। ਐਗਜ਼ਾਮੀਨਰਾਂ ਨੇ ਇਹੀ ਲਿਖਿਆ ਸੀ, ਰਿਜੈਕਟ ਕਰਾਉਣ ਲਈ ਅਗਲੇ ਖੂਬ ਲੰਗੋਟੇ ਕਸ ਤਿਆਰੀਆਂ ਕਰਕੇ ਆਉਣਗੇ। ਬੀਬੀ ਤਕੜੀ ਹੋ ਜਾ, ਆਖੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਮਾੜੇ ਰਿਜ਼ਲਟ ਲਈ ਮੈਨੂੰ ਪਹਿਲਾਂ ਹੀ ਤਿਆਰ ਕਰਨਾ ਚਾਹੁੰਦੇ ਸਨ। ਫਿਰ ਉਹਨਾਂ ਨੂੰ ਆਪ ਹੀ ਪਤਾ ਨਹੀਂ ਕੀ ਸੁੱਝੀ ਕਿ ਸਿੰਡੀਗੇਟ 'ਚ ਪਾਸ ਕਰਵਾ ਲਿਆ ਕਿ ਇਸ ਲੜਕੀ ਦੇ ਵਾਈਵੇ ਵੇਲੇ ਵਾਈਸ ਚਾਂਸਲਰ ਕਮੇਟੀ 'ਚ ਬੈਠੇ। ਅਗਲਿਆਂ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਸਨ, ਉਹਨਾਂ ਵਾਈਵਾਈ ਦਿੱਲੀ ਰੱਖ ਦਿੱਤਾ ਕਿ ਚੰਡੀਗੜ੍ਹ ਤੋਂ ਵਾਈਸ ਚਾਂਸਲਰ ਮਹਿਜ ਇੱਕ ਵਾਈਵੇ ਲਈ ਦਿੱਲੀ ਥੋੜ੍ਹੇ ਜਾਏਗਾ। ਪ੍ਰੋਫੈਸਰ ਪ੍ਰੀਤਮ ਸਿੰਘ ਵੀ ਅੱਗੋਂ ਬੁਰੇ ਦੇ ਘਰ ਤੱਕ ਜਾਣ ਵਾਲੇ ਨੇ। ਫਿਰ ਵਾਈਸ ਚਾਂਸਲਰ ਨੂੰ ਜਾ ਮਿਲੇ ਕਿ ਜਾਂ ਤਾਂ ਵਾਈਵਾ ਇੱਥੇ ਰੱਖੋ ਜਾਂ ਦਿੱਲੀ ਜਾਇਓ। ਵਾਈਸ ਚਾਂਸਲਰ ਨੇ ਬਥੇਰਾ ਪੁੱਛਿਆ ਵਿੱਚੋਂ ਗੱਲ ਕੀ ਹੈ, ਪਰ ਉਹਨਾਂ ਆਖਿਆ ਤੁਹਾਨੂੰ ਵਾਈਵੇ ਵੇਲੇ ਆਪੇ ਪਤਾ ਲੱਗ ਜਾਓ, ਵਾਈਵਾ ਕੈਂਸਲ ਹੋ ਗਿਆ। ਪਰ ਮਹੀਨੇ ਕੁ ਮਗਰੋਂ ਫਿਰ ਚਿੱਠੀ ਆ ਗਈ, ਵਾਈਵਾ ਫਿਰ ਦਿੱਲੀ ਰੱਖਿਆ ਗਿਆ ਸੀ। ਝੱਕਦੀ ਝੱਕਦੀ ਨੇ ਮੈਂ ਫਿਰ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੂੰ ਦੱਸਿਆ, ਉਹ ਵਾਈਸ ਚਾਂਸਲਰ ਨੂੰ ਮਿਲੇ ਅਤੇ ਉਹਨੇ ਖਿੱਚ ਕੇ ਤਾਰ ਰਾਹੀਂ ਅਗਲੇ ਦਿਨ ਮੈਨੂੰ ਵੀ ਅਤੇ ਐਗਜ਼ਾਮੀਨਰ ਨੂੰ ਵੀ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੂੰ ਅਤੇ ਇੱਕ ਦਿੱਲੀ ਤੋਂ ਕੋਈ ਬੰਗਾਲੀ ਵਿਦਵਾਨ ਸ਼ਾਇਦ ਦਾਸ ਗੁਪਤਾ ਸੀ ਆਪਣੇ ਦਫ਼ਤਰ ਵਾਈਵੇ ਲਈ ਸੱਦ ਲਿਆ। ਪਹਿਲੇ ਜੀ ਨੂੰ ਘਬਰਾਹਟ ਹੋਈ, ਫਿਰ ਸੋਚਿਆ ਵੱਧ ਤੋਂ ਵੱਧ ਰਿਜੈਕਟ ਹੀ ਕਰ ਦੇਣਗੇ ਤਾਂ ਕੀ ਹੈ। 1 ਘੰਟਾ 20 ਮਿੰਟ ਸਵਾਲ ਜਵਾਬ ਹੁੰਦੇ ਰਹੇ, ਕੁਝ ਕੁ ਮੈਨੂੰ ਅਜੇ ਵੀ ਯਾਦ ਹਨ। ਪੁੱਛਿਆ ਗਿਆ ਜਿੰਨੀਆਂ ਕਿਤਾਬਾਂ ਦੇ ਪਿੱਛੇ ਰੈਫਰੈਂਸ ਦਿੱਤੇ ਨੇ ਉਹ ਪੜ੍ਹੀਆਂ ਵੀ ਨੇ ਸਾਰੀਆਂ? ਮੈਂ ਆਖਿਆ ਇਹਨਾਂ 'ਚੋਂ ਜਿਹੜੀ ਕੋਈ ਤੁਸੀਂ ਪੜ੍ਹੀ ਹੋਈ ਹੈ ਉਸ ਵਿੱਚੋਂ ਪੁੱਛ ਕੇ ਦੇਖ ਲਓ। ਲੋਕ ਕਹਾਣੀਆਂ ਲੋਕ ਜੀਵਨ 'ਚ ਖੁੰਭਾਂ ਵਾਂਗੂ ਆਪੇ ਉੱਗੀਆਂ ਹੋਣ ਕਰਕੇ ਇਹ ਫਿਕਰਾ ਥੀਸਿਸ ਵਿੱਚੋਂ ਪੜ੍ਹ ਕੇ ਆਖਿਆ ਗਿਆ। ਇਹ ਕੋਈ ਕ੍ਰਿਟਿਸਿਜ਼ਮ ਦੀ ਬੋਲੀ ਹੈ? ਇਹ ਤਾਂ ਕ੍ਰੀਏਟਿਵ ਬੋਲੀ ਹੈ, ਤੁਸੀਂ ਨਾਵਲ ਥੋੜ੍ਹੇ ਲਿਖ ਰਹੇ ਹੋ। ਮੈਂ ਦੱਸਿਆ ਸ਼ੇਕਸਪੀਅਰ ਉੱਪਰ 4,000 ਕ੍ਰਿਟਿਕਸ ਨੇ ਲਿਖਿਆ, ਉਹਨਾਂ ਵਿੱਚੋਂ ਵਿਲਸਨ ਨਾਈਟ ਸਭ ਤੋਂ ਚੰਗਾ ਮੰਨਿਆ ਜਾਂਦਾ ਅਤੇ ਵਿਲਸਨ ਨਾਈਟ ਦੀ ਕਿਤਾਬ ਦੀ ਭੂਮਿਕਾ ਲਿਖਦਾ TS ਐਲੀਅਟ ਆਖਦਾ ਹੈ ਕਿ ਵਿਲਸਨ ਨਾਈਟ ਦੇ ਕ੍ਰਿਟਿਸਿਜ਼ਮ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕ੍ਰੀਏਟਿਵ ਹੈ, ਅਤੇ ਇੱਥੇ ਮੇਰਾ ਕ੍ਰੀਏਟਿਵ ਹੋਣਾ ਨੁਕਸ ਕਿਵੇਂ ਬਣ ਗਿਆ? ਦਰਦੀ ਸਾਹਿਬ ਦੀ ਕਹਾਣੀਆਂ ਦੀ ਕਿਤਾਬ ਦਾ ਕਿਧਰੇ ਜੀ ਨਹੀਂ ਕੀਤਾ, ਕਿਧਰੇ ਜ਼ਿਕਰ ਨਹੀਂ ਕੀਤਾ, ਹਾਲਾਂਕਿ ਐਡੇ ਵੱਡੇ ਲੇਖਕ ਹਨ। ਦਰਦੀ ਸਾਹਿਬ ਇੱਕ ਐਗਜ਼ਾਮਿਨਰ ਸਨ, ਸਾਹਮਣੇ ਬੈਠੇ ਸਨ। ਮੈਂ ਆਖਿਆ ਮੈਂ ਦਰਦੀ ਹੋਰਾਂ ਨੂੰ ਕਹਾਣੀਕਾਰ ਨਾਲੋਂ ਆਲੋਚਕ ਚੰਗਾ ਮੰਨਦੀ ਹਾਂ। ਬ੍ਰਹਮ ਅਤੇ ਮਾਇਆ ਕਿਤਾਬ ਮੈਂ ਪੜ੍ਹੀ ਹੈ ਪਰ ਥੀਸਿਸ 'ਚ ਜ਼ਿਕਰ ਨਹੀਂ ਕੀਤਾ, ਇਹ ਗਲਤ ਹੈ, ਜ਼ਿਕਰ ਕਰਨਾ ਚਾਹੀਦਾ ਸੀ। ਜ਼ਰਾ ਜ਼ੋਰ ਦੇ ਕੇ ਅਗਲੇ ਨੇ ਆਖਿਆ, ਡੋਂਟ ਟਰਾਈ ਟੂ ਬਲੈਕਮੇਲ ਮੀ। ਮੈਂ ਤੱਪ ਕੇ ਆਖਿਆ, ਛੱਡੋ ਛੱਡੋ ਇਹ ਗੱਲ,
ਦਰਦੀ ਸਾਹਿਬ ਨੇ ਆਖਿਆ ਤੇ ਥੀਸਿਸ ਨਾਲ ਸੰਬੰਧਿਤ ਚੰਗੇ ਸਿਆਣੇ ਸਵਾਲ ਪੁੱਛਣ ਲੱਗ ਪਏ। ਵਾਈਸ ਚਾਂਸਲਰ ਸਭ ਕੁਝ ਦੇਖ ਰਿਹਾ ਸੀ। ਤੁਹਾਡੇ ਥੀਸਿਸ 'ਚ ਬਹੁਤ ਸਾਰੀਆਂ ਸਪੈਲਿੰਗ ਮਿਸਟੇਕਸ ਹਨ। ਉਸ ਵੇਲੇ ਦੇ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੇ ਆਖਰੀ ਹਥਿਆਰ ਵਰਤਿਆ। ਤੁਸੀਂ ਜਾਂ ਤੁਹਾਡੀ ਯੂਨੀਵਰਸਿਟੀ ਨੇ ਕੋਈ ਸਪੈਲਿੰਗਸ ਦੀ ਡਿਕਸ਼ਨਰੀ ਬਣਾਈ ਹੋਈ ਹੈ? ਜਾਂ ਪੰਜਾਬੀ 'ਚ ਕੋਈ ਸਪੈਲਿੰਗਸ ਦੀ ਡਿਕਸ਼ਨਰੀ ਹੈ? ਤੁਸੀਂ ਜਿਹਨੂੰ ਗਲਤ ਆਖਦੇ ਹੋ ਦੂਜੇ ਠੀਕ ਆਖਦੇ ਨੇ, ਤੇ ਤੁਸੀਂ ਜਿਹਨੂੰ ਠੀਕ ਆਖਦੇ ਹੋ ਦੂਜੇ ਗਲਤ, ਇਹਦਾ ਫੈਸਲਾ ਕੌਣ ਕਰੇਗਾ? ਇੱਥੇ ਵਾਈਸ ਚਾਂਸਲਰ ਨੇ ਪੁੱਛਿਆ ਕਿ ਪੰਜਾਬੀ 'ਚ ਕੋਈ ਸਪੈਲਿੰਗਸ ਦੀ ਡਿਕਸ਼ਨਰੀ ਨਹੀਂ? ਜਵਾਬ ਸੀ, ਭਾਸ਼ਾ ਵਿਭਾਗ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਹੈ। ਅਤੇ ਫਿਰ ਆਖਿਆ, ਇਹਦੇ 'ਚ ਟਾਈਪ ਦੀਆਂ ਵੀ ਗਲਤੀਆਂ ਨੇ। ਮੈਂ ਆਖਿਆ, ਵਿਖਾਓ। ਦੋ ਚਾਰ ਸਵਾਲ ਹੋਰ ਪੁੱਛੇ ਗਏ। ਵਾਈਸ ਚਾਂਸਲਰ ਨੇ ਘੜੀ ਦੇਖੀ। ਚਲੋ ਠੀਕ ਹੈ, ਤੁਸੀਂ ਜਾ ਸਕਦੇ ਹੋ, ਹੈੱਡ ਪੰਜਾਬੀ ਵਿਭਾਗ ਨੇ ਆਖਿਆ। ਨਹੀਂ ਬੇਟੀ, ਬੈਠ ਜਾ, ਚਾਹ ਆ ਰਹੀ ਹੈ, ਪੀ ਕੇ ਜਾਈ। ਵੈਰੀ ਇੰਟੈਲੀਜੈਂਟ ਗਰਲ। ਵਾਈਸ ਚਾਂਸਲਰ ਨੇ ਪਹਿਲੀ ਗੱਲ ਮੈਨੂੰ ਅਤੇ ਦੂਜੀ ਸਾਰੀ ਕਮੇਟੀ ਨੂੰ ਸੰਬੋਧਨ ਕਰਕੇ ਆਖੀ। ਚਾਹ ਆ ਗਈ। ਛੇਤੀ ਛੇਤੀ ਚਾਹ ਮੁਕਾ ਕੇ ਮੈਂ ਧੰਨਵਾਦ ਕਰਕੇ ਬਾਹਰ ਆ ਗਈ। ਮੇਰਾ ਸਿਰ ਦੁੱਖ ਰਿਹਾ ਸੀ ਅਤੇ ਜੀ ਵੀ ਘਬਰਾ ਰਿਹਾ ਸੀ। ਦਫਾ ਹੋਵੇ PhD। ਆਖ ਮੈਂ ਸਕੂਟਰ ਰਿਕਸ਼ਾ ਲੈ ਕੇ ਚੰਡੀਗੜ੍ਹ ਦੇ ਬੱਸ ਅੱਡੇ 'ਤੇ ਆ ਗਈ ਅਤੇ ਉੱਥੋਂ ਬੱਸ ਲੈ ਕੇ ਪਟਿਆਲੇ ਪਹੁੰਚ ਗਈ। ਵਾਈਵੇ ਵਿੱਚ ਮੈਂ ਜਵਾਬ ਹਲੀਮੀ ਵਾਲੇ ਨਹੀਂ ਸੀ ਦਿੱਤੇ ਅਤੇ ਮੈਂ ਅੰਦਾਜ਼ਾ ਨਹੀਂ ਲਾ ਸਕੀ ਕਿ ਮੈਨੂੰ ਡਿਗਰੀ ਮਿਲ ਜਾਏਗੀ ਕਿ ਨਹੀਂ। ਜਿਸ ਦਿਨ ਸਿੰਡੀਕੇਟ ਦੀ ਮੀਟਿੰਗ 'ਚ ਰਿਜ਼ਲਟ ਦਾ ਪਤਾ ਲੱਗਣਾ ਸੀ, ਕੋਈ ਚੰਡੀਗੜ੍ਹ ਜਾਣ ਲਈ ਤਿਆਰ ਨਹੀਂ ਸੀ ਕਿ ਜੇ ਖਬਰ ਮਾੜੀ ਹੋਈ ਤਾਂ ਬਹੁਤੀ ਸੰਭਾਵਨਾ ਮਾੜੀ ਖਬਰ ਦੀ ਸੀ। ਆਖਰ ਹਰਿੰਦਰ ਮਹਿਬੂਬ ਹੌਸਲਾ ਕਰਕੇ ਚਲਾ ਗਿਆ। ਪਿੱਛੋਂ ਦੂਜੇ ਸੰਸਾ ਵੀ ਕਰਦੇ ਸੀ ਗੁੱਸੇ 'ਚ ਆ ਕੇ ਕਿਧਰੇ ਕਿਸੇ ਨੂੰ ਕੁੱਟ ਹੀ ਨਾ ਆਵੇ, ਉਹਦਾ ਕਾਹਲੇ ਦਾ ਕੀ ਹੈ। ਪਰ ਰਾਤ ਨੂੰ ਉਹ ਜ਼ੋਰ ਜ਼ੋਰ ਦੀ ਤਖਤੇ ਭੰਨ ਰਿਹਾ ਸੀ। ਮੈਂ ਬਾਰ ਖੋਲ੍ਹਿਆ, ਮਠਿਆਈ ਦਾ ਡੱਬਾ ਲਈ ਖੜਾ ਸੀ। ਬੋਲਿਆ, ਮੈਂ ਸਟੇਸ਼ਨ ਤੋਂ ਨੱਠਿਆ ਆਇਆ, ਤੁਸੀਂ ਭੋਰਾ ਮਠਿਆਈ ਦਾ ਲੈ ਲਓ, ਬਾਕੀ ਮੈਂ ਭੂਤਵਾੜੇ ਜਾ ਕੇ ਦੱਸਣਾ, ਨਾਲੇ ਮਠਿਆਈ ਦੇਣੀ ਹੈ। ਮੈਂ ਬਰਫੀ ਦਾ ਇੱਕ ਟੁਕੜਾ ਚੁੱਕ ਲਿਆ ਅਤੇ ਉਹਨੀ ਪੈਰੀਂ ਪਰਤ ਗਿਆ। ਅਗਲੇ ਦਿਨ ਭੂਤਵਾੜੇ ਵਾਲਿਆਂ 'ਚੋਂ ਕੋਈ ਕਾਲਜ ਨਹੀਂ ਸੀ ਆਇਆ। ਪਤਾ ਲੱਗਿਆ ਉਹ ਰਾਤ ਦਾਰੂ ਪੀ ਕੇ ਜਸ਼ਨ ਮਨਾਉਂਦੇ ਰਹੇ ਸਨ ਅਤੇ ਹੁਣ ਸਭ ਸੁੱਤੇ ਪਏ ਸਨ। ਅੰਗ 27। ਉਹਦੇ ਭੂਆ ਜੀ ਨੂੰ ਮੈਂ ਕਿਹਾ ਸੀ ਭੇਜਣਾ ਨਾ, ਪਰ ਮੇਰੇ ਕਹਿਣ ਨਾਲ ਕੀ ਹੁੰਦਾ ਹੈ, ਅਚਾਨਕ ਇੱਕ ਦਿਨ ਉਹ ਭਲਾ ਮਾਨ ਸਾਹਿਬ ਪਹੁੰਚਿਆ। ਬੇਜੀ ਡਰਾਇੰਗ ਰੂਮ 'ਚ ਬੈਠਾ ਕੇ ਆਓ ਭਗਤ ਕਰ ਰਹੇ ਸਨ ਅਤੇ ਮੈਂ ਡਰੀ ਭਵੱਤਰੀ ਸੋਚ ਰਹੀ ਸੀ ਕੋਈ ਅੱਗ ਹੀ ਮੇਰੇ ਕੱਪੜਿਆਂ ਨੂੰ ਲੱਗ ਜਾਏ ਅਤੇ ਮੈਂ ਲੱਟ ਲੱਟ ਬਲ ਜਾਵਾਂ। ਰਸਮੀ ਸੁੱਖ ਸ਼ਾਂਤ ਤੋਂ ਮਗਰੋਂ ਨੇ ਆਖਿਆ, ਬੇਜੀ ਮੈਂ ਉਹਦੇ ਨਾਲ ਇਕੱਲੀ ਨਾਲ ਹੀ ਗੱਲ ਕਰਨੀ ਹੈ, ਉਹਨੂੰ ਭੇਜ ਦਿਓ ਜ਼ਰਾ। ਮਤਲਬ ਸੀ ਤੁਸੀਂ ਜਾਓ ਅਤੇ ਉਹਨੂੰ ਭੇਜੋ। ਬੇਜੀ ਨੇ ਮੈਨੂੰ ਦੱਸਿਆ, ਪਰ ਜੀ 'ਚੋਂ ਉਹ ਵੀ ਘਬਰਾ ਰਹੇ ਸਨ। ਮੈਂ ਡਰਾਇੰਗ ਰੂਮ 'ਚ ਗਈ। ਦੱਸੋ, ਮੈਂ ਆਖਿਆ, ਤੂੰ ਭੂਆ ਜੀ ਨੂੰ ਕੀ ਆਖਿਆ? ਵੀ ਜਾਣਾ ਨਹੀਂ, ਇੱਥੇ ਲੋਕਾਂ ਨਾਲ ਖੇਹ ਖਾਂਦੇ ਫਿਰਨਾ, ਉੱਥੇ ਜਾਣਾ ਨਹੀਂ। ਮੈਂ ਭੁੱਲਿਆ ਹੋਇਆ ਭਲਾ ਤੀਵੀਆਂ ਨੂੰ, ਉਹਨਾਂ ਨੂੰ ਕਦ ਆਦਮੀ ਬਿਨਾਂ ਸਰਦਾ ਹੁੰਦਾ। ਲਫਜ਼ ਸਨ ਜਿਵੇਂ ਅੱਗ ਦੇ ਅੰਗਿਆਰ, ਖੂਨ ਸਾਂ ਸਾਂ ਕਰਕੇ ਮੇਰੇ ਸਿਰ ਨੂੰ ਚੜਿਆ। ਤੂੰ ਸਮਝਦੀ ਹੈ ਸਾਡੇ ਘਰ 'ਚ ਤੇਰੀ ਇੱਜ਼ਤ ਸੇਫ ਨਹੀਂ, ਪਰ ਮੈਂ ਕਹਿੰਦਾ ਜੇ ਸਿੱਧੀ ਤਰ੍ਹਾਂ ਨਹੀਂ ਜਾਏਂਗੀ ਮੈਂ ਤੈਨੂੰ ਇੱਥੋਂ ਚੁਕਵਾ ਕੇ ਲੈ ਜਾਊਂ ਅਤੇ ਚਾਰ ਬਦਮਾਸ਼ਾਂ ਤੋਂ ਆਪਣੇ ਸਾਹਮਣੇ ਤੇਰੀ ਇੱਜ਼ਤ ਖਰਾਬ ਕਰੂੰ। ਦੱਸ ਫਿਰ ਕੀ ਕਰੇਗਾ? ਬੇਜੀ ਸ਼ਾਇਦ ਬਾਹਰ ਕੰਧ ਨਾਲ ਲੱਗੇ ਖੜ੍ਹੇ ਸੀ, ਘਬਰਾ ਕੇ ਅੰਦਰ ਆ ਗਏ। ਬੋਲੇ, ਅਸੀਂ ਕਾਕਾ ਇਹ ਤੁਹਾਨੂੰ ਵੇਚੀ ਨਹੀਂ ਹੋਈ, ਕਿਹੋ ਜਿਹੀਆਂ ਗੱਲਾਂ ਕਰਦਾ? ਜੇ ਅੱਜ ਇਹਦੇ ਫੁੱਫੜ ਜੀ ਜਿਉਂਦੇ ਹੁੰਦੇ ਤਾਂ ਇਹਦਾ ਬਾਪ ਹੀ ਜਿਉਂਦਾ ਹੁੰਦਾ, ਤਾਂ ਤੂੰ ਇਉਂ ਬੋਲਦਾ? ਅਤੇ ਬੇਜੀ ਰੋਣ ਲੱਗ ਪਏ। ਨਹੀਂ ਭੇਜਣੀ ਸੀ ਤਾਂ ਵਿਆਹ ਕਾਹਦੇ ਲਈ ਕੀਤਾ ਸੀ? ਉਹਨੇ ਰੋਹਬ ਨਾਲ ਪੁੱਛਿਆ। ਵਿਆਹ ਹੋਏ ਨੂੰ ਇੰਨੇ ਸਾਲ ਹੋ ਗਏ, ਉੱਦਣ ਦਾ ਤੂੰ ਕਿੱਥੇ ਸੀ? ਫੁੱਲ ਵਰਗੀ ਮੇਰੀ ਧੀ ਦੀ ਜਾਨ, ਵਿਆਹ ਕਾਹਦਾ ਕੀਤਾ ਕੰਡੇ ਬੀਜ 'ਤੇ ਜਾਣ ਨੂੰ? ਆਖਦੇ ਬੇਜੀ ਅਜੇ ਵੀ ਰੋਈ ਜਾ ਰਹੀ ਸੀ। ਬੇਜੀ ਤੁਸੀਂ ਅੰਦਰ ਚੱਲੋ, ਆਖ ਮੈਂ ਬੇਜੀ ਨੂੰ ਜ਼ਬਰਦਸਤੀ ਉੱਥੋਂ ਉਠਾ ਦਿੱਤਾ, ਦਰਵਾਜ਼ੇ ਤੱਕ ਛੱਡ ਆਈ ਅਤੇ ਆ ਕੇ ਫਿਰ ਕੁਰਸੀ 'ਤੇ ਬੈਠ ਗਈ। ਕੀ ਕਹਿੰਦੀ ਹੈ? ਉਹਨੇ ਤਾੜ ਕੇ ਪੁੱਛਿਆ। ਇਹੀ ਕਹਿੰਦੀ ਹਾਂ ਵੀ ਹੁਣੇ ਹਸਪਤਾਲ ਚਲੇ ਚੱਲੋ, ਮੇਰਾ ਮੈਡੀਕਲ ਕਰਵਾ ਲਓ। ਜਿਹੜਾ ਦੂਸ਼ਣ ਮੇਰੇ 'ਤੇ ਲਾਇਆ, ਅਗਰ ਉਹ ਗਲਤ ਹੋਇਆ ਤਾਂ ਮੈਂ ਉੱਥੇ ਹੀ ਪਹਿਲਾਂ ਗੋਲੀ ਤੁਹਾਡੇ ਮਾਰੂੰ, ਪਿੱਛੋਂ ਆਪਣੇ। ਮੈਂ ਮੱਚਦੀਆਂ ਅੱਖਾਂ 'ਤੇ ਡੁੱਬਦੀ ਆਵਾਜ਼ ਨਾਲ ਆਖਿਆ, ਮੈਨੂੰ ਪਹਿਲਾਂ ਹੀ ਪਤਾ, ਬਥੇਰੀਆਂ ਤੀਵੀਆਂ ਆਦਮੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੀਆਂ ਨੇ। ਭੂਆ ਜੀ ਦੀ ਸੌਂਕਣ ਨੇ ਇਵੇਂ ਕੀਤਾ ਸੀ। ਆਖੋ ਭਲਾ ਮਾਨਸ ਪਤਾ ਨਹੀਂ ਕਿਹੜੀ ਗੱਲ ਦਾ ਜਵਾਬ ਦੇ ਕੇ ਤੁਰ ਪਿਆ ਸੀ। ਇਹਨਾਂ ਦਿਨਾਂ 'ਚ ਬਹੁਤ ਵਾਰੀ ਮੇਰਾ ਜੀ ਘਟਿਆ, ਬਹੁਤ ਵਾਰੀ ਕੱਚੀਆਂ ਤਰੇਲੀਆਂ ਆਈਆਂ, ਬਹੁਤ ਵਾਰੀ ਰਘਵੀਰ ਭਰਾ ਜੀ ਡਾਕਟਰ ਨੂੰ ਸੱਦ ਕੇ ਲਿਆਏ। ਇਹ ਸਭ ਮੇਰੇ ਨਾਲ ਕੀ ਵਾਪਰ ਰਿਹਾ ਮੈਂ ਆਪਣੇ ਆਪ ਨੂੰ ਪੁੱਛਦੀ, ਪਤਾ ਨਹੀਂ।
ਹੁਣ ਉਹ ਕੀ ਕਰਨ? ਬੇਜੀ ਫਿਕਰਮੰਦ ਹੋ ਕੇ ਆਖਦੇ, ਬੇਜੀ ਦੇ ਫਿਕਰ ਦੀ ਇਹ ਗੱਲ ਇੱਕ ਵਾਰੀ ਹਰਨੇਕ ਮੇਰੀ ਤੀਜੀ ਭੈਣ ਕਮਲ ਦੇ ਘਰ ਵਾਲੇ ਨੇ ਜਦੋਂ ਸੁਣੀ, ਉਹਨੇ ਤਰਬਕ ਕੇ ਮੇਰੀ ਵੱਲ ਵੇਖਿਆ। 6 ਫੁੱਟ ਦਾ ਮਾੜੇ ਮੋਟੇ ਦੋ ਬੰਦਿਆਂ ਨੂੰ ਸਿਰਾਂ ਤੋਂ ਫੜ ਕੇ ਪੜ੍ਹਾ ਦੇਣ ਵਾਲਾ ਮਾਂ ਦਾ ਰੀਝ ਨਾਲ ਪਾਲਿਆ ਇਕੱਲਾ ਪੁੱਤਰ ਹਰਨੇਕ ਹਮੇਸ਼ਾ ਹੀ ਆਖਦਾ ਹੁੰਦਾ ਸੀ, ਕਮਲ ਬਾਕੀ ਭਾਈ ਭੈਣ ਤੇਰੇ ਵੱਡੇ ਭੈਣ ਜੀ ਮੇਰੇ। ਉਹਨੂੰ ਲੱਗਿਆ ਮੇਰੇ ਹੁੰਦਿਆਂ ਬੇਜੀ ਇਹ ਆਖਣ ਕਿ ਪਤਾ ਨਹੀਂ ਹੁਣ ਉਹ ਕੀ ਕਰਨ। ਬਿਨਾਂ ਕਿਸੇ ਨੂੰ ਦੱਸੇ ਆਪਣਾ ਇੱਕ ਦੋਸਤ ਨਾਲ ਲੈ ਕੇ ਗਲ 'ਚ ਪਸਤੌਲ ਪਾ ਕੇ ਉਹ ਸ਼ਰਾਬ ਪੀ ਕੇ ਮੋਟਰਸਾਈਕਲ ਲੈ ਕੇ ਅਗਲਿਆਂ ਦੇ ਪਿੰਡ ਜਾ ਪੜਿਆ ਸੀ। ਸ਼ਾਇਦ ਸੋਚ ਕੇ ਗਿਆ ਸੀ ਅੱਜ ਫਸਤਾ ਹੀ ਮੁਕਾ ਆਉਣਾ। ਅਗਲਾ ਅੱਗੋਂ ਉੱਥੇ ਨਹੀਂ ਸੀ ਮਿਲਿਆ ਤਾਂ ਖਾਇਆ ਸੀ ਜਿਸ ਘਰ ਦਾ ਇਹ ਜੁਆਈ ਹੈ, ਮੈਂ ਉਸ ਘਰ ਦਾ ਪੁੱਤ ਵੀ ਹਾਂ, ਸੋ ਸੋਚ ਸਮਝ ਕੇ ਮੂੰਹ ਕਰੇ ਉੱਧਰ ਨੂੰ, ਜੇ ਲੱਭ ਜਾਂਦਾ ਤਾਂ ਅੱਜ ਹੀ ਪੁੱਛ ਲੈਂਦਾ। ਹਰਨੇਕ ਦੀ ਮਾਂ ਨੇ ਚਿੰਤਾਤੁਰ ਹੋ ਕੇ ਜਦੋਂ ਇਹ ਗੱਲ ਦੱਸੀ ਤਾਂ ਮੈਂ ਬੜੀ ਉਦਾਸ ਹੋ ਗਈ ਸੀ, ਲੱਗਿਆ ਸੀ ਮੇਰੀ ਬੇਅਰਥ ਜਿਹੀ ਜ਼ਿੰਦਗੀ ਪਿੱਛੇ ਕੋਈ ਕਾਰਾ ਨਾ ਹੋ ਜਾਏ। ਹਰਨੇਕ ਨੂੰ ਮੈਂ ਝਿੜਕਿਆ ਅਤੇ ਆਖਿਆ, ਮੈਂ ਆਪਣੇ ਮਾਮਲੇ ਆਪੇ ਨਜਿੱਠ ਲਵਾਂਗੀ, ਤੈਨੂੰ ਕੋਈ ਬੇਵਕੂਫੀ ਕਰਨ ਦੀ ਲੋੜ ਨਹੀਂ। ਅੱਗੋਂ ਉਹ ਵੀ ਖਿਜਿਆ ਹੋਇਆ ਸੀ, ਬੋਲਿਆ, ਇਹ ਕਿਉਂ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਆਖੋ ਸਾਰੇ ਉਵੇਂ ਜਿਉਈਏ? ਕੱਲ੍ਹ ਨੂੰ ਕੋਈ ਐਸੀ ਵੈਸੀ ਗੱਲ ਵਾਪਰ ਜਾਂਦੀ ਹੈ ਫਿਰ ਜਿਉਂਦੇ ਫਿਰਾਂਗੇ? ਐਸੀ ਵੈਸੀ ਗੱਲ ਵਾਪਰਨ ਲੱਗੂ ਮੈਂ ਆਪ ਆਪਣੇ ਗੋਲੀ ਮਾਰ ਲਊਂ। ਇਹ ਤੋਂ ਪਹਿਲਾਂ ਕਿ ਤੁਸੀਂ ਆਪਣੇ ਗੋਲੀ ਮਾਰੋ ਅਸੀਂ ਫੂਕ ਨਹੀਂ ਦਿਆਂਗੇ ਸਾਰੀ ਦੁਨੀਆ ਨੂੰ। ਉਹ ਬਹੁਤ ਤਪਿਆ ਹੋਇਆ ਸੀ। ਹਰਨੇਕ ਤੂੰ ਆਂਟੀ ਜੀ ਦਾ ਇਕੱਲਾ ਇਕੱਲਾ ਪੁੱਤਰ ਹੈ, ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਸ਼ੇਰਨੀ ਦੇ ਇੱਕੋ ਹੁੰਦਾ ਅਤੇ ਉਹ ਜੰਗਲੀ ਜਾਨਵਰਾਂ ਤੋਂ ਡਰ ਕੇ ਘੁਰਨੇ 'ਚ ਲੁੱਕ ਕੇ ਕਦੇ ਨਹੀਂ ਬਹਿ ਜਾਂਦਾ, ਉਹ ਦੱਸ ਰਿਹਾ ਸੀ। ਤੈਨੂੰ ਕਦੇ ਕੋਈ ਔਖ ਹੋਈ? ਕਮਲ ਨੇ ਸਾਰੀ ਉਮਰ ਕਦੇ ਮੈਨੂੰ ਮਾਫ਼ ਨਹੀਂ ਕਰਨਾ ਅਤੇ ਮੈਂ ਚਾਹੁੰਦੀ ਵੀ ਨਹੀਂ ਕੋਈ ਹੋਰ। ਭੈਣ ਜੀ ਤੁਹਾਡੇ ਵਿੱਚ ਨੁਕਸ ਇਹ ਹੈ ਵੀ ਤੁਸੀਂ ਆਪਣੀ ਥਾਂ ਹਮੇਸ਼ਾ ਦੂਜਿਆਂ ਬਾਰੇ ਫਿਕਰ ਕਰਦੇ ਰਹਿੰਦੇ ਹੋ। ਕਮਲ ਦਾ ਮੈਨੂੰ ਵੀ ਪਤਾ, ਤੁਹਾਡੇ ਨਾਲੋਂ ਵੱਧ ਮੈਨੂੰ ਉਹਦਾ ਫਿਕਰ ਹੈ, ਨਾਲੇ ਮੈਂ ਬੇਵਕੂਫ ਹਾਂ ਬੱਚਾ, ਤੁਸੀਂ ਬੇਸ਼ੱਕ ਮੈਨੂੰ ਕੋਈ ਸਮਝੀ ਜਾਓ। ਮੈਂ ਤਾਂ ਖੈਰ ਛੱਡੋ ਇਸ ਗੱਲ ਨੂੰ, ਮੇਰਾ ਤਾਂ ਜਿਵੇਂ ਜੀ ਕਰੂੰਗਾ ਦੇਖੀ ਜਾਊ ਜਿਹੜੀ ਹੋਊ, ਉਹਨੇ ਰੁੱਖਾ ਜਿਹਾ ਜਵਾਬ ਦਿੱਤਾ ਸੀ। ਉਹਦਾ ਮੇਰੇ ਪ੍ਰਤੀ ਲਗਾਓ ਮੋਹ ਵੀ ਜਗਾਉਂਦਾ ਸੀ ਅਤੇ ਭੈ ਵੀ। ਵਰਿਆਂ ਮਗਰੋਂ ਬਾਪੂ ਜੀ ਦੀ ਮੌਤ ਤੋਂ ਪਿੱਛੋਂ ਲੱਗਿਆ, ਬੇਸ਼ੱਕ ਅਸੀਂ ਘਰ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਸੌਂ ਜਾਈਏ। ਇਸੇ ਹਰਨੇਕ ਦੇ ਦੋਸਤ ਕਰਮਿੰਦਰ ਨੂੰ ਮੈਂ ਆਖਿਆ, ਤੂੰ ਅਮਰੀਕਾ ਚੱਲਿਆ, ਹਰਨੇਕ ਨੂੰ ਵੀ ਨਾਲ ਲੈ ਜਾ, ਕੋਈ ਕੋਰਸ ਕਰ ਆਊਗਾ। ਜਿਹੜਾ ਹਰਨੇਕ ਜਿੱਥੇ ਵੀ ਬਦਲਿਆ ਹੁੰਦਾ ਜੇ ਹਫ਼ਤੇ ਮਗਰੋਂ ਉੱਥੋਂ ਮਿਲਣ ਨਾ ਆਉਂਦਾ ਤਾਂ ਬੇਜੀ ਆਖਦੇ ਰਾਜੀ ਹੋਵੇ ਸਹੀ, ਅਤੇ ਉਹਦੇ ਆਪਣੇ ਬੇਜੀ ਸਾਡੇ ਘਰ ਪੁੱਛਣ ਆ ਜਾਂਦੇ, ਹਰਨੇਕ ਕਾਹਤੋਂ ਨਹੀਂ ਆਇਆ। ਉਸੇ ਹਰਨੇਕ ਨੂੰ ਮੈਂ ਅਮਰੀਕਾ ਚਲੇ ਜਾਣ ਲਈ ਆਖ ਰਹੀ ਸੀ। ਅਸਲ 'ਚ ਮੈਨੂੰ ਉਹਦੇ ਤੋਂ ਡਰ ਲੱਗਣ ਲੱਗ ਪਿਆ ਸੀ ਅਤੇ ਮੈਂ ਚਾਹੁੰਦੀ ਸੀ ਮੇਰੀ ਅਣਹੋਈ ਦੀ ਖਾਤਰ ਕੋਈ ਕੰਨ ਕੰਡਿਆ। ਅਸਲ 'ਚ ਮੈਨੂੰ ਉਹ ਤੋਂ ਡਰ ਲੱਗਣ ਲੱਗ ਪਿਆ ਸੀ ਅਤੇ ਮੈਂ ਚਾਹੁੰਦੀ ਸੀ ਮੇਰੀ ਅਣਹੋਈ ਦੀ ਖਾਤਰ ਕੋਈ ਕਾਹਨੂੰ ਕੰਡਿਆਂ 'ਚ ਹੱਥ ਪਾਵੇ। ਹਰਨੇਕ ਅਤੇ ਬੇਜੀ ਨੂੰ ਇਹ ਗੱਲ ਪਸੰਦ ਨਹੀਂ ਸੀ, ਉਹ ਆਖਦੇ ਸਨ ਬਾਹਰਲੇ ਮੁਲਕਾਂ 'ਚ ਗਿਆ ਵੀ ਕਦੇ ਕੋਈ ਮੁੜਿਆ? ਜੇ ਉੱਥੇ ਰਹਿ ਗਿਆ ਮੈਨੂੰ ਤਾਂ ਉਈ ਨੇਰ ਪੈ ਜਾਊ ਜੱਗ 'ਤੇ। ਹਰਨੇਕ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ MA ਕਰਨ ਚਲਾ ਗਿਆ, ਪਰ ਜਾਂਦਾ ਹੋਇਆ ਆ ਗਿਆ, ਕੋਰਸ ਮੁੱਕਣ 'ਤੇ ਜਿਹੜਾ ਪਹਿਲਾ ਜਹਾਜ਼ ਹਿੰਦੁਸਤਾਨ ਨੂੰ ਆਏਗਾ ਉਸ 'ਚ ਮੈਂ ਆ ਰਿਹਾ ਹੋਵਾਂਗਾ। ਹਰਨੇਕ ਦੇ ਜਾਣ ਵੇਲੇ ਵੀ ਮੇਰਾ ਜੀ ਘੱਟ ਰਿਹਾ ਸੀ ਕਿ ਰਾਤ ਨੂੰ ਹੁਣ ਫਿਰ ਘਰ ਦੇ ਦਰਵਾਜ਼ੇ ਦੂਰੀ ਦੂਰੀ ਵਾਰ ਬੰਦ ਕਰਕੇ ਸੋਇਆ ਕਰਾਂਗੇ, ਭੂਤਾਂ ਚੜੇਲਾਂ ਵਰਗੇ ਬੰਦੇ ਫਿਰ ਰਾਤ ਨੂੰ ਬਾਹਰ ਖੜਕਾ ਕੇ ਡਰਾਇਆ ਕਰਨਗੇ। ਵੀਰੇ ਬਾਰੇ ਬੇਜੀ ਨੂੰ ਫਿਰ ਚਿੰਤਾ ਲੱਗ ਜੂ, ਕਵਲ ਆਪਣੇ ਨਿੱਕੇ ਜਿਹੇ ਪੁੱਤਰ ਸਮੇਤ ਉਦਾਸ ਅਤੇ ਨਾਰਾਜ਼ ਘਰ 'ਚ ਤੁਰੀ ਫਿਰਿਆ ਕਰੋ। ਹਰਨੇਕ ਦੇ ਬੇਜੀ ਗੁੱਸੇ ਨਾਲ ਆਖਿਆ ਕਰਨਗੇ, ਇਹਨਾਂ ਨੇ ਤੋਰਤਾ ਮੇਰਾ ਮੁੰਡਾ, ਪਰ ਮੈਨੂੰ ਲੱਗਦਾ ਭਾਵੇਂ ਉਹ ਕਿਤੇ ਵੀ ਹੋਵੇ, ਹੋਵੇਗਾ ਤਾਂ ਸਹੀ। ਹਰਨੇਕ ਭਾਵੇਂ ਚਲਾ ਗਿਆ ਸੀ ਪਰ ਇੱਕ ਭੈ ਇੱਕ ਧਮਕੀ ਉਹ ਅਗਲਿਆਂ ਦੇ ਦਰਾਂ ਮੂਹਰੇ ਗੱਡ ਆਇਆ ਸੀ। ਉਹਨਾਂ ਦੀ ਸਾਰੀ ਮਾਇਆ, ਉਹਨਾਂ ਦੀਆਂ ਸਾਰੀਆਂ ਵੱਡੀਆਂ ਰਿਸ਼ਤੇਦਾਰੀਆਂ ਅਤੇ ਸਾਰੇ ਅਸਲੇ, ਕਿਸੇ ਦੀ ਵੀ ਮਾਰ ਅਮਰੀਕਾ ਤੱਕ ਨਹੀਂ ਸੀ ਅਤੇ ਅਮਰੀਕਾ ਵਿੱਚ ਬੈਠਾ ਹਰਨੇਕ ਜਦੋਂ ਜੀ ਕਰੇ ਜਹਾਜ਼ 'ਚ ਚੜ੍ਹ ਕੇ ਆ ਸਕਦਾ ਸੀ, ਜਦੋਂ ਜੀ ਕਰੇ ਨਹਾ ਜਹਾਜ਼ 'ਚ ਚੜ੍ਹ ਕੇ ਜਾ ਸਕਦਾ ਸੀ। ਵਰਿਆਂ ਦੇ ਵਰੇ ਪੈ ਗਏ ਸਨ, ਨਾ ਹਰਨੇਕ ਆਇਆ ਸੀ, ਨਾ ਉਹਨਾਂ ਦੇ ਦਰ ਮੂਹਰੇ ਗੱਡੀ ਧਮਕੀ ਅਤੇ ਨਾ ਭੈ ਨੂੰ ਕੋਈ ਪੁੱਟ ਕੇ ਦੂਰ ਸੁੱਟ ਆਇਆ ਸੁੱਟ ਸਕਿਆ ਸੀ। ਅਤੇ ਇੱਕ ਦਿਨ ਡਾਕੀਆ ਉਰਦੂ 'ਚ ਕੁਝ ਲਿਖਿਆ ਅਤੇ ਕੁਝ ਛਪਿਆ ਮੈਲਾ ਜਿਹਾ ਕਾਗਜ਼ ਲਿਆਇਆ ਜਿਹੜਾ
ਉਹਨੇ ਦਸਖਤ ਕਰਵਾ ਕੇ ਮੈਨੂੰ ਦਿੱਤਾ। ਅਣਗੌਲਿਆ ਕਿਤਾਬ 'ਚ ਰੱਖ ਲਿਆ। ਉਦੋਂ ਮੈਨੂੰ ਉਰਦੂ ਨਹੀਂ ਸੀ ਪੜ੍ਹਨਾ ਆਉਂਦਾ। ਅਥਣੇ ਰਘਬੀਰ ਭਰਾ ਜੀ ਨੂੰ ਵਿਖਾਇਆ, ਉਹ ਪੜ੍ਹ ਕੇ ਚੁੱਪ ਜੇ ਕਰ ਗਏ। ਕੀ ਗੱਲ ਹੈ, ਮੈਂ ਪੁੱਛਿਆ। ਨੋਟਿਸ ਹੈ ਕੋਰਟ ਦਾ। ਕਾਹਦਾ? 25 ਤਰੀਕ ਨੂੰ ਲੁਧਿਆਣੇ ਸੈਸ਼ਨ ਜੱਜ ਦੀ ਕਚਹਿਰੀ ਸੱਦਿਆ ਹੈ ਮੈਨੂੰ। ਹਾਂ, ਕਿਉਂ? ਉਹਨਾਂ ਡਿਵੋਰਸ ਲਈ ਅਰਜ਼ੀ ਦਿੱਤੀ ਹੈ, ਉਸੇ ਦੇ ਸੰਬੰਧ 'ਚ ਬੁਲਾਇਆ। ਕਾਗਜ਼ ਮੈਂ ਭਰਾ ਜੀ ਤੋਂ ਫੜ ਲਿਆ ਅਤੇ ਆਖਿਆ, ਬੇਜੀ ਹੋਰਾਂ ਕੋਲ ਗੱਲ ਨਾ ਕਰਿਓ। 8 ਦਿਨਾਂ ਨੂੰ 25 ਤਰੀਕ ਸੀ। 4 ਕੁ ਦਿਨਾਂ ਮਗਰੋਂ ਭਰਾ ਜੀ ਨੇ ਪੁੱਛਿਆ, ਕੀ ਕਰਨਾ? ਕੁਝ ਵੀ ਨਹੀਂ, ਮੈਂ ਆਖਿਆ। ਵਕੀਲ ਕਰੀਏ? ਉਹਨਾਂ ਫਿਰ ਪੁੱਛਿਆ। ਨਹੀਂ, ਮੈਂ ਆਖਿਆ। ਜਿਸ ਦਿਨ ਕੋਰਟ ਦੀ ਚਿੱਠੀ ਆਈ ਸੀ, ਮੈਂ ਉਸੇ ਦਿਨ ਆਪਣੀ ਸਹੇਲੀ ਜਸਪਾਲ ਨੂੰ ਚਿੱਠੀ ਲਿਖਤੀ ਸੀ। ਉਹ ਲੁਧਿਆਣੇ ਕਾਲਜ 'ਚ ਪੜ੍ਹਾਉਂਦੀ ਸੀ ਅਤੇ ਉਹਦਾ ਘਰ ਵਾਲਾ ਮਨਮੋਹਨ ਭੱਲਾ PCS ਉੱਥੇ ਲੱਗਾ ਹੋਇਆ ਸੀ। ਮੈਂ ਸਿਰਫ ਇੰਨਾ ਹੀ ਲਿਖਿਆ ਸੀ, 25 ਤਰੀਕ ਤਰੀਕ ਹੈ, 24 ਦੀ ਸ਼ਾਮ ਨੂੰ ਆਵਾਂਗੀ। ਚਾਹੁੰਦੀ ਹਾਂ ਬਿਆਨ ਮੈਨੂੰ ਤਮਾਸ਼ਬੀਨਾਂ ਦੀ ਭੇਡ 'ਚ ਨਾ ਦੇਣੇ ਪੈਣ। ਪਤਾ ਨਹੀਂ ਜਸਪਾਲ ਨੇ ਆਪਣੇ ਘਰ ਵਾਲੇ ਨੂੰ ਕੀ ਆਖਿਆ ਅਤੇ ਕਿਵੇਂ ਆਖਿਆ। 24 ਤਰੀਕ ਨੂੰ ਜਦੋਂ ਮੈਂ ਬੱਸ ਅੱਡੇ 'ਤੇ ਪਹੁੰਚੀ ਤਾਂ ਉਹ ਦੋਵੇਂ ਲੈਣ ਆਏ ਹੋਏ ਸਨ। ਅਗਲੇ ਦਿਨ 25 ਤਰੀਕ ਸੀ, 10 ਵਜੇ ਕਚਹਿਰੀ ਲੱਗਣੀ ਸੀ। 10:15 ਇੱਕ ਕਾਲਿਆਂ ਸ਼ੀਸ਼ਿਆਂ ਵਾਲੀ ਬੰਦ ਕਾਰ ਜਿਹਦੀ ਅਗਲੀ ਸੀਟ 'ਤੇ ਇੱਕ ਬੰਦਾ ਗਲ 'ਚ ਪਸਤੌਲ ਪਾਈ ਬੈਠਾ ਸੀ ਮੈਨੂੰ ਕੋਰਟ ਰੂਮ ਦੇ ਪਿਛਲੇ ਦਰਵਾਜ਼ੇ ਤੱਕ ਲੈ ਗਈ। ਗਲ 'ਚ ਪਸਤੌਲ ਵਾਲੇ ਬੰਦੇ ਨੇ ਉਤਰ ਕੇ ਤਾਕੀ ਖੋਲ੍ਹੀ। ਪਿਛਲੇ ਦਰਵਾਜ਼ਿਓਂ ਮੈਂ ਅੰਦਰ ਦਾਖਲ ਹੋਈ। ਕਮਰਾ ਸਾਰਾ ਖਾਲੀ ਸੀ, ਸਿਰਫ ਇੱਕ ਜੱਜ ਅਤੇ ਇੱਕ ਉਹਦਾ ਕਲਰਕ ਸੀ। ਸਾਹਮਣੇ ਦੋਵਾਂ ਦਰਵਾਜ਼ਿਆਂ 'ਤੇ ਬੰਦੂਕਾਂ ਲਈ ਸਿਪਾਹੀ ਖੜ੍ਹੇ ਸਨ। ਉਸੇ ਪਲ ਉਹ ਸ਼੍ਰੀਮਾਨ ਜੀ ਅੰਦਰ ਆਏ, ਮੇਰੇ ਵੱਲ ਝਾਕੇ 'ਤੇ ਆਖਣ ਲੱਗੇ, 1 ਮਿੰਟ ਬਾਪੂ ਜੀ ਤੁਹਾਨੂੰ ਬਾਹਰ ਸੱਦੇ ਨੇ। ਉਸੇ ਵੇਲੇ ਜੱਜ ਨੇ ਨੇੜੇ ਆ ਜਾਣ ਲਈ ਕਿਹਾ। ਕੀ ਆਖੇਂਗੀ? ਹੌਲੀ ਦੇ ਕੇ ਉਸ ਸ਼੍ਰੀਮਾਨ ਨੇ ਮੈਨੂੰ ਪੁੱਛਿਆ। ਜੋ ਕਹੋ, ਮੈਂ ਕਿਹਾ। ਕਹਿ ਦੇਈ ਸ਼ਰਾਬ ਬਹੁਤ ਪੀਂਦਾ ਹੈ। ਚੰਗਾ, ਮੈਂ ਆਖਿਆ। ਕਮਰੇ 'ਚ ਸਿਰਫ ਅਸੀਂ ਦੋਵੇਂ ਹੀ ਸਾਂ, ਜਾਂ ਇੱਕ ਜੱਜ ਅਤੇ ਉਹਦਾ ਇੱਕ ਕਲਰਕ। ਕਦੋਂ ਤੋਂ ਅਲੱਗ ਰਹਿੰਦੇ ਹੋ? ਜੱਜ ਨੇ ਮੈਨੂੰ ਪੁੱਛਿਆ। ਜਦੋਂ ਦੀ ਸ਼ਾਦੀ ਹੋਈ ਹੈ, ਮੈਂ ਦੱਸਿਆ। ਕੀ ਇਹ ਠੀਕ ਹੈ? ਜੱਜ ਨੇ ਉਹਨੂੰ ਪੁੱਛਿਆ। ਹਾਂ, ਠੀਕ ਹੈ, ਉਹਨੇ ਵੀ ਕਹਿਤਾ। ਕਾਰਨ ਕੀ ਹੈ? ਜੱਜ ਨੇ ਫਿਰ ਮੈਨੂੰ ਪੁੱਛਿਆ। ਸ਼ਰਾਬ ਬਹੁਤ ਪੀਂਦੇ ਨੇ, ਮੈਂ ਦੱਸਿਆ। ਹੋਇਆ ਫਿਕਰਾ ਹੀ ਦੁਹਰਾ ਤਾ। ਕੀ ਇਹ ਠੀਕ ਆਖਦੇ ਨੇ? ਜੱਜ ਨੇ ਉਹਨੂੰ ਪੁੱਛਿਆ। ਜੀ ਹਾਂ, ਉਹਨੇ ਆਖਿਆ। ਹੁਣ ਤੁਸੀਂ ਅਲੈਦਾ ਹੋਣ ਦਾ ਫੈਸਲਾ ਕਰ ਲਿਆ? ਹਾਂ, ਮੈਂ ਕਿਹਾ। ਠੀਕ ਹੈ, ਉਹਨੂੰ ਜੱਜ ਨੇ ਪੁੱਛਿਆ। ਠੀਕ ਹੈ, ਉਹਨੇ ਜਵਾਬ ਦਿੱਤਾ। ਤੁਸੀਂ ਜਾ ਸਕਦੇ ਹੋ, ਜੱਜ ਨੇ ਮੈਨੂੰ ਆਖਿਆ। ਮੈਂ ਜਾਣ ਲੱਗੀ ਤਾਂ ਸ਼੍ਰੀਮਾਨ ਵੀ ਤੁਰ ਪਿਆ। ਤੁਸੀਂ ਅਜੇ ਰੁਕੋ, ਆਖ ਕੇ ਜੱਜ ਨੇ ਉਹਨੂੰ ਰੋਕ ਲਿਆ। ਪਿਛਲੇ ਦਰਵਾਜ਼ੇ 'ਚੋਂ ਜਦੋਂ ਮੈਂ ਬਾਹਰ ਆਈ, ਉਹੀ ਗਲ 'ਚ ਪਸਤੌਲ ਵਾਲਾ ਬੰਦਾ ਪਿਛਲੀ ਤਾਕੀ ਖੋਲ੍ਹੀ ਖੜ੍ਹਾ ਸੀ। ਮੈਂ ਅੰਦਰ ਬੈਠ ਗਈ। ਉਹਨੇ ਝੱਟ ਤਾਕੀ ਬੰਦ ਕਰਤੀ ਅਤੇ ਅਗਲੀ ਤਾਕੀ ਖੋਲ੍ਹ ਕੇ ਆਪ ਬੈਠ ਗਿਆ। ਇੱਕ ਕਾਲਾ ਮੋੜ ਕੱਟ ਕੇ ਕਾਰ ਕਚਹਿਰੀ ਦਾ ਗੇਟ ਲੰਘ ਆਈ। ਕਾਰ ਦੇ ਕਾਲੇ ਸ਼ੀਸ਼ਿਆਂ 'ਚੋਂ ਮੈਂ ਦੇਖਿਆ, ਬਾਹਰ ਦਰਖਤ ਦੇ ਹੇਠਾਂ ਕੁਝ ਬੰਦੂਕਾਂ ਵਾਲੇ ਬੰਦੇ ਖੜ੍ਹੇ ਸਨ ਅਤੇ ਉਹਨਾਂ 'ਚ ਉਸ ਭਲੇ ਮਾਨਸ ਦੇ ਬਾਪੂ ਜੀ ਵੀ ਸਨ। ਕਾਰ ਮੈਨੂੰ ਜਸਪਾਲ ਦੇ ਘਰ ਛੱਡ ਗਈ। ਜਸਪਾਲ ਬਾਹਰਲਾ ਗੇਟ ਬੰਦ ਕਰਕੇ ਆ ਕੇ ਮੇਰੇ ਲਈ ਚਾਹ ਦਾ ਕੱਪ ਬਣਾ ਕੇ ਲਿਆਈ। ਦੱਸ ਰਹੀ ਸੀ, ਪਟਿਆਲੇ ਤੋਂ ਭਰਾ ਜੀ ਦੀ 2 ਵਾਰੀ ਟਰੰਕ ਕਾਲ ਆ ਚੁੱਕੀ ਹੈ, ਵੀ ਬੀਬੀ ਠੀਕ ਠਾਕ ਹੈ? ਚਾਹ ਪੀਂਦੀ ਨੇ ਚੁੱਪ ਚਾਪ ਮੇਰੀਆਂ ਅੱਖਾਂ 'ਚੋਂ ਹੰਝੂ ਡਿੱਗੀ ਜਾ ਰਹੇ ਸਨ। ਇਹੀ 1967-68 ਦੀ ਗੱਲ ਹੈ ਅਤੇ ਇਸੇ ਵਾਰੀ ਮੈਂ ਆਪਣਾ ਪਹਿਲਾ ਨੋਵਲ ਅਗਨੀ ਪ੍ਰੀਖਿਆ ਲਿਖਿਆ। ਇਹ ਨੋਵਲ ਉਹਨਾਂ ਪਲਾਂ ਦਾ ਜ਼ਿਕਰ ਕਰਦਾ ਹੈ ਜਦੋਂ ਜ਼ਿੰਦਗੀ ਦੇਣ ਅਤੇ ਜ਼ਿੰਦਗੀ ਲੈਣ ਵਾਲੀ ਅਗਨੀ ਕਿਸੇ ਨੂੰ ਆਪਣੀ ਲਪੇਟ 'ਚ ਲੈ ਲੈਂਦੀ ਹੈ। ਜਿਹੜੀ ਸੀਤਾ ਅਗਨੀ ਪ੍ਰੀਖਿਆ 'ਚੋਂ ਸਾਬਤ ਸਬੂਤ ਲੰਘ ਆਈ ਸੀ, ਭਾਵ ਅਗਨੀ ਪ੍ਰੀਖਿਆ ਨੇ ਜਿਸ ਸੀਤਾ ਨੂੰ ਸਿਰਜਿਆ ਸੀ, ਦੁਨੀਆ ਫਿਰ ਉਹਨੂੰ ਆਪਣੀ ਮੇਚ ਦੀ ਨਾ ਲੱਗੀ, ਨਹੀਂ ਤਾਂ ਉਹਨੂੰ ਧਰਤੀ 'ਚ ਸਮਾ ਜਾਣ ਦੀ ਕੀ ਲੋੜ ਸੀ। ਇਸੇ ਲਈ ਹਰ ਪ੍ਰੀਖਿਆ ਜਿਹੜੀ ਤੁਹਾਨੂੰ ਸਿਰਜਦੀ ਹੈ, ਨਾਲ ਦੀ ਨਾਲ ਫਨਾਹ ਵੀ ਕਰਦੀ ਹੈ। ਇਸ ਨਾਵਲ 'ਚ ਸਿਰਜੇ ਜਾਣ ਅਤੇ ਫਨਾਹ ਹੋਣ ਦੇ ਕਰਮ ਨੂੰ ਮੈਂ ਉਲਟਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਫਨਾਹ ਹੋਣ ਤੋਂ ਮਗਰੋਂ ਜਦੋਂ ਕੋਈ ਆਪਣੇ ਆਪ ਨੂੰ ਸਿਰਜਦਾ ਹੈ ਤਾਂ ਲੋਕਾਂ ਕੋਲੋਂ ਹੀ ਨਹੀਂ, ਆਪਣੇ ਆਪ ਦੇ ਕੋਲੋਂ ਵੀ ਬਹੁਤ ਦੂਰ ਨਿਕਲ ਆਉਂਦਾ ਹੈ। ਇਸੇ ਲਈ ਇਸ ਨਾਵਲ ਦੀ ਨਾਇਕਾ ਪੁੱਛਦੀ ਹੈ, ਮੈਂ ਕੌਣ ਹਾਂ, ਇਹ ਲੋਕ ਕੌਣ ਨੇ? ਅਤੇ ਉਸਦਾ ਇਹ ਸਵਾਲ ਹਰ ਚੇਤਨ ਮਨੁੱਖ ਦੇ ਉਸ ਅਜ਼ਲੀ ਸਵਾਲ ਨਾਲ ਜਾ ਜੁੜਦਾ ਹੈ ਕਿ ਉਹ ਕੌਣ ਹੈ। ਅਸਲ 'ਚ ਮੈਨੂੰ ਆਪਣੀ ਸਵੈ ਜੀਵਨੀ ਇੱਥੋਂ ਸ਼ੁਰੂ ਕਰਨੀ ਚਾਹੀਦੀ ਸੀ, ਕਿਉਂਕਿ ਹੁਣ ਹੀ ਤਾਂ ਮੈਂ ਸਾਂ। ਆਖਰੀ ਅਧਿਆਏ। ਬੜੇ ਵਰੇ ਲੰਘ ਗਏ ਨੇ, ਪਿਛਲਾ ਸਾਰਾ ਕੁਝ ਇੱਕ ਸੁਪਨੇ ਵਾਂਗ ਜਾਪਦਾ ਹੈ, ਜਿਵੇਂ ਉਹ ਕੋਈ ਹੋਰ ਹੀ ਸਮਾਂ ਸੀ,
ਹੋਰ ਹੀ ਧਰਤੀ ਸੀ, ਹੋਰ ਹੀ ਜਨਮ ਸੀ, ਤੇ ਫਿਰ ਵੀ ਉਸ ਪਿੰਡ ਦੀ, ਉਸ ਘਰ ਦੀ ਯਾਦ ਆ ਜਾਂਦੀ ਹੈ। ਪਿਛਲੇ ਵਰ੍ਹਿਆਂ 'ਚ ਇੱਕ ਦਿਨ ਟੀਵੀ ਵਾਲਿਆਂ ਨੇ ਆਖਿਆ, ਤੁਹਾਡੇ 'ਤੇ ਡਾਕੂਮੈਂਟਰੀ ਬਣਾਉਣੀ ਹੈ, ਤੁਹਾਡੇ ਪਿੰਡ ਤੋਂ ਸ਼ੁਰੂ ਕਰਾਂਗੇ। ਮੈਂ ਦੱਸਿਆ, ਹੁਣ ਉੱਥੇ ਸਾਡਾ ਕੋਈ ਨਹੀਂ ਰਹਿੰਦਾ, ਘਰ ਦੀ ਵੀ ਦਸ਼ਾ ਲੋਕ ਦੱਸਦੇ ਨੇ ਬਹੁਤ ਵਿਗੜ ਚੁੱਕੀ ਹੈ। ਉਹਨਾਂ ਨੇ ਫਿਰ ਵੀ ਪਿੰਡ ਜਾਣ ਦੀ ਜ਼ਿੱਦ ਕੀਤੀ। ਉਹਨਾਂ ਦੇ ਨਾਲ ਮੈਂ ਵੀ ਪਿੰਡ ਗਈ। ਘਰ ਅੱਗੇ ਪਹੁੰਚੇ, ਵੱਡਾ ਸਾਰਾ ਗੇਟ ਖੁੱਲ੍ਹਾ ਸੀ। ਸਾਨੂੰ ਆਏ ਦੇਖ ਕੁਝ ਆਂਢਣਾ ਗੁਆਂਢਣਾਂ ਵੀ ਆ ਗਈਆਂ। ਮੈਂ ਹੈਰਾਨ ਹੋ ਉਹ ਦੇਖ ਰਹੀ ਸੀ, ਉਹ ਘਰ ਕਿੱਥੇ ਗਿਆ ਜਿਹਦੇ 7 ਚੁਬਾਰੇ ਸਨ, ਜਿਹਦੀਆਂ ਖਿੜਕੀਆਂ ਦਰਵਾਜ਼ਿਆਂ ਉੱਤੇ ਰੰਗ ਬਿਰੰਗੇ ਟੁਕੜੀਆਂ ਵਾਲੇ ਸ਼ੀਸ਼ੇ ਲੱਗੇ ਹੁੰਦੇ ਸਨ, ਛੱਤ ਨਾਲੋਂ ਸ਼ੈਂਡਲੀਅਰ ਲਟਕਦੇ ਹੁੰਦੇ ਸਨ, ਮੂਹਰਲੇ ਸਾਬਤ ਖੜ੍ਹੇ 2-3 ਕਮਰਿਆਂ ਅਤੇ 2 ਕੁ ਰਹਿ ਗਏ ਚੁਬਾਰਿਆਂ ਵਾਲੇ ਉਸ ਘਰ 'ਚ ਇੱਕ ਪੂਰਬਣ ਆਪਣੇ ਬੱਚਿਆਂ ਸਮੇਤ ਰਹਿ ਰਹੀ ਸੀ। ਉਹਨੂੰ ਸਾਡੇ ਕਿਸੇ ਗੁਆਂਢੀ ਨੇ ਆਪਣੇ ਮੁਫਤ ਕੰਮ ਕਰਵਾਉਣ ਲਈ ਉੱਥੇ ਰੱਖਿਆ ਹੋਇਆ ਸੀ। ਸਾਨੂੰ ਗਿਆ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨੀ ਨਾਲ ਦੇਖਦੀ ਰਹੀ ਅਤੇ ਫਿਰ ਆਖਣ ਲੱਗੀ, ਤੁਸੀਂ ਸਾਡੇ ਘਰ ਆਇਓ, ਚਾਹ ਪਾਣੀ ਦਾ ਦੱਸੋ। ਉਸ ਵੇਲੇ ਮੈਨੂੰ ਸਮਝ ਨਾ ਲੱਗੇ ਕਿ ਮੈਂ ਹੱਸਾਂ ਕਿ ਰੋਵਾਂ। ਉਸ ਵੇਲੇ ਸਾਡੀ ਗੁਆਂਢ ਨੇ ਉਹਨੂੰ ਦੱਸਿਆ, ਇਹ ਤੇਰਾ ਘਰ ਅਸਲ 'ਚ ਇਹਨਾਂ ਦਾ ਹੀ ਹੈ। ਪੌੜੀਆਂ ਚੜ੍ਹ ਕੇ ਉੱਪਰ ਜਾ ਕੇ ਮੈਂ ਸਾਰੇ ਘਰ 'ਤੇ ਨਜ਼ਰ ਦੌੜਾਈ। ਦੂਰ ਦੂਰ ਤੱਕ ਫੈਲੇ ਘਰ ਦੀਆਂ ਹੁਣ ਕਈ ਕੰਧਾਂ ਡਿੱਗ ਚੁੱਕੀਆਂ ਸਨ, ਕਈ ਕੰਧਾਂ ਖੜੀਆਂ ਸਨ। ਕਿਸੇ ਨੇ ਦੱਸਿਆ, ਜਦੋਂ ਕੋਈ ਹਿੱਸਾ ਗਿਰਦਾ ਹੈ ਤਾਂ ਲੋਕ ਦਰਵਾਜ਼ੇ, ਖਿੜਕੀਆਂ ਅਤੇ ਛੱਤ ਤੋਂ ਡਿੱਗੇ ਗਾਰਡਰ ਇੱਟਾਂ ਹੌਲੀ ਹੌਲੀ ਕਰਕੇ ਚੁੱਕੇ ਲੈ ਜਾਂਦੇ ਨੇ। ਕਹਿੰਦੇ ਨੇ ਇੱਕ ਕੰਧ ਜਦੋਂ ਡਿੱਗੀ ਸੀ ਤਾਂ ਵਿੱਚੋਂ ਗਹਿਣਿਆਂ ਦੀ ਝੱਕਰੀ ਲੱਭੀ ਸੀ। ਉਹਨੇ ਲੋਕਾਂ ਨੂੰ ਆਖ ਦਿੱਤਾ ਸੀ ਕਿ ਝੱਕਰੀ ਤਾਂ ਖਾਲੀ ਸੀ, ਰੱਬ ਹੀ ਜਾਣਦਾ ਉਹ ਝੱਕਰੀ ਗਹਿਣਿਆਂ ਨਾਲ ਭਰੀ ਹੋਈ ਸੀ ਜਾਂ ਖਾਲੀ। ਉਸ ਘੜੀ ਮੈਨੂੰ ਬੇਜੀ ਦੀ ਦੱਸੀ ਗੱਲ ਯਾਦ ਆਈ ਕਿ ਜਦੋਂ ਇਹ ਘਰ ਬਣ ਰਿਹਾ ਸੀ ਤਾਂ ਨਾਲ ਛੀਂਬਿਆਂ ਦਾ ਘਰ ਸੀ। ਤੇਰੇ ਬਾਬਾ ਜੀ ਨੇ ਕੰਧਾਂ ਸਿੱਧੀਆਂ ਕਰਨ ਲਈ ਅਤੇ ਘਰ ਮੋਕਲਾ ਕਰਨ ਲਈ ਛੀਂਬਿਆਂ ਦੇ ਮੁੰਡਿਆਂ ਨੂੰ ਆਖਿਆ ਕਿ ਮੈਂ ਤੁਹਾਨੂੰ ਬਾਹਰ ਇੱਦੋਂ ਖੁੱਲ੍ਹਾ ਅਤੇ ਚੰਗਾ ਘਰ ਲੈ ਦਿੰਦਾ, ਇਹ ਤੁਸੀਂ ਮੈਨੂੰ ਦੇ ਦਿਓ। ਮੁੰਡੇ ਮੰਨ ਗਏ, ਪਰ ਛੀਂਬਿਆਂ ਦੀ ਬੁੱਢੀ ਪਤਾ ਲੱਗਣ 'ਤੇ ਰੋਣ ਲੱਗ ਪਈ ਕਿ ਮੈਂ ਇਹ ਘਰ ਨਹੀਂ ਛੱਡਣਾ। ਇਸੇ ਘਰ 'ਚੋਂ ਵਿਆਹੀ ਆਈ ਸੀ, ਇਸੇ ਘਰ 'ਚੋਂ ਉਹਦੇ ਬੱਚੇ ਹੋਏ ਸਨ, ਇਸੇ ਘਰ 'ਚੋਂ ਉਹਦਾ ਆਦਮੀ ਮਰਿਆ ਸੀ, ਪਰ ਮੁੰਡਿਆਂ ਨੇ ਸੌਦਾ ਕਰ ਲਿਆ ਸੀ। ਜਦੋਂ ਮੱਲੋ ਮੱਲੀ ਬੁੱਢੀ ਨੂੰ ਉਸ ਘਰ ਵਿੱਚੋਂ ਲੈ ਕੇ ਜਾਣ ਲੱਗੇ ਤਾਂ ਉਹ ਆਖਦੇ ਨੇ, ਬੁੱਢੀ ਨੇ ਪੱਲਾ ਅੱਡ ਕੇ ਆਖਿਆ, ਸਰਦਾਰ ਹਜ਼ੂਰ ਸਿੰਘਾ, ਬੰਦਿਆ, ਜਿਵੇਂ ਤੂੰ ਮੈਨੂੰ ਮੇਰੇ ਘਰ 'ਚੋਂ ਉਜਾੜਿਆ, ਤੇਰੀ ਆਸ ਔਲਾਦ ਵੀ ਇਉਂ ਹੀ ਉਜੜੇ। ਜਿੰਨਾ ਚਿਰ ਬੀਜੀ ਜਿਉਂਦੇ ਰਹੇ ਅਤੇ ਠੀਕ ਰਹੇ, ਉਹ ਸਾਲ ਮਗਰੋਂ ਪਿੰਡ ਜਾਂਦੇ, ਠੇਕੇ ਵਿੱਚੋਂ ਕਾਫੀ ਪੈਸੇ ਘਰ ਦੀ ਮੁਰੰਮਤ ਅਤੇ ਸਾਫ਼ ਸਫਾਈ 'ਤੇ ਲਾਉਂਦੇ। ਬੇਜੀ ਤੋਂ ਮਗਰੋਂ ਜ਼ਮੀਨ ਦਾ ਠੇਕਾ ਵੀ ਅਗਲੇ ਪਟਿਆਲੇ ਹੀ ਦੇ ਜਾਂਦੇ ਨੇ। ਸਾਡੀਆਂ ਜ਼ਮੀਨਾਂ ਦੀ ਵੀ ਅਜੀਬ ਕਹਾਣੀ ਹੈ। ਅਸੀਂ ਭਾਵੇਂ 5 ਭੈਣਾਂ ਸਾਂ, ਭਰਾ ਜੇ ਹੋਇਆ ਨਹੀਂ ਸੀ ਤਾਂ ਬਾਬਾ ਜੀ ਦੇ ਮਰਨ ਪਿੱਛੋਂ ਮੁਸੀਬਤ ਆਈ। ਬਾਪੂ ਜੀ ਇਕੱਲੇ ਹੀ ਸਨ, ਹੋਰ ਭਾਈ ਕੋਈ ਹੈ ਨਹੀਂ ਸੀ। ਸ਼ਰੀਕਾਂ ਨੂੰ ਲੱਗਦਾ ਸੀ ਇਹ ਨਾ ਹੋਵੇ, ਸਭ ਕੁਝ ਸਾਡਾ ਹੀ ਹੈ। ਸਾਡੇ ਘਰ ਦੇ ਬਿਲਕੁਲ ਸਾਹਮਣੇ ਗੋਦਾਵਰ ਦਾ ਘਰ ਸੀ, ਸਭ ਤੋਂ ਨੇੜੇ ਦੇ ਸ਼ਰੀਕ ਸਾਡੇ ਉਹੀ ਸਨ। ਗੋਦਾਵਰ ਦੇ 5 ਜਵਾਨ ਮੁੰਡੇ ਸਨ। ਗੋਦਾਵਰ ਦੀ ਘਰਵਾਲੀ ਇੰਦੋ ਆਪਣੇ ਮੁੰਡਿਆਂ ਨੂੰ ਆਖਦੀ, ਵੀ ਮਾਰ ਦਿਓ ਕਾਕਾ ਸੀ ਉਹਨੂੰ, ਜੇ ਇੱਕ ਜਣਾ ਵੀ ਫਾਹੇ ਲੱਗ ਜੂ ਤਾਂ ਬਾਕੀ ਦੇ ਤਾਂ ਐਸ਼ ਕਰਾਂਗੇ, ਹੁਣ ਇਕੱਲਾ ਹੀ ਸਾਂਭੀ ਬੈਠਾ ਇੰਨੀਆਂ ਜ਼ਮੀਨਾਂ ਜਾਇਦਾਦਾਂ। ਇੱਕ ਦਿਨ ਸਾਡੇ ਨੌਕਰ ਸਾਈ ਨੇ ਦੱਸਿਆ, ਮੈਂ ਜਦੋਂ ਚੌਂਕੜੀਆਂ ਸੰਭਰ ਰਿਹਾ ਸੀ ਤਾਂ ਇੰਦੋ ਆਖਦੀ ਸੀ, ਸੰਭਰ ਲੈ ਸਾਈ, ਸੰਭਰ ਲੈ, ਮਗਰੋਂ ਤਾਂ ਸਾਰਾ ਕੁਝ ਅਸੀਂ ਉਹ ਸਾਂਭਣਾ ਹੈ। ਜਿਹੀਆਂ ਗੱਲਾਂ ਸਾਡੇ ਘਰ 'ਚ ਬਹੁਤ ਸਹਿਮ ਪੈਦਾ ਕਰ ਦਿੰਦੀਆਂ ਸਨ। ਉੱਪਰੋਂ ਤਾਂ ਬਾਪੂ ਜੀ ਇਹੀ ਸ਼ੋਅ ਕਰਦੇ ਸਨ ਕਿ ਉਹਨਾਂ ਦੀ ਕੀ ਮਜਾਲ ਹੈ, ਪਰ ਵਿੱਚੋਂ ਸ਼ਾਇਦ ਉਹਨਾਂ ਨੂੰ ਵੀ ਖਤਰਾ ਲੱਗਦਾ ਸੀ, ਜਿਸ ਕਰਕੇ ਉਹਨਾਂ ਨੇ ਬੰਦੂਕ ਅਤੇ ਪਿਸਤੌਲ ਖਰੀਦ ਲਏ ਸਨ ਅਤੇ ਵੇਲੇ ਪੈੱਗ ਵੀ ਲਾਉਣ ਲੱਗ ਪਏ ਸਨ। ਇੱਕ ਦਿਨ ਸੱਚੀ ਹੱਥ ਨੇ ਜੇ ਬਾਪੂ ਜੀ ਜਦੋਂ ਨਿਆਈ 'ਚ ਵਰਜਿਸ਼ ਕਰਨ ਲੱਗੇ ਮਗਰੋਂ ਘਰ ਮੁੜੇ ਆ ਰਹੇ ਸਨ ਤਾਂ ਇੰਦੋ ਦੇ ਮੁੰਡਿਆਂ ਨੇ ਉਹਨਾਂ 'ਤੇ ਹਮਲਾ ਕਰਤਾ ਸੋਟੀਆਂ ਅਤੇ ਟਾਕੂਆਂ ਨਾਲ। ਪਰ ਬਾਪੂ ਜੀ ਬਹੁਤ ਤਕੜੇ ਸਨ, ਉਹਨਾਂ 'ਚੋਂ ਇੱਕ ਤੋਂ ਮੋਟਾ ਡੰਡਾ ਖੋਹ ਕੇ 2-3 ਨੂੰ ਅਜਿਹਾ ਕੁੱਟਿਆ ਕਿ ਸਾਰੇ ਭੱਜ ਗਏ। ਸੱਟਾਂ ਉਹਨਾਂ ਦੇ ਵੀ ਲੱਗ ਗਈਆਂ ਸਨ। ਪਟਿਆਲੇ ਤੋਂ ਫੁੱਫੜ ਜੀ ਪਹੁੰਚ ਗਏ ਉਸ ਵੇਲੇ ਕੋਤਵਾਲ ਸਨ। ਉਹ ਆਖਣ ਲੱਗੇ, ਇਰਾਦਾ ਏ ਕਤਲ 'ਚ ਸਾਲਿਆਂ ਨੂੰ ਅੰਦਰ ਕਰਵਾ ਦਿੰਦੇ ਹਾਂ। ਪਰ ਬਾਪੂ ਜੀ ਨਹੀਂ ਮੰਨੇ, ਉਹਨਾਂ ਨੂੰ ਲੱਗਦਾ ਸੀ ਉਹ ਆਖਣਗੇ ਕਿ ਮੈਂ ਡਰਦਾ ਮਾਰਿਆ ਪੁਲਸੀਏ ਭਨੂਈਏ ਨੂੰ ਚੜ੍ਹਾ ਲਿਆ ਆ। ਉਸ ਦਿਨ ਬਾਪੂ ਜੀ ਨੇ ਆਥਣੇ ਸ਼ਰਾਬ ਪੀ ਕੇ 2 ਬੰਦਿਆਂ ਨੂੰ ਨਾਲ ਲੈ ਕੇ 2 ਚੁਬਾਰੇ ਢਾਏ। ਜਦੋਂ ਚੁਬਾਰੇ ਢਾ ਰਹੇ ਸਨ ਤਾਂ ਪਿੰਡ ਦੇ ਲੋਕ ਢੱਕੋ ਢੱਕੀ ਖੜ੍ਹੇ ਦੇਖ ਰਹੇ ਸਨ ਅਤੇ ਆਖ ਰਹੇ ਸਨ, ਸਰਦਾਰ ਕਮਲਾ ਹੋ ਗਿਆ। ਉਸ ਦਿਨ ਮੇਰੀ ਦਾਦੀ ਨੂੰ ਗਸ਼ਾਂ ਪੈਂਦੀਆਂ ਰਹੀਆਂ ਅਤੇ ਘਰ 'ਚ ਸੋਗ ਵਰਤ ਗਿਆ ਸੀ। ਸ਼ਾਇਦ ਵਿੱਚੋਂ ਬਾਪੂ ਜੀ ਨੂੰ ਡਰ ਹੋ ਗਿਆ ਸੀ, ਇਸੇ ਲਈ ਹਰ ਰੋਜ਼ ਆਥਣੇ ਪਿਸਟਲ ਅਤੇ ਬੰਦੂਕ ਭਰ ਕੇ ਆਪਣੇ ਕੋਲ ਰੱਖ ਲੈਂਦੇ।
ਸ਼ਰਾਬ ਪੀਣ ਦੇ ਮਾਰੇ ਕੁਝ ਲੋਕ ਉਹਨਾਂ ਦੇ ਆਲੇ ਦੁਆਲੇ ਜੁੜਨ ਲੱਗੇ ਤੇ ਉਹਨਾਂ ਨੂੰ ਦੱਸਣ ਲੱਗੇ ਕਿ ਤੁਹਾਡੇ ਬਜ਼ੁਰਗਾਂ ਨੇ ਜਿਹੜੀਆਂ ਜ਼ਮੀਨਾਂ ਗਹਿਣੇ ਲਈਆਂ ਹੋਈਆਂ ਨੇ ਉਹੀ ਤੁਹਾਡੀ ਜਾਨ ਦਾ ਖੌਅ ਬਣ ਰਹੀਆਂ ਨੇ। ਬਾਪੂ ਜੀ ਨੇ ਬੇਜੀ ਨੂੰ ਆਖਿਆ, ਗਰੀਬਾਂ ਦੀਆਂ ਦੁਰਅਸੀਸਾਂ ਕਾਰਨ ਹੀ ਸਾਡੇ ਘਰ ਪੁੱਤਰ ਨਹੀਂ ਪੈਦਾ ਹੋਇਆ ਅਤੇ ਉਹਨਾਂ ਨੇ ਲੋਕਾਂ ਨੂੰ ਆਖ ਦਿੱਤਾ ਕਿ ਲੋਕ ਆਪਣੀਆਂ ਜ਼ਮੀਨਾਂ ਛੁਡਵਾ ਲੈਣ, ਜਿਹੜੇ ਨਹੀਂ ਵੀ ਪੈਸੇ ਦੇ ਸਕਦੇ ਉਹ ਥੋੜ੍ਹੀ ਥੋੜ੍ਹੀ ਜ਼ਮੀਨ ਬੈ ਕਰਕੇ ਬਾਕੀ ਦੀ ਛੁਡਵਾ ਲੈਣ। ਲੋਕਾਂ ਨੇ ਸੁੱਖ ਦਾ ਸਾਹ ਲਿਆ। ਲਸਾੜੇ ਪਿੰਡ ਦੀ 200 ਵਿਘੇ ਜ਼ਮੀਨ ਦੇ ਪੈਸਿਆਂ ਵਿੱਚ ਉਹਨਾਂ ਨੇ 20 ਵਿਘੇ ਬੈ ਕਰਤੀ। ਇਸੇ ਤਰ੍ਹਾਂ ਉਕਸੀ ਪਿੰਡ ਦੀ 50 ਵਿਘੇ ਜ਼ਮੀਨ ਜਿਨ੍ਹਾਂ ਨੇ ਗਹਿਣੇ ਕੀਤੀ ਸੀ ਉਹੀ ਵਾਹੁੰਦੇ ਸਨ। ਇਹ ਸਾਰੀ ਜ਼ਮੀਨ 5,000 ਰੁਪਏ 'ਚ ਗਹਿਣੇ ਸੀ। ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਸੋਨਾ 25 ਰੁਪਏ ਤੋਲਾ ਹੁੰਦਾ ਸੀ। 5,000 ਵੀ ਅਗਲੇ ਲੁਧਿਆਣੇ ਕੋਰਟ 'ਚ ਰੱਖ ਗਏ ਸਨ ਜਿਹਨੂੰ ਕਦੇ ਕੋਈ ਚੁੱਕਣ ਨਾ ਗਿਆ। ਖੰਨੇ ਕੋਲ ਡਡਹੇੜੀ ਪਿੰਡ 'ਚ ਜਿਹੜੀ 50 ਵਿਘੇ ਜ਼ਮੀਨ ਸੀ ਉਸ 'ਚ ਸਾਰਾ ਪਿੰਡ ਮਾਲ ਡੰਗਰ ਚਾਰਨ ਲੱਗਿਆ। ਪਿੰਡ ਵਾਲਿਆਂ ਨੇ ਸਲਾਹ ਕਰ ਲਈ, ਸਰਦਾਰ ਨੂੰ ਕੀ ਫਰਕ ਪੈਂਦਾ, ਆਪਾਂ ਠੇਕੇ ਵਟਾਈ 'ਤੇ ਲਓ ਹੀ ਨਾ। ਇਹੀ ਜ਼ਮੀਨ ਮਾਮਾ ਜੀ ਸਿਰਫ 17,000 ਰੁਪਏ 'ਚ ਵੇਚ ਕੇ ਆਏ। ਮਾਮਾ ਜੀ ਵੀ ਤਾਂ ਇਕੱਲੇ ਕਰ ਰਹੇ ਸਨ, ਉਹ ਸਾਡੀਆਂ ਜ਼ਮੀਨਾਂ ਖਾਤਰ ਕਿਹਦੇ ਕਿਹਦੇ ਨਾਲ ਲੜਦੇ। ਇਹੀ ਹਾਲ ਰੱਬੋਂ ਪਿੰਡ ਦੀਆਂ ਜ਼ਮੀਨਾਂ ਨਾਲ ਵਾਪਰਿਆ। ਇਸੇ ਦੌਰਾਨ ਇੱਕ ਵਾਰੀ ਫਿਰ ਇੰਦੋ ਦੇ ਮੁੰਡਿਆਂ ਨੇ ਬਾਪੂ ਜੀ 'ਤੇ ਹਮਲਾ ਕੀਤਾ, ਪਰ ਉਦੋਂ ਵੀਰੇ ਦਾ ਜਨਮ ਹੋ ਚੁੱਕਿਆ ਸੀ। ਉਹਨੂੰ ਲੈ ਕੇ ਬੇਜੀ ਪਟਿਆਲੇ ਰਹਿੰਦੇ ਸਨ, ਡਰਦੇ ਪਿੰਡ ਵੀ ਨਹੀਂ ਸਨ ਲੈ ਕੇ ਜਾਂਦੇ। ਬਾਪੂ ਜੀ ਦੀ ਸ਼ਰਾਬ ਬਹੁਤ ਵੱਧ ਗਈ ਸੀ, ਖਾਣ ਪੀਣ ਵਾਲੇ ਲੋਕ ਵਧੇਰੇ ਚਿਪਕੇ ਰਹਿੰਦੇ। ਮਗਰੋਂ ਸਾਡੀ ਦਾਦੀ ਵੀ ਗੁਜ਼ਰ ਗਈ, ਅਸੀਂ ਸਾਰੇ ਪਟਿਆਲੇ ਆ ਗਏ। ਬਾਪੂ ਜੀ ਕਦੇ ਕਦੇ ਪਿੰਡ ਜਾਂਦੇ, ਹੁਣ ਉਹਨਾਂ ਨੂੰ ਬਹੁਤਾ ਖਤਰਾ ਨਹੀਂ ਸੀ ਲੱਗਦਾ। ਉਹ ਆਖਦੇ ਸਨ, ਹੁਣ ਮੇਰਾ ਵਾਰਸ ਆ ਗਿਆ। ਦੂਜਾ ਖਾਣ ਪੀਣ ਵਾਲੇ 5-7 ਬੰਦੇ ਹਮੇਸ਼ਾ ਉਹਨਾਂ ਦੇ ਆਲੇ ਦੁਆਲੇ ਹੁੰਦੇ ਹੀ ਸਨ। ਇਸੇ ਦੌਰਾਨ ਇੱਕ ਦਿਨ ਉਹ ਲਸੋਈ ਪਿੰਡ ਠੇਕਾ ਲੈਣ ਗਏ ਸਨ। ਉੱਥੋਂ ਇੱਕ ਮਕਾਨ ਜਿਹਦੇ ਉੱਪਰ ਚੁਬਾਰਾ ਸੀ ਉਸ ਪਿੰਡ ਵਿੱਚ ਵੀ ਖਰੀਦਿਆ ਹੋਇਆ ਸੀ। ਉੱਥੇ ਰਾਤ ਨੂੰ ਸ਼ਰਾਬ 'ਚ ਉਹਨਾਂ ਨੂੰ ਨਾਲ ਰਹਿੰਦੇ ਇੱਕ ਬੰਦੇ ਨੇ ਕੁਝ ਦੇ ਦਿੱਤਾ ਸੀ, ਕਿਉਂਕਿ ਉਸ ਦਿਨ ਉਹਨਾਂ ਦੀ ਜੇਬ 'ਚ ਕਾਫੀ ਪੈਸੇ ਸਨ। ਸਾਨੂੰ ਕਿਉਂਕਿ ਕਿਸੇ 'ਤੇ ਕੋਈ ਸ਼ੱਕ ਨਹੀਂ ਸੀ, ਇਸ ਲਈ ਬਾਪੂ ਜੀ ਦੀ ਮੌਤ ਦਾ ਕਾਰਨ ਉਹਨਾਂ ਦੀ ਬਹੁਤੀ ਸ਼ਰਾਬ ਸੋਚ ਲਿਆ ਗਿਆ। ਪਰ ਕੁਝ ਮਹੀਨਿਆਂ ਬਾਅਦ ਪਿੰਡ ਦਾ ਉਹੀ ਬੰਦਾ ਜਿਹਨੇ ਬਾਪੂ ਜੀ ਨੂੰ ਕੁਝ ਦਿੱਤਾ ਸੀ ਕਮਲਾ ਹੋ ਗਿਆ ਅਤੇ ਆਪ ਹੀ ਕੁਝ ਬੋਲਣ ਲੱਗਿਆ। ਇਸੇ ਲਈ ਅੱਜ ਖੇਰੂੰ ਖੇਰੂੰ ਹੋਈਆਂ ਜ਼ਮੀਨਾਂ ਢਹਿ ਢੇਰੀ ਹੋ ਜਾਂਦਾ ਘਰ ਦੇਖ ਕੇ ਮੈਂ ਸੋਚ ਰਹੀ ਸੀ, ਵੀ ਜੀ ਠੀਕ ਹੀ ਤਾਂ ਆਖਦੇ ਸਨ, ਇਸ ਘਰ ਨੂੰ ਤਾਂ ਪਤਾ ਨਹੀਂ ਕੀ ਸਾਧ ਸਰਾਪ ਹੋ ਗਿਆ। ਅੱਜ ਉਸ ਘਰ ਦੀਆਂ ਗੱਲਾਂ ਸਿਰਫ ਸੁਪਨੇ ਵਾਂਗੂ ਯਾਦ ਹਨ। ਉਸ ਸਮੇਂ ਦੇ ਸੱਚ ਨੂੰ ਜਿਉਂਦਿਆਂ ਵਿੱਚੋਂ ਪਿੰਡ ਦੇ ਜਿਹੜੇ ਲੋਕ ਜਾਣਦੇ ਨੇ ਉਹ ਤਾਂ ਬਸ ਇੰਨਾ ਆਖ ਕੇ ਚੁੱਪ ਕਰ ਜਾਂਦੇ ਨੇ, ਰੱਬ ਦੇ ਰੰਗ ਨੇ ਭਾਈ। ਹੁਣ ਜਦੋਂ ਵੀਰੇ ਦਾ ਸਾਲ ਬਾਅਦ ਭੋਗ ਪਵਾਉਣ ਮੈਂ ਪਿੰਡ ਜਾਂਦੀ ਹਾਂ ਤਾਂ ਪਿੰਡ ਵਾਲਿਆਂ ਨੂੰ ਇਹ ਚੰਗਾ ਲੱਗਦਾ ਕਿ ਘੱਟੋ ਘੱਟ ਮੈਂ ਇਸ ਪਿੰਡ ਨਾਲ ਕੋਈ ਰਿਸ਼ਤਾ ਰੱਖਿਆ ਹੋਇਆ। ਬਾਪੂ ਜੀ ਵੀ ਇਕੱਲੇ ਸਨ, ਵੀਰਾ ਵੀ ਇਕੱਲਾ ਸੀ ਅਤੇ ਇਹਨਾਂ ਤੋਂ ਮਗਰੋਂ ਵੀਰੇ ਦਾ ਇੱਕੋ ਇੱਕ ਬੇਟਾ ਜਿਹੜਾ ਅਮਰੀਕਾ ਜਾ ਵਸਿਆ। ਨੰਗੇ ਪੈਰਾਂ ਦੇ ਸਫ਼ਰ 'ਚ ਸਫ਼ਰ ਦਾ ਇਹ ਪੜਾਅ ਬੜਾ ਉਦਾਸ ਕਰਨ ਵਾਲਾ। ਇਸ ਘਰ ਦੇ ਇਤਿਹਾਸ ਦੀ ਤੱਤੀ ਰੇਤ ਉੱਤੋਂ ਦੀ ਲੰਘਦਿਆਂ ਪੈਰ ਸੜਨ ਲੱਗ ਜਾਂਦੇ ਨੇ ਅਤੇ ਸਾਹ ਉਖੜਨ ਲੱਗਦੇ। ਮੇਰੇ ਤੋਂ ਮਗਰੋਂ ਤਾਂ ਕਿਸੇ ਨੂੰ ਇਹ ਵੀ ਯਾਦ ਨਹੀਂ ਰਹਿਣਾ ਕਿ ਕਿਸੇ ਵੇਲੇ ਇਹ ਘਰ ਵੀ ਆਮ ਘਰਾਂ ਵਰਗਾ ਘਰ ਸੀ। ਅੱਜ ਤਾਂ ਇਹਦੀ ਹੋਂਦ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ। ਧੰਨਵਾਦ।